ਫੋਨ ਕਰਕੇ ਕਾਮਵਾਲੀ ਨੂੰ ਬੁਲਾਇਆ ਜੀ, ਤੁਸੀਂ ਚਾਹ ਪਾਣੀ ਪੀਓ, ਤਦ ਤੱਕ ਕਾਕਾ ਜੀ ਵੀ ਆ ਜਾਂਦੇ ਨੇ ਜੀ। ਮੁੰਡੇ ਨੂੰ ਆਉਣ ਵਿੱਚ ਹੋਰ ਕਿੰਨੀ ਕੁ ਦੇਰ ਲੱਗੂਗੀ? ਬਸ ਜੀ ਮਸਾਂ 5 ਮਿੰਟ। ਆਫਿਸ ਚੋਂ ਨਿਕਲਿਆ ਸੀ, ਦਰਅਸਲ ਉਹਦਾ ਬੌਸ ਡਿੱਗ ਪਿਆ। ਲੋ ਭੈਣ ਜੀ, ਉਹ ਆ ਗਈ ਤੁਹਾਡੀ ਕੰਮ ਵਾਲੀ। ਹਾਂ ਦੱਸੋ, ਕੀ ਐਮਰਜੈਂਸੀ ਪੈ ਗਈ ਸੀ? ਭੈਣ ਜੀ, ਬੜੀ ਮੂੰਹ ਫੱਟ ਆ ਤੁਹਾਡੀ ਕੰਮ ਵਾਲੀ। ਕੰਮ ਵਾਲੀ ਨੀ ਜੀ, ਦਰਅਸਲ ਇਹੀ ਕਾਕਾ ਜੀ ਨੇ। ਹੈ? ਇਹ ਕਾਕਾ ਜੀ? ਹਾਂ ਜੀ। ਚਲੋ ਚਲੋ ਜੀ, ਆਪਾਂ ਕੁੜੀ ਵਾਸਤੇ ਮੁੰਡਾ ਦੇਖਣ ਆਏ ਸੀ, ਕੁੜੀ ਦੇਖਣ ਨਹੀਂ ਸੀ ਆਏ। ਚਲੋ ਇੱਕ ਮਿੰਟ ਸਰਦਾਰ ਸਾਹਿਬ। ਭੈਣ ਜੀ, ਮੈਨੂੰ ਇਹ ਦੱਸੋ ਕਿ ਇਹੋ ਜੀ ਕਿਹੜੇ ਸਟੇਟ ਦੀ ਪੁਲਿਸ ਹੈ ਜਿਹੜੀ ਆਪਣੇ ਜਵਾਨਾਂ ਨੂੰ ਸਾਰੀਆਂ ਲਾ ਕੇ ਟ੍ਰੇਨਿੰਗ ਦਿੰਦੀ ਹੈ? ਚਲੋ ਚਲੋ ਇੱਕ ਮਿੰਟ ਭਾਜੀ, ਇਹਦੇ ਵਾਸਤੇ ਮੁੰਡਾ ਲੱਭੋ। ਹਾਂ ਦੱਸੋ, ਕਿਉਂ ਬੁਲਾਇਆ ਸੀ? ਉਧਰ ਮੈਂ ਨੱਕ ਵਢਾਉਣ ਵਾਲਾ ਸੀਨ ਵਿਚਾਲੇ ਛੱਡ ਕੇ ਆਇਆ। ਇੱਥੇ ਮੇਰਾ ਨੱਕ ਵਢਾਤਾ ਤੂੰ, ਉਹ ਤੈਨੂੰ ਵੇਖਣ ਆਏ ਸੀ। ਉਧਰ ਸਾਰਾ ਪਿੰਡੀ ਦੇਖਣ ਆਏ ਸੀ, ਉੱਥੇ ਲੈ ਆਉਣਾ ਸੀ ਇਹਨਾਂ ਨੂੰ। ਓਏ ਡਰਾਮੇ ਬਾਜਾ, ਉਹ ਤੇਰੇ ਰਿਸ਼ਤੇ ਲਈ ਆਏ ਸੀ, ਆ ਸਾੜੀ ਲਾ ਕੇ ਨਹੀਂ ਸੀ ਆਇਆ, ਮਰਿਆ ਜਾਂਦਾ ਤੈਥੋਂ। ਆਪੀ ਤਾਂ ਤਰਥੱਲੀ ਮਚਾਈ ਪਈ ਸੀ ਵੀ ਛੇਤੀ ਆ ਜਾ, ਤੁਹਾਨੂੰ ਤਾਂ ਪਤਾ ਹੀ ਹੈ ਸਾੜੀ ਲਾਉਣ ਨੂੰ ਕਿੰਨਾ ਟਾਈਮ ਲੱਗਦਾ। ਸਾਲਿਆ ਮੈਂ ਸਾੜੀਆਂ ਲਾਉਂਦਾ ਰਹਿਣਾ ਨਾ, ਫੇਰ ਵੀ ਟਾਈਮ ਦਾ ਤਾਂ ਪਤਾ ਹੀ ਹੋਊ ਵੀ ਕਿੰਨਾ ਲੱਗਦਾ। ਮੈਂ ਇੱਕ ਮਾਰਨੀ ਕੰਤੇ ਘੁਕਾ ਕੇ ਸਾਰੇ ਪਿੰਡ 'ਚ ਮੇਰੀ ਥੂ ਥੂ ਕਰਾਈ ਹੋਈ ਹੈ ਨਾ। ਮੈਨੂੰ ਇਹ ਗੱਲ ਦੱਸ ਓਏ, ਰਾਮਲੀਲਾ 'ਚ ਤੈਨੂੰ ਸਿਰਫ ਇੱਕ ਇਹੀ ਰੋਲ ਮਿਲਦਾ ਕਰਨ ਨੂੰ? ਸਾਰਾ ਪਿੰਡ ਪਤਾ ਕੀ ਕਹਿੰਦਾ, ਮੇਰੇ ਨੈਣਾਂ 'ਚ ਸਰੂਪਨਖਾ ਨਾਲ ਮਿਲਦੇ ਨੇ। ਹਾਂ, ਮਾਂ ਤੇਰੀ ਡੈਣ ਜਾਂ ਮੈਂ ਤੈਨੂੰ ਰਾਕਸ਼ਸ਼ ਲੱਗਦਾ। ਪਹਿਲਾਂ ਪਿੰਡ ਸਾਰੇ ਜਾਂਦਾ ਸਾਂ, ਲੋਕੀ ਕਹਿੰਦੇ ਸੀ ਗੁਰਜੀਤ ਸਿੰਘ ਸੰਧੂ ਜਾ ਰਿਹਾ, ਹੁਣ ਕਹਿੰਦੇ ਸਰੂਪਨਖਾ ਦਾ ਡੈਡੀ ਜਾ ਰਿਹਾ। ਗੱਲ ਸੁਣ ਲੈ ਮੇਰੀ, ਅੱਜ ਤੋਂ ਬਾਅਦ ਜੇ ਤੂੰ ਮੈਨੂੰ ਸਰੂਪਨਖਾ ਬਣਿਆ ਦਿਸ ਗਿਆ ਨਾ, ਲਕਸ਼ਮਣ ਨੇ ਤੇ ਤੇਰਾ ਨੱਕ ਬਾਅਦ 'ਚ ਵੱਢਣਾ, ਮੈਂ ਤੇਰਾ ਗੱਟਾ ਲਾ ਦੇਣਾ ਤੇਰਾ। ਸ਼ਾਬਾਸ਼ ਡੈਡੀ, ਤੂੰ ਨਾ ਹਿੰਦੂ ਸਿੱਖਾਂ ਨੂੰ ਇੱਕ ਹੋਣ ਦੇ। ਮੈਂ ਮਰੂ ਕੰਤੇ ਵਿਚਾਰਾ, ਤੇ ਤੇਰੇ ਦੂਜੇ ਦੋਸਤ ਨਾਲ ਕੀ ਕੁੱਤਖਾਨੀ ਹੁੰਦੀ ਹੈ? ਜਿੰਨੀ ਕੁੱਤਖਾਨੀ ਉਹਨਾਂ ਹੁੰਦੀ ਹੈ ਜੀ, ਰੱਬ ਕਿਸੇ ਨਾਲ ਨਾ ਕਰੇ। ਚੰਗਾ ਭਲਾ ਇੱਕ ਚੰਗੀ ਕੁੜੀ ਨਾਲ ਇਸ਼ਕ ਵੀ ਹੋ ਗਿਆ ਫੇਰ, ਪਰ ਵਿਆਹ ਨਹੀਂ ਹੋ ਸਕਿਆ। ਕਿਉਂ? ਜਵਾਕਾਂ ਕਰਕੇ ਮਾਂ ਪਿਓ ਨੂੰ ਲਾਂਤਾ ਪੈਂਦੇ ਤਾਂ ਸੁਣਿਆ ਸੀਗਾ। ਮੇਰੇ ਖਿਆਲ 'ਚ ਦੁਨੀਆ ਦਾ ਪਹਿਲਾ ਜਵਾਕ ਹੋਊ ਜਿਹਨੂੰ ਪਿਓ ਕਰਕੇ ਲਾਂਤਾ ਪੈਂਦੀਆਂ। ਚੜਾਈ ਕਰ ਗਿਆ, ਅਸੀਂ ਸੰਸਕਾਰ ਦਾ ਸਮਾਨ ਲੈ ਗਏ, ਹੁਣ ਆਪਣਾ ਸੰਸਕਾਰ ਦਾ ਸਮਾਨ ਲਓ ਤੇ ਸਾਡਾ 1,000 ਰੁਪਇਆ ਮੋੜੋ। ਜੇ ਤੁਹਾਡਾ ਬੁੜਾ ਨੀ ਮਰਿਆ, ਇਹ 'ਚ ਮੇਰਾ ਕੀ ਕਸੂਰ ਹੈ? ਤੁਹਾਨੂੰ ਤਾਂ ਖੁਸ਼ ਹੋਣਾ ਚਾਹੀਦਾ ਕਿ ਤੁਹਾਡਾ ਬੁੜਾ ਬਚ ਗਿਆ। ਤੁਸੀਂ 1,000 ਰੁਪਏ ਨੂੰ ਰੋਈ ਜਾਂਦੇ ਹੋ, ਵਿਕਿਆ ਸਮਾਨ ਨੀ ਵਾਪਸ ਹੁੰਦਾ। ਓਏ, ਅਸੀਂ 1,000 ਰੁਪਏ ਨੂੰ ਨਹੀਂ ਰੋਂਦੇ, ਪਰ ਇਹ ਮਰਗ ਦਾ ਸਮਾਨ ਘਰੇ ਰੱਖ ਕੇ ਕਰਾਂਗੇ ਕੀ? ਗੱਲ ਤਾਂ ਤੁਹਾਡੀ ਠੀਕ ਹੈ ਯਾਰ। ਐ ਨਵਜੋਤ ਪੁੱਤ। ਹਾਂਜੀ ਅੰਕਲ ਜੀ। ਆਪਣੀ ਦਾਦੀ ਜੀ ਦਾ ਕੀ ਹਾਲ ਹੈ? ਕੀ ਦੱਸੇ ਅੰਕਲ ਜੀ, ਡਾਕਟਰ ਦਾ ਜਵਾਬ ਹੀ ਦਿੱਤਾ, ਕਹਿੰਦੇ ਘਰ ਲੈ ਜਾਓ, ਸੇਵਾ ਕਰ ਲਓ, ਅੱਜ ਗਈ ਤੇ ਕੱਲ ਗਈ। ਲਓ ਜੀ, ਗੱਲ ਬਣ ਗਈ, ਇਹਦੀ ਦਾਦੀ ਜਾਣ ਵਾਲੀ ਹੈ। ਤੁਸੀਂ ਐ ਕਰੋ ਕਿ ਸਾਰਾ ਸੰਸਕਾਰ ਦਾ ਸਮਾਨ ਨਾ ਇਹਨੂੰ 50% ਡਿਸਕਾਊਂਟ ਤੇ ਦੇ ਦਿਓ, ਤੁਹਾਡਾ ਫਾਇਦਾ ਹੋ ਜੂ। ਜਾਓ 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 ਚੱਲੀਏ। ਆ ਭਾਜੀ, ਸਾਨੂੰ ਨਾ ਤੁਹਾਡੀ ਦਾਦੀ ਜੀ ਬਾਰੇ ਪਤਾ ਲੱਗਾ ਹੈ, ਸਾਡੇ ਕੋਲ ਸੰਸਕਾਰ ਦਾ ਸਮਾਨ ਹੈ, 50% ਡਿਸਕਾਊਂਟ ਤੇ ਲੈ ਲਓ, ਨਾਲੇ ਤੁਹਾਨੂੰ ਫਾਇਦਾ ਹੋ ਜੂ। ਆ ਲਓ ਫੜੋ। ਕਰ ਜੋ ਸੋਹਣੇ, ਮੈਂ ਕਰਨਾ ਤੁਹਾਡਾ ਫਾਇਦਾ। ਓ ਦੇਖੋ ਕਿਵੇਂ ਭੱਜ ਗਏ ਸਾਰੇ, ਮੈਨੂੰ ਸਮਾਨ ਵਾਪਸ ਕਰਨ ਆਏ ਸੀ। ਆ ਗਏ ਸੀ ਸਵੇਰੇ ਸਵੇਰੇ ਇੱਥੇ। ਉਹ ਬਾਪੂ, ਕਿਉਂ ਮੇਰਾ ਪਿੰਡ 'ਚ ਜਲੂਸ ਕਰਾਉਣ ਲੱਗੇ ਆ? ਕਦੇ ਤਾਂ ਮੇਰੀ ਸਾਈਡ ਦੀ ਗੱਲ ਕਰਿਆ ਕਰ। ਕਾਹਦੀ ਸਾਈਡ? ਜਵਾਨ ਮੁੰਡਾ ਹੋ ਗਿਆ, ਪਿਓ ਨਾਲ ਦੁਕਾਨ ਤੇ ਬਹਿ, ਦੋਵੇਂ ਮਿਲ ਕੇ ਇਸ ਬਿਜ਼ਨਸ ਨੂੰ ਹੋਰ ਅੱਗੇ ਵਧਾਈਏ। ਉਹ ਇਹ ਵੀ ਸਾਲਾ ਕੋਈ ਕੰਮਾਂ 'ਚ ਕੰਮ ਆ, ਮਰਗ ਦਾ ਸਮਾਨ ਵਿੱਚੋਂ। ਉਹ ਪੁੱਤਰ, ਇਸ ਬਿਜ਼ਨਸ ਤੋਂ 4 ਪੈਸੇ ਕਮਾਵਾਂਗੇ, ਕੱਲ ਨੂੰ ਤੇਰਾ ਵਿਆਹ ਵੀ ਤਾਂ ਕਰਨਾ ਹੈ। ਉਹ ਬਾਪੂ, ਉਹ ਜਿਹੜੀ ਤੇਰੀ ਇੱਜ਼ਤ ਨਾ ਪਿੰਡ 'ਚ, ਤੈਨੂੰ ਕਿਸੇ ਨੇ ਧੀ ਦਾ ਕੀ, ਮਰੇ ਹੋਏ ਨੂੰ ਮੋਢਾ ਵੀ ਨਹੀਂ ਦੇਣਾ। ਅਗਲੇ ਮਹੀਨੇ ਮੈਨੂੰ ਮੁੰਡੇ ਵਾਲੇ ਵੇਖਣ ਆ ਰਹੇ ਨੇ, ਮਹੀਨੇ 'ਚ ਜਾਂ ਤੇ ਤੂੰ ਆਪਣੇ ਪਿਓ ਦਾ ਕੰਮ ਬਦਲ ਲੈ ਜਾਂ ਫਿਰ ਆਪਣਾ ਪਿਓ ਹੀ ਬਦਲ ਲੈ। ਤੂੰ ਟੈਨਸ਼ਨ ਕਿਉਂ ਲੈਣੀ ਆ? ਮੈਂ ਕਹਿਤਾ ਬਾਪੂ ਨੂੰ, ਉਹ ਆਪਣਾ ਆਰਥੀਆਂ ਦਾ ਕੰਮ ਬਦਲ ਲੈਣਗੇ। ਤੇ ਫਿਰ ਕੀ ਕਰਨਗੇ? ਗੰਨੇ ਦੇ ਜੂਸ ਦੀ ਰੇੜੀ ਲਾ ਲੈਣਗੇ। ਤੇ ਤੁਸੀਂ ਕੀ ਕਰਨਾ? ਹੁਣ ਬਾਪੂ ਥੋੜਾ ਨਾ ਇਸ ਉਮਰ 'ਚ ਮਸ਼ੀਨ 'ਚ ਗੰਨੇ ਦਊਗਾ, ਉਹ ਤਾਂ ਮੈਨੂੰ ਦੇਣੇ ਪੈਣੇ ਆ। ਸ਼ਾਬਾਸ਼ MBA, ਤੂੰ ਗੰਨਿਆਂ ਦਾ ਜੂਸ ਕੱਢਣ ਲਈ ਕੀਤੀ ਹੈ? ਓ ਹੈਲੋ, MBA ਨਹੀਂ, BA, ਕੱਲੀ BA ਕੀਤੀ ਹੈ ਮੈਂ। ਹਾਂ ਹਾਂ, ਪਰ ਡੈਡੀ ਨੂੰ MBA ਹੀ ਦੱਸਣਾ ਹੈ। ਮੇਰੇ ਭਾਣੇ ਸਾਇੰਟਿਸਟ ਦੱਸਦੀ, ਪਰ ਗੰਨੇ ਦਾ ਜੂਸ ਕੱਢਣ ਦੇ। ਕਿਉਂ? ਮੇਰਾ ਪਿਓ ਨਾ ਪੁੱਛੋ ਮੈਨੂੰ ਕਿ ਇਹ ਕਿਹੜਾ ਸਾਇੰਟਿਸਟ ਜਿਹੜਾ ਗੰਨਿਆਂ ਦਾ ਜੂਸ ਕੱਢਦਾ ਹੈ। ਦੱਸ, ਤੇਰੇ ਡੈਡੀ ਨੇ ਗਾਣਾ ਨਹੀਂ ਸੁਣਿਆ? ਰੋਟੀ ਹੱਕ ਦੀ ਖਾਈਏ ਜੀ, ਭਾਵੇਂ ਬੂਟ ਪਾਲਿਸ਼ਾਂ ਕਰੀਏ। ਜਸ, ਤੂੰ ਜਿਸ ਗਾਣੇ ਬਾਰੇ ਗੱਲ ਕਰ ਰਿਹਾ ਨਾ, ਵਿਆਹ ਤੋਂ ਬਾਅਦ ਤੇਰੇ ਤੋਂ ਇਸ ਗਾਣੇ ਦੀ CD ਵੀ ਨਹੀਂ ਲਈ ਜਾਣੀ, ਨਾਲੇ ਤੂੰ ਦੂਜੇ ਖਰਚੇ ਕਿੱਥੋਂ ਕੱਢਣੇ ਨੇ? ਦੇਖ ਜਸ, ਮੈਂ ਬਹੁਤ ਤੇ ਨਹੀਂ ਪਰ ਥੋੜੀ ਇਮੋਸ਼ਨਲ ਕੁੜੀ ਆ,
ਵਿਆਹ ਤੋਂ ਬਾਅਦ ਤੇਰੇ ਤੋਂ ਰਿਸ਼ਤਾ ਤੋੜਾਂ, ਇਸ ਤੋਂ ਚੰਗਾ ਕਿ ਮੈਂ ਅੱਜ ਹੀ ਤੇਰਾ ਦਿਲ ਤੋੜਦਾ। ਤੇਰੇ ਕੋਲ ਮਹੀਨੇ ਦਾ ਟਾਈਮ ਹੈ, ਜਾਂ ਤਾਂ ਤੂੰ ਕੋਈ ਚੱਜ ਦੀ ਨੌਕਰੀ ਲੱਭ ਲੈ, ਜਾਂ ਫਿਰ ਕਿਸੇ ਚੰਗੇ ਬ੍ਰਾਂਡ ਦੀ ਪੀਆ ਕਰੀ। ਦਿਲ ਤੇ ਟੁੱਟਣਾ ਹੀ ਟੁੱਟਣਾ, ਘੱਟੋ ਘੱਟ ਆਪਣੀ ਕਿਡਨੀਆਂ ਤਾਂ ਬਚਾ ਲਈ। ਮੈਨੂੰ ਤਾਂ ਮੇਰੀ ਲਾਡੀ ਨੇ ਵੀ ਅਲਟੀਮੇਟਮ ਦਿੱਤਾ, ਕਹਿੰਦੀ ਇੱਕ ਮਹੀਨੇ ਦੀ ਜ਼ਿਆਦਾ ਨੌਕਰੀ ਲੱਭ ਲਾ, ਨਹੀਂ ਫਿਰ ਉਹ ਵੀ ਨਹੀਂ ਲੱਭਣੀ ਬਾਈ। ਲੱਭਣੀ ਕਹਾਂ, ਜਵਾ ਕੇ ਜਿਹੜੀ ਖੋਜੂਗੀ। ਸਾਲੇ ਉਹ ਮੇਰਾ ਫਿਕਰ ਕਰੋ, ਇੱਧਰ ਜੇ ਬਾਪੂ ਨੇ ਮੇਰਾ ਐਕਟਿੰਗ ਵਾਲਾ ਕੀੜਾ ਨਾ ਕੱਢਣ ਦਿੱਤਾ ਨਾ, ਇਹ ਕੀੜਾ ਸਾਲਾ ਸਿਉਂਕ ਵਾਂਗੂ ਮੈਨੂੰ ਅੰਦਰੋਂ ਅੰਦਰ ਹੀ ਖਾਜੂ। ਇੱਕ ਦਿਨ ਜੱਟ ਖੜਾ ਖੜਾ ਐਂ ਡਿੱਗੂ ਜਿਵੇਂ ਸਿਉਂਕ ਲੱਗੀ ਬਾਲਿਆਂ ਵਾਲੀ ਛੱਤ ਡਿੱਗਦੀ ਹੁੰਦੀ ਹੈ ਸਾਲੀ। ਅਤੇ ਜੇ ਮੇਰੀ ਲਾਡੀ ਦਾ ਵਿਆਹ ਕਿਤੇ ਹੋਰ ਹੋ ਗਿਆ ਨਾ, ਫਿਰ ਇਹਦੇ ਵਾਲੇ ਬਾਲਿਆਂ ਨਾਲ ਚੱਕ ਕੇ ਮੈਨੂੰ ਸਾੜ ਦਿਓ। ਕਿਉਂ ਬਾਲੇ ਨੂੰ ਹੱਥ ਲਾ ਕੇ ਦਿਖਾਈ, ਲੱਕੜ ਪਤਾ ਸਾਲਾ ਕਿੰਨੀ ਮਹਿੰਗੀ ਹੈ। ਸਾਲਿਓ ਤੁਸੀਂ ਆਪਣੇ ਹਾਲਾਤਾਂ ਨੂੰ ਲੈ ਕੇ ਰੋਂਦੇ ਰਹੋ, ਕਦੀ ਇਹਨਾਂ ਨਾਲ ਲੜਿਓ ਨਾ। ਲੜਾਂਗੇ ਬਾਈ। ਗੱਲ ਸੁਣ, ਕਿਹਦਾ ਪਿਓ ਚੌਕਾ ਦਾ ਜਵਾਨ ਮੁੰਡਾ ਸਾੜੀਆਂ ਲਾਲਾ ਪਿੰਡ ਚ ਘੁੰਮੇ ਹੈ? ਓਏ ਆਸ਼ਕਾ, ਓਏ ਓਏ ਉਹ ਸੁਣ ਲੈ, ਮੇਰੇ ਨਾਲ ਗੱਲ ਕਰਦਾ। ਦੇਖ ਬਾਈ, ਜ਼ਿੰਦਗੀ ਚ ਚੰਗੀ ਕੁੜੀ ਦਾ ਸਾਥ ਮਿਲਣਾ ਬਹੁਤ ਔਖਾ, ਤੇ ਜੇ ਉਹ ਮਿਲਿਆ ਨਾ, ਸਿਰਫ ਇਸ ਕਰਕੇ ਨਾ ਗਵਾ ਲਈ ਕਿ ਤੂੰ ਸੈਟਲ ਨਹੀਂ ਹੈਗਾ। ਹਾਂ, ਵੇਲਾ ਭਾਵੇਂ ਸੌਣਦਾ, ਪਰ ਆਪਣੇ ਸੁੱਤੇ ਹੋਏ ਜ਼ਮੀਨ ਨੂੰ ਜਗਾਉਣਾ ਪਊ, ਨਹੀਂ ਤਾਂ ਫਿਰ ਦੇਰ ਹੋ ਜੂ। ਉਹ ਪਰ ਅਸੀਂ ਕਰੀਏ ਕੀ? ਦਿਖਾ ਦੋ ਦੁਨੀਆਂ ਨੂੰ, ਜਿੰਨੇ ਨਲਾਇਕ ਤੁਸੀਂ ਦੋਵੇਂ ਦੇਖਦੇ ਹੋ ਓਨੇ ਹੈ ਨਹੀਂ। ਓ ਵਾ, ਓ ਬਾਲੀ ਵੀਰੇ, ਆਮ ਸੋ ਹੈਪੀ। ਤੂੰ ਸ਼ਹਿਰ ਚੱਲੇ? ਸ਼ਹਿਰ ਰਹਿਣ ਚੱਲੇ? ਆਹੋ, ਇੱਥੇ ਤੁਸੀਂ ਮੈਨੂੰ ਐਕਟਿੰਗ ਤਾਂ ਕਰਨ ਨਹੀਂ ਦਿੰਦੇ, ਸ਼ਹਿਰ ਜਾ ਕੇ ਮੈਂ ਧਰਮਿੰਦਰ ਬਣੂਗਾ। ਓ ਇੱਥੇ ਮੇਰੀ ਨੱਕ ਵਢਾਈ ਜਾਂਦਾ, ਸ਼ਹਿਰ ਜਾ ਕੇ ਹੁਣ ਧਰਮਿੰਦਰ ਦੀ ਵਢਾਏਗਾ? ਇੱਕ ਮਾਰੂ ਕੰਤੇ।
जस तेनू पता है ना तेरे को सिर्फ 25 दिन का टाइम है नहीं तो डैडी ने मेरा ब्याह ना किसी होर कर देना ते तू जानता है ना मैं तेनू बिल्कुल भी गवाना नहीं चाहती ओ तू टेंशन क्यों लेनी है 25 दिन के विच विच तेनू नौकरी दा मैं लेके दिखाऊ जा मर शहर जाके मेरा दूजा बैग भी सिटो कपड़े सारे इहदे च लै चलिया उहदे च की आ हुण मेरियां साड़ियां फड़े मु तेरा चल चंगा मैं चलदा अपना ख्याल रखी बाय खाना टाइम नाल खा लेगा ते इस डिप्टी तो ना थोड़ा दूरी चंगा तू परा मारा आ गया हेलो परा परा ओए डिप्टी भी बस गा ओए साड़ियां जिंसा कितों आ गईयां आ फिर किन्ने दिन आए हो शहर जिन्हें चर चार बंदे सानू मोढ़िया नहीं चक लेंदे ओह वड्डी कामयाबी सोच के आए हो हैं ओ मैं जनाजे दी गल कर रहा पर रहूंगे किथे ओ भरावा ओ तू ही तो साढ़े सुते जवीर जगा के आया सौवांगे तो तेरे कोल ही ओ भाई मैं तो आप पोल्ट्री फार्म च सोना तुहानू किथे रख लो तू टेंशन ना ले असी मुर्गियां नाल ही एडजस्ट कर लांगे इन्हां नाल ही सो जांगे ओ नहीं यार ओ किधरे नहीं तेरियां मुर्गियां खांदे अस तो वैसे भी कल तो वेजीटेरियन हो गए हैं ओ गल ओ नहीं है यार तुंजा मार दियां ओ जिन्निया फुकरियां असी पिंड मार के आए ना लोकां ने सानू मेड़े मार मार के मार देना हाँ। देख एक गल तो पक्की है जिन्ना चिर असी जिंदगी सैट नहीं होंदे ना पिंड तो जाणो रहे पिंड तो हुण साडियां लाशां ही जाणगियां नहीं ओ भी इत्थे मुर्गियां चीड़ियां सटूणगियां बस ओए वीरजीट जस्ट तो थोनू नहीं करना पैना प्लीज कर लो पाली वीर जी एडजस्ट करो यार कर लो एडजस्ट वीर जी पाली वीर जी कर लो एडजस्ट कर लो यार कर लो अच्छा अच्छा थोनू एक बंदे ना रखा जा सकता ओ कौन है मेरा स्टार यार बब्बू मान ओ नहीं बब्बू कीर्तपुरिया बब्बू कीर्तपुरिया कीर्तपुर फुल पेंदे ते सुने हैं पर उतना स्टार बनदा पहली बारी सुने हैं ओ जुगनू जरा टेबल ला दे उत्ते चादर पा दे अड़ दस पुत्रा क्लास सजा दे ओ जुगनू जरा टेबल ला दे उत्ते चादर पा दे अड़ दस पुत्रा क्लास सजा दे ਨਾਲ ਸ਼ਰਾਬ ਦੇ ਮੁਰਗੇ ਸ਼ੁਰਗੇ ਖਾਣਗੇ ਅੱਠ ਵੱਜ ਗਏ ਸ਼ਰਾਬੀਆਂ ਦੇ ਫੋਨ ਆਉਣਗੇ ਅੱਠ ਵੱਜ ਗਏ ਸ਼ਰਾਬੀਆਂ ਦੇ ਫੋਨ ਆਉਣਗੇ ਅੱਠ ਵੱਜ ਗਏ ਸ਼ਰਾਬੀਆਂ ਦੇ ਫੋਨ ਆਉਣਗੇ ਅੱਠ ਵੱਜ ਗਏ ਸ਼ਰਾਬੀਆਂ ਦੇ ਹੋਣਗੇ ਕਲੇਸ਼ੀ ਪਰ ਸਾਡੇ ਵੱਲੋਂ ਕੋਈ ਰਹੇ ਨਾ ਗਮੀ ਬੇਸ਼ੀ ਬੋਲੀ ਸੇਵਾ ਕਰੀ ਪੈਗ ਤੇ ਪੈਗ ਭਰੀ ਖਾ ਪੀ ਕੇ ਨਹੀਂ ਤਾਂ ਥੱਪ ਪਾਉਣਗੇ ਅੱਠ ਵੱਜ ਗਏ ਸ਼ਰਾਬੀਆਂ ਦੇ ਫੋਨ ਆਉਣਗੇ ਅੱਠ ਵੱਜ ਗਏ ਸ਼ਰਾਬੀਆਂ ਦੇ ਫੋਨ ਆਉਣਗੇ ਅੱਠ ਵੱਜ ਗਏ ਸ਼ਰਾਬੀਆਂ ਦੇ ਫੋਨ ਆਉਣਗੇ ਅੱਠ ਵੱਜ ਗਏ ਸ਼ਰਾਬੀਆਂ ਦੇ हाँ भी बब्बू हाँ जी गाना भरावा तेरा वधिया शूट हो गया बस कृपा वीर जी थोड़ी अल्ला पेमेंट पाजी बस 500 रुपया पाजी स्पॉट बॉय भी 700 लंदा पाजी भरावा स्पॉट बॉय चलता है तेनू हले कोई नहीं पुछदा जिदन चलेगा ना उदन मंगी पैसे चल अखाड़े कल नु तू ही लाने मेरे आ वीडियो तो बाद ओ वाह ओ रब्बा ओ बब्बू भाई ओ पाली तू
ਵਧੀਆ ਯਾਰ ਤੂੰ ਦੱਸ ਕਿੱਦਾਂ ਉਹ ਬਾਈ ਆਪਣੇ ਪਿੰਡੋਂ ਦੋਸਤ ਆਇਆ ਆ ਡਿਪਟੀ ਬਾਈ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਇਹਨਾਂ ਨੂੰ ਘਰ ਚਾਹੀਦਾ ਰਹਿਣ ਨੂੰ ਤੇਰੀ ਤਾਂ ਬਾਲੀ ਚੜਾਈ ਆ ਯਾਰ ਉਹ ਬਸ ਯਾਰ ਕਦੇ ਮਨ ਜੇ ਨਹੀਂ ਕੀਤਾ ਭਾਜੀ ਇੱਥੇ ਸਾਈਨ ਕਰ ਦੋ ਉਹ ਯਾਰ ਮੈਂ ਗੱਲ ਕਰਦਾ ਫੇਰ ਕਿ ਆਟੋਗ੍ਰਾਫ ਲਈ ਚੰਗਾ ਉਹ ਹੈਲੋ ਆਟੋਗ੍ਰਾਫ ਗਿਆ ਖੂਚ ਮੈਂ ਅਕਾਊਂਟੈਂਟ ਆ ਆ ਜਿਹੜਾ 500 ਰੁਪਏ ਲਿਆ ਨਾ ਇਹਦੀ ਰਸੀਦ ਚਾਹੀਦੀ ਹੈ ਘੁੱਗੀ ਮਾਰ ਇੱਥੇ ਕੋਈ ਨਾ ਆਪਣੀ ਆ ਸਾਰੇ ਕੋਈ ਨਾ ਉਹ ਕਾਹਨੂੰ ਯਾਰ ਮਿਊਜ਼ਿਕ ਟੀਚਰ ਦੀ ਨੌਕਰੀ ਲੱਭਦਾ ਨਾਲ ਦੀ ਨਾਲ ਜਿੱਦਣ ਮਿਲ ਗਈ ਨਾ ਫਿਰ ਸਾਲਾ ਮਰਜ਼ੀ ਦਾ ਕੰਮ ਕਰਿਆ ਕਰਨਾ ਖੈਰ ਉਹ ਘਰ ਦੀ ਗੱਲ ਕਰਦੇ ਸੀ ਨਾ ਆਪਾਂ ਜਿੱਥੇ ਮੈਂ ਰਹਿਣਾ ਉਹ ਚੱਲੂ ਘਰ ਬਾਈ ਚੱਲੂ ਤੁਹਾਡੇ ਥੱਲੇ ਅਸੀਂ ਬਿਸਤਰਾ ਡਾ ਕੇ ਵਜਾ ਕਰਾਂਗੇ ਉਹ ਬਾਈ ਮੈਂ ਤਾਂ ਆਪ ਪੁੱਜੇ ਸੋਨਾ ਉਦੋਂ ਥੱਲੇ ਕਿੱਥੇ ਬਿਸਤਰਾ ਡਾਲੇਗਾ ਅੱਛਾ ਮੇਰਾ ਮਕਾਨ ਮਾਲਕ 1500 ਰੁਪਈਆ ਲੈਂਦਾ ਮੈਥੋਂ ਕੱਲੇ ਕੱਲੇ ਦਾ 1500-1500 ਦੇ ਕੇ ਰਹੀ ਜਾਵਾਂਗੇ ਠੀਕ ਆ ਠੀਕ ਸਾਲਿਆ ਕੀ ਠੀਕ ਆ ਮੇਰੇ ਕੋਲ ਕਿੱਥੇ 1500 ਰੁਪਈਆ ਮੇਰੇ ਤਾਂ ਬਸ ਦੀ ਟਿਕਟ ਵੀ ਡਿਪਟੀ ਨੇ ਲਈ ਓਏ ਉਹ ਤਾਂ ਮੈਂ ਤੈਨੂੰ ਝੂਠ ਬੋਲਿਆ ਸੀ ਵੀ ਲੈ ਲਈ ਉਹ ਸਾਲਿਆ ਤੂੰ ਵਿਦਾਊਟ ਟਿਕਟ ਆਇਆ ਸਾਡੇ ਕੋਲ ਤਾਂ ਰਲਾ ਮਿਲਾ ਕੇ 500-700 ਰੁਪਈਏ ਆ ਬਸ ਜੇ ਵੀਰ ਜੀ ਤੁਸੀਂ ਇਦਾਂ ਕਰ ਲਓ ਇਸ ਮਹੀਨੇ ਦਾ ਕਿਰਾਇਆ ਤੁਸੀਂ ਦੇ ਦਿਓ ਜਦੋਂ ਅਸੀਂ ਕੰਮ ਤੇ ਲੱਗੇ ਤਾਂ ਮੋੜ ਦਾਂਗੇ ਹਾਂ ਉਹ ਬਾਈ ਮੈਂ ਤਾਂ 500 ਰੁਪਏ ਪਿੱਛੇ ਧੱਕੇ ਖਾਂਦਾ ਫਿਰਦਾ ਯਾਰ 4500 ਰੁਪਈਆ ਦੱਸ ਕਿੱਥੋਂ ਦਊਂਗਾ ਉਹ ਬਾਹਲਾ ਮਾੜਾ ਹਾਲ ਇਹਨਾਂ ਦਾ ਤਾਂ ਯਾਰ ਕੰਮ ਕੀ ਕਰਦਾ ਤੂੰ ਵੀਰੇ ਮੈਂ ਹੀ ਆਹੋ ਆਪਾਂ ਇਹਨੇ ਬਹੁਤ ਛੇਤੀ ਕਲਰਕ ਲੱਗ ਜਾਣਾ ਇਹਦਾ ਨੀ ਬਾਈ ਮੈਂ ਤੇਰਾ ਪੁੱਛਿਆ ਓ ਮੈਂ ਬਾਈ ਐਕਟਿੰਗ ਕਰਦਾ ਦੇਖ ਅੱਜ ਨਹੀਂ ਤਾਂ ਗੱਲ ਇਹਨੇ ਕਲਰਕ ਲੱਗ ਜਾਣਾ ਆਹ ਬਾਈ ਨੇ ਸਟਾਰ ਬਣ ਜਾਣਾ ਥੋੜਾ ਜਿਹਾ ਹੀਲਾ ਕਰ ਲਾ ਯਾਰ ਹੀਲਾ ਹਾਂ ਇੱਕ ਸਕੀਮ ਲੱਗ ਸਕਦੀ ਆ ਕਿਹੜੀ ਜੇ ਤਾਂ ਮੇਰੇ ਮਕਾਨ ਮਾਲਕ ਦੇ ਸੌਣ ਤੋਂ ਬਾਅਦ ਆ ਜਾ ਕਰੋਗੇ ਤੇ ਉਹਦੇ ਉੱਠਣ ਤੋਂ ਪਹਿਲਾਂ ਨਿਕਲ ਜਾ ਕਰੋਗੇ ਨਾ ਫਿਰ ਤਾਂ ਜਮਾ ਮੁਫਤ 'ਚ ਹੀ ਰਹਿ ਸਕਦੇ ਹਾਂ ਦੱਸੋ ਕੀ ਕਹਿੰਦੇ ਹੋ ਹਾਂ ਠੀਕ ਆ ਉਹਨਾਂ ਦੀ ਗਊ ਦੇ ਕਿਤੇ ਸਿੰਘ ਦੇਖੀ ਦੇ ਯਾਰ ਨਾਲੇ ਪਾਲੀ ਜਦ ਰਹਿਣਾ ਹੀ ਮੁਫਤ ਜੋ ਗਿਆ ਬਾਈ ਤੂੰ ਵੀ ਨਾਲੇ ਚੱਲ ਚਲੋ ਫਿਰ ਸਟਾਰ ਸਾਹਿਬ ਚੱਕੋ ਸਾਲਾ ਕੁੱਤੇ ਤੋਂ ਬੜਾਤੇ ਸੀ ਚੁੱਪ ਕਰ ਓਏ ਓਏ ਮੇਰਾ ਮਕਾਨ ਮਾਲਕ ਸੁੱਤਾ ਪਿਆ ਮੈਂ ਉੱਤੇ ਜਾ ਕੇ ਲਾਈਟ ਮਚਾਉਣਾ ਤੁਸੀਂ ਬਾਰੀ ਰਾਹੀਂ ਆ ਜਾਓ ਓਕੇ ਠੀਕ ਆ ਹੋਟਲ ਹੀ ਬਣਾ ਰੱਖਿਆ ਉੱਠੋਏ ਓਏ ਉੱਠੋ ਸਵੇਰ ਹੋ ਗਈ ਸੌ ਜਾ ਗਾਂ ਪ੍ਰਭਾਤ ਫੇਰੀ ਤੇ ਜਾਣਾ ਨਾਲੇ ਆਪ ਮਰੋਗੇ ਨਾਲੇ ਹੌਲਦਾਰ ਤੋਂ ਮੈਨੂੰ ਕਟਾਉਂਗੇ ਚਲ ਉੱਠ ਉਹ ਚੱਲ ਐ ਕਰ ਦੁੱਧ ਨੂੰ ਬੱਤੀ ਲਾ ਲੈ ਫਿਰ ਸਾਲਿਆ ਨਾਨਕੇ ਆਇਆ ਕੀ ਫਿਰ ਐ ਕਰ ਆਪਣੇ ਵਾਲੀ ਫ੍ਰਿਜ ਚੋਂ ਦੋ ਗਲਾਸ ਪਾਣੀ ਪੀ ਲੈਣ ਦੇ ਉਹ ਤੂੰ ਚੁੱਪ ਕਰ ਕੱਪੜੇ ਪਾਓ ਤੇ ਤੁਰਦੇ ਬਣੋ ਇੱਥੋਂ ਓਏ ਜਦ ਵੀਰ ਜੀ ਕਹਿੰਦੇ ਆ ਤਾਂ ਜਾਓ ਸਾਲਾ ਵੀਰ ਜੀ ਦਾ ਸਾਲਿਆ ਆਪ ਤਾਂ ਖਾਏਗਾ ਮੇਰੇ ਵੀ ਪਾਏਗਾ ਨਾਲੇ ਤਿੱਤਰ ਹੋ ਜਾ ਅੱਜ 1500 ਰੁਪਿਆ ਇਕੱਠਾ ਕਰਨਾ ਹੀ ਕਰਨਾ ਚਾਹੇ ਕਹੀ ਦੀ ਜੇਬ ਕੱਟਣੀ ਪਜੇ ਸਾਲੇ ਨੇ ਤੰਗ ਕਰ ਲੈ ਆ ਟੀ ਸ਼ਰਟ ਫੜਾਈ ਮੈਨੂੰ ਇੱਥੋਂ ਓਏ ਆਦਾ ਬਹੁਤ ਡੂੰਗਾ ਓਏ 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 ਸਾਲੇ ਇਦੋਂ ਪਹਿਲਾਂ ਕਿਤੇ ਚੋਰੀ ਦਾ ਇਲਜ਼ਾਮ ਲੱਗੇ ਚੱਲ ਕਿਤੇ ਨੌਕਰੀ ਲੱਭ ਲੈਨੇ ਆ ਚੱਲ ਓਹੋ ਓਏ ਐਨੀ ਹੱਸਦਾ ਰਾਕਸ਼ਸ ਥੋੜਾ ਲਾਊਡ ਓਫੋ ਕੋਈ ਨੂੰ ਦੱਸੇਗਾ ਕਿਵੇਂ ਹੱਸਦਾ ਹੈ ਟੂ ਗੁੱਡ ਰਾਕਸ਼ਸ ਥੈਂਕ ਯੂ ਜੀ ਬਸ ਕਦੇ ਮਾਣ ਹੀ ਨਹੀਂ ਕੀਤਾ ਜੀ ਤੁਸੀਂ ਮੈਨੂੰ ਇਹ ਦੱਸੋ ਤੁਸੀਂ ਰਾਕਸ਼ਸ ਦੀ ਇੰਨੀ ਵਧੀਆ ਐਕਟਿੰਗ ਕਿਵੇਂ ਕਰਦੇ ਹੋ ਓਹ ਮੇਰੇ ਡੈਡੀ ਦੱਸਦੇ ਜੀ ਜਦੋਂ ਮੈਂ ਹੋਣ ਵਾਲਾ ਸੀ ਨਾ ਜੀ ਮੇਰੇ ਮੰਮੀ ਸ਼ਨੀਵਾਰ ਨੂੰ ਟੂਣੇ ਉੱਤੇ ਹੀ ਟੱਪ ਗਏ ਸੀਗੇ ਜੀ ਹਾਂਜੀ ਇਹ ਤਾਂ ਕੁਝ ਵੀ ਨਹੀਂ ਜੀ ਲਾਸਟ ਈਅਰ ਮੈਨੂੰ ਬੈਸਟ ਰਾਕਸ਼ਸ ਆਫ ਦਾ ਈਅਰ ਅਵਾਰਡ ਮਿਲਿਆ ਸੀਗਾ ਜੀ ਇਹ ਅਵਾਰਡ ਕਦੇ ਸੁਣਿਆ ਤਾਂ ਹੈ ਨਹੀਂ ਉਹ ਪਿੱਛੇ ਸਾਡੇ ਪਿੰਡ ਦੀ ਗ੍ਰਾਮ ਪੰਚਾਇਤ ਨੇ ਸ਼ੁਰੂ ਕੀਤਾ ਨਾ ਜੀ ਓਹੋ ਰਾਕਸ਼ਸ ਜੀ ਰਾਕਸ਼ਸ ਨੂੰ ਡਿਪਟੀ ਕਹਿੰਦੇ ਆ ਓਏ ਮੋਟਰਸਾਈਕਲ ਲੈ ਕੇ ਆਹੋ ਚੱਲ ਫਿਰ ਗੇੜੀ ਮਾਰ ਕੇ ਆਈਏ ਹਾਂ ਚੱਲ ਚੱਲ ਆ ਚੱਲ ਫਿਰ ਆਲੋ ਐਡਵਾਂਸ 200 ਰੁਪਏ ਪਰ ਰਹਿਸਲ ਤੇ 1000 ਰੁਪਏ ਪਰ ਸ਼ੋ ਕੋਈ ਨਾ ਜੀ ਤੁਹਾਡੇ ਕਰਕੇ ਕਰ ਲੂੰਗਾ ਜੀ ਜਸਮੀਤ
हाँ जी सर। इन्हें अपने नवे म्यूजिक टीचर बब्बू कीर्तपुरिया। इन्होंने तो मैं पहला भी मिली हाँ एक शूटिंग थे। रियली? हाँ जी। ओके तुसी इन्हें बच्चा ना इंट्रोड्यूस कराओ। ओके आई विल सी यू लेटर। जी गुड लक। थैंक यू। आ जाओ थोड़ा इंट्रोडक्शन करा देनी है मेरे स्टूडेंट्स का। हाँ जी। पूजा मनप्रीत शिवानी प्रबलीन गुरप्रीत। बाबू जी कीरतपुरिया जी। अब जी फिर तुसी कदों तो आ रहे हो? मेरा तां जी करदा मैं जावां ही ना। पर हुण ते क्लासेस खत्म होने वालियां ने। अच्छा जी। चलो फिर तो कल ही मिलते हैं। चंगा जी फिर। चंगा बच्चो दिलों सत श्री अकाल है। लेट्स कंटिन्यू। यार बब्बू तो कहता सी हॉलदार अज नाइट ड्यूटी ते आ अंदरों वाजा जी कदी आई जांदियां ने। ओ भाई जुए हो गए। ओ यार कौन ता इनू डीकी जावांगे। मैं तो कहना टाकी टप के अंदर चलदे आ। मैं सवेरे रिहर्सल ते भी जाना है। ओ साले चंगा तुहाडा जमीर जगाया आपदा सोना भी औखा होया पिया। ओ भरावा कोई नौकरी लभ ला घट्टो घट घर लैण जोगे तो होइए। यार अज धक्के खा के तो आया बई टाइम तो लगूगा ही। ओ भाई ओए गैस वॉट की कहंदे बट ते जाके सौजो। ओ नहीं ओए की होया साले हो नौकरी मिल गई नौकरी म्यूजिक टीचर दी 8000 रुपया महीना। कल नु हुण तैनू भाग मिलखा भाग दिखाणिया। मैनू एक ड्रामे च काम मिल गया पर पैसे ना पुछी यार। ओ दारू किथे आ सालिया पार्टी। सालिया तू तो कहता सी जब तक सेट नहीं होते पार्टी नहीं करनी। सालिया इहदा की पता कदों सेट होवे घट्टो घट दारू भी कितने सेट हुई है। साले चौथे पैग नाल भी जीज कर दे भाई। बिल्कुल नवा गाना कौन दे हुणे हुणे तैयार कीता छोटे भाई ने। साला गिल्ला वे ध्यान नाल सुनियो हेक लागे करूंगा शुरू। वाह क्या बात है। कॉलेज दे विच पढ़दे असी परिंदे कईयां तो नीवें ताइयों नजरों लाहे ओ राही मिली बस दी शौकी पढ़ने ली मेरी चिट्टी लांसर वड़ दी जांदी फाहे। बब्बू बब्बू दरवाजा खोल अब बाहर डस्टबिन की ना खिला रहा है। ओए उठो ओए उठ पा ओए उठ बंगा पै गया। ओ साल्या मेरा मकान मालिक आ गया उठो बचो साल्यो आ सेट समान दिया परे की गल दंगे हो गए चली ओए ए साला तो ने बाग मिलखा बाग ता गीत गाउणी सी मेनू कुछ चल चलो चल चल हां बोतलो ओ बचा के आ गया। ओ तो खोल दे मैं तोड़ के बस खोल दे भाजी खोल दे सा कुत्ते गए यार। ओए तू बचियो आ कौन है मेनू नहीं पता भाजी तेनू नहीं पता ना जी। उस सालिया ओ गुगू भाई तो थोड़ियो मंगला ओ साले गुगू भाई कारपेंटर ओ भाजी तेल तूल फड़ा तो तिलक के निकल जावे। सालिया गुगू भाजी कहां तेल ही है जेड़ा तेल फड़ोंगे अ भाजी तो ग्रीस बनाओ भाजी। साले ओ ग्रीस नु किते भाजी वर्कशॉप मैं ना ग्रीस तानू साले आ चक्को अपनी टेंट फौड़ी जे आज तो बाद मेरे घर दे नेड़े तेड़े भी दिस गए ना सालिया नु थाने च लम्मे पा के कुटू भाजो साले फुकरे। चंगा भला मैं इत्थे सेट सीगा सालिया ने आके मैनू भी उजाड़ता। सवा सेट सी कच्ची टाकी वाले मकान च रही है ना सेट सी तू। मैं साले दा इट मारूंगा दस मिनट की ने खिला रहा सी साले खाती पीती च की पता लगदा किने खिला रहा। मैनू साला ये नहीं समझांदा भी हुण रहना किथे आ। चल तू हौसला रख करदिया कोई ना कोई जुगाड़। साले 1500 च रहे चारे रही जांदे सी हुण इतों सस्ता किथों लभ लोगे। मैनू तां ये नहीं समझांदी लभणा कदे लई है टाकी टुटी है मोरी बीजी टप के चारे जणे अंदर ही रही जावांगे। ओ तेरी गल जची नहीं गल देख यार तू शहर च किते ना किते कोई सस्ता मकान तां लभ जूगा। चलो चलिए चलो चल लभ लांगे यार। किराए च भावें कृपाल सिंह गिल नूं चार छिलड़ कट बज जाण ओहदी कोई टेंशन नहीं क्योंकि सुख नाल मैं फौज चों सूबेदार मेजर रिटायर होया। पर एक गल मैनूं सच सच दस दिओ बई तुसीं दोवें छड़े हो? हाँ जी हाँ जी छड़े हाँ जी। किवें साले हुब के दस दिया जिवें छड़ा आर्मी दी हाईएस्ट पोस्ट होवे। सॉरी जवान दो मकान। पर क्यों जी आप मकान क्यों नहीं मिल सकता? ਤੁਸੀਂ ਮਕਾਨ ਭਾਲਦੇ ਹੋ ਮੈਂ ਛੜੇ ਬੰਦੇ ਦੀ ਮਕਾਨ ਨਾ ਜਾਵਾਂ। ਸਮਝੇ ਨਹੀਂ ਜੀ ਸਮਝਾ ਤਾਂ ਮੇਰਾ ਬਾਪੂ ਗਿਆ ਸੀ ਮੈਨੂੰ
भी काका जिंदगी च कदे झाड़ू खड़ा ना रखी ते किराएदार छड़ा ना रखी। पर तुसी छड़िया तो इन्हें नफरत क्यों कर दियो जी? नफरत घर च जवान भतीजी आ थोड़े वर्गे दो छड़े मस्तंडिया नू मैं किवें बाल लूं? मैं तां घरे कदे वाजपाई दा कैलेंडर नहीं कंध ते टंगण दित्ता। तुसी तां अंकल गल होरे पासे लै गए। सॉरी जवान, नो रूम फॉर छड़ा, शाबाश। ਤੁਹਾਨੂੰ ਕਿਹਨੇ ਕਿਹਾ ਜੀ ਅਸੀਂ ਛੜਿਆ? ਸਾਡੀਆਂ ਦੋਵਾਂ ਦੀਆਂ ਵੋਟੀਆਂ ਤਾਂ ਵਹੀਆਂ ਹੋਈਆਂ ਜੀ। ਕਮਾਲ ਹੈ, ਛੜਿਆਂ ਦੀਆਂ ਭੈਣਾਂ ਹੁੰਦੀਆਂ ਤਾਂ ਬਥੇਰੀਆਂ ਨਹੀਂ ਸੁਣਿਆ, ਵੋਟੀਆਂ ਵੀ ਹੁੰਦੀਆਂ ਸਾਲਾ, ਅੱਜ ਪਤਾ ਲੱਗਿਆ। ਆ ਕੀ ਗੱਲ, ਪਹਿਲਾਂ ਆਪਣੀਆਂ ਵੋਟੀਆਂ ਵਿਆਹ ਕੇ ਗਾਹਾਂ ਕਿਸੇ ਨੂੰ ਡੋਨੇਟ ਕਰਤੀਆਂ ਸੀ? ਤੁਸੀਂ ਸਮਝੇ ਨਹੀਂ ਜੀ, ਸਾਡੇ ਦੋਵਾਂ ਦਾ ਵਿਆਹ ਹੋਇਆ, ਛੜਾ ਤਾਂ ਸਾਡੀ ਕਾਸਟ ਆ। ਕੀ ਮਜ਼ਾ, ਮਾਈਸਲ ਪਾਲੀ ਛੜਾ, ਦਿਸ ਇਜ਼ ਮਾਈ ਕਜ਼ਨ ਜਸ ਛੜਾ। ਛਾਬੜੇ ਤਾਂ ਬਥੇਰੀਆਂ ਨਹੀਂ ਸੁਣਿਆ, ਸਾਲੀ ਛੜਾ ਵੀ ਕੋਈ ਕਾਸਟ ਹੁੰਦੀ, ਅੱਜ ਪਤਾ ਲੱਗਿਆ। ਵਜਾ ਵਜਾ ਕਰਾਤੀ ਬਾਈ, ਪਰ ਐਡੀ ਗੰਦੀ ਕਾਸਟ ਵਾਲੇ ਦੇ ਹੱਥ ਤਾਂ ਕੋਈ ਕੱਟੀ ਦਾ ਸੰਗਲ ਨਹੀਂ ਦਿੰਦਾ, ਤੁਹਾਨੂੰ ਕੁੜੀਆਂ ਕਿਹਨੇ ਦੇਤੀਆਂ? ਜ਼ਰੂਰ ਕੁੜੀ ਵਾਲੇ ਕਿਸੇ ਗੱਲੋਂ ਕਾਣੇ ਹੋਣੇ ਆ। ਖੈਰ, ਚਵਾਰਾ ਤਾਂ ਤੁਹਾਨੂੰ ਮੈਂ ਆਪਣਾ ਦੇ ਦੂੰ ਕਿਰਾਏ 'ਤੇ, ਉਹਦੀ ਕੋਈ ਪ੍ਰੋਬਲਮ ਨਹੀਂ। ਪਰ ਇੱਕ ਗੱਲ ਕੰਨ ਖੋਲ੍ਹ ਕੇ ਸੁਣ ਲਓ, ਜੇ ਕੱਲ੍ਹ ਨੂੰ ਮੇਰੀ ਭਤੀਜੀ ਨਾਲ ਕੋਈ ਊਚ ਨੀਚ ਹੋਈ ਤਾਂ ਇਹ ਸੋਚ ਲਿਓ ਕਿ ਵੋਟੀਆਂ ਤੁਹਾਡੇ ਦੋਹਾਂ ਦੀਆਂ ਵੀ ਬਚਦੀਆਂ, ਕਿਉਂਕਿ ਸੂਬੇਦਾਰ ਮੇਜਰ ਕਿਰਪਾਲ ਸਿੰਘ ਗਿੱਲ ਉਹ ਵੀ ਛੜਾ ਹੀ ਹੈ। ਨਾ, ਤੁਸੀਂ ਵਿਆਹ ਹੋਏ ਕਿ ਕਰ ਲਿਆ ਹੋਏ? ਹੋਰ ਆਹੋ, ਪਰ ਸਾਲੇ ਉਹ ਜਨਾਨੀਆਂ ਕਿੱਥੋਂ ਲੈ ਕੇ ਆਉਂਗੇ? ਉਹ ਵੀ ਹੋ ਗਈਆਂ। ਲੈ, ਇਹ ਤਾਂ ਘਰ ਦੇ ਨਾਲ ਨਾਲ ਸਾਲੇ ਜਨਾਨੀਆਂ ਵੀ ਕਰੀ ਬੈਠੇ ਨੇ। ਉਹ ਸਾਲਾ ਮੈਂ ਤੋਂ ਹਸਬੈਂਡ ਬਣ ਗਿਆ, ਉਹ ਸਾਲਾ ਮੈਂ ਤੋਂ ਹਸਬੈਂਡ ਬਣ ਗਿਆ। ਯੈਸ ਵੀਰਜੀ, ਹਸਬੈਂਡ ਹੀ ਵਾਈਫ ਨਾ। ਸਾਲਾ ਕੀ ਮਤਲਬ ਹੈ ਤੇਰਾ? ਹੋਏ ਦੱਸ ਹੋਏ। ਦੇਖ ਬਾਈ, ਜਿੱਦਾਂ ਤੂੰ ਪਿੰਡ 'ਚ ਸਰੂਪਨਗਾ ਬਣ ਕੇ ਰਹਿੰਦਾ ਸੀ, ਉਦਾਂ ਹੀ ਸਾੜੀਆਂ ਬਣ ਕੇ ਇਸ ਘਰ 'ਚ ਰਹਿਣਾ, ਨਾਲੇ ਸਾਡੀ ਵੋਟੀ ਬਣ ਕੇ। ਉਹ ਪਰਾਂ ਮਰੋ ਤੁਸੀਂ ਓਏ, ਤੁਹਾਡੇ ਨਾਲ ਸੌਣ ਨਾਲੋਂ ਤਾਂ ਮੈਂ ਸਟੇਸ਼ਨ ਤੇ ਬੈ ਕਿਸੇ ਭਈਏ ਨਾਲ ਸੌਂਜੂਗਾ। ਸਾਲੇ ਐਨੇ ਵੀ ਨਹੀਂ ਮਾੜੇ, ਇੰਨੀ ਮੁਸ਼ਕਿਲ ਨਾਲ ਕਿ ਮਕਾਨ ਮਿਲਿਆ, ਸਮਝਾਓ ਇਹਨੂੰ। ਹਾਂ, ਉਹ ਮੰਨ ਜਾ ਯਾਰ, ਨਾਲੇ ਇੱਥੇ ਬਲਾਊਜ਼ ਵੀ ਬਾਲੇ ਘੈਂਟ ਮਿਲਦੇ ਆ। ਮੈਂ ਥਾਪੜਾ ਮਾਰੂ, ਮੈਂ ਕਰੋ ਧਰਮਿੰਦਰ ਬਣਨਾ ਆਇਆ, ਤੂੰ ਮੈਨੂੰ ਹੇਮਾ ਮਾਲਿਨੀ ਬਣਾਈ ਜਾਂਦਾ। ਆਹੋ, ਮੈਨੂੰ ਬਣਾ ਕੇ ਸੜਕ ਦੱਸਣ ਜੇ ਦੱਤ, ਤੂੰ ਬਣ ਜਾ ਧਰਮਿੰਦਰ। ਉਹ ਯਾਰ, ਜਿੰਨਾ ਚਿਰ ਘਰ ਨਹੀਂ ਮਿਲਦਾ ਉਨਾ ਚਿਰ ਹੀ ਸਾੜੀਆਂ ਪਾਉਣੀਆਂ। ਦੇਖ ਬਈ ਡਿਪਟੀ, ਜੇ ਰਹਿਣ ਨੂੰ ਛੱਤ ਨਾ ਮਿਲੀ ਫਿਰ ਸਾਰੀ ਉਮਰ ਪਿੰਡ 'ਚ ਸਾੜੀਆਂ ਪਾਪਾ ਘੁੰਮੀ। ਹੋਰ ਕੀ, ਮੰਨ ਜਾਣਾ ਯਾਰ, ਮੰਨ ਜਾ ਯਾਰ ਬਾਈ, ਪਲੀਜ਼। ਇੱਕ ਕਾਮਯਾਬ ਕਲਾਕਾਰ ਬਣਨ ਲਈ ਵੀ ਪਤਾ ਨਹੀਂ ਕੀ ਕੁਛ ਕਰਨਾ ਪੈਂਦਾ। ਚਲੋ ਠੀਕ ਹੈ ਯਾਰ। ਉਹ ਬੱਲੇ, ਇਹਨੂੰ ਕਹਿੰਦਾ ਯਾਰ, ਉਹ ਪਰ ਸਾੜੀ ਪਵਾ ਕੇ ਕਿਤੇ ਯਾਰ ਮਾਰ ਨਾ ਕਰ ਦਿਓ। ਨਹੀਂ, ਉਹ ਪਰ ਗੱਲ ਸੁਣ ਓਏ, ਆਪਣੀ ਤਿੰਨਾਂ ਦੀ ਇੱਕੋ ਹੀ ਘਰ ਵਾਲੀ ਹੋਊਗੀ। ਸਾਲਿਆ, ਦੂਜੀ ਘਰ ਵਾਲੀ ਤੂੰ ਬਣੇਗਾ? ਓਏ ਤੂੰ ਪਰਾਂ ਮਰ ਨਾ, ਹੁਣ ਤੇਰੇ ਵਾਰੀ ਬਲੌਜ ਮੁੱਕ ਗਏ। ਉਹ ਨਹੀਂ ਨਹੀਂ ਯਾਰ, ਸਾੜੀ ਪਾ ਕੇ ਤਾਂ ਮੇਰਾ ਢਿੱਡ ਦਿਖੂਗਾ। ਉਹ ਸਾਲਿਆ, ਕਿਧਰੇ ਤੇਰੀ ਧੁੰਦੀ ਕਾਲੀ ਹੁੰਦੀ, ਸੂਟ ਪਾ ਲਿਆ ਕਰੀ। ਨਾਲੇ ਊਂ ਵੀ ਮੈਂ ਸੁਣਿਆ ਇੱਥੇ ਪੰਜਾਬੀ ਸੂਟ ਬਾਹਲੀ ਸੋਹਣੇ ਮਿਲਦੇ ਆ। ਉਹ ਨਾਲੇ ਸਾੜੀ ਬਣਨੀ ਔਖੀ ਆ ਵੀ, ਮੈਂ ਵੀ ਸੂਟ ਹੀ ਪਾਇਆ ਕਰੂੰ। ਚਲੋ ਫੇਰ, ਛੇਤੀ ਛੇਤੀ ਚਾਹ ਮਗਾਓ, ਆਪਾਂ ਵੈਕਸ ਵੀ ਕਰਾਉਣੀ ਆ। ਯੈਸ, ਓਏ ਫੋਟੋ ਜ਼ੀਰੋ। ਏ ਆ ਜੀ ਨੀਰੂ। ਹੈਲੋ ਜੀ, ਨੀਰੂ ਬਾਜਵਾ? ਨਹੀਂ ਜੀ ਨਹੀਂ, ਨੀਰੂ ਛੜਾ। ਤੇ ਇਹ ਆ ਜੀ ਪਿੰਕੀ। ਮੋਗੀ ਵਾਲੀ? ਨਹੀਂ ਜੀ, ਪਿੰਕੀ ਛੜਾ। ਮੈਨੂੰ ਸਮਝ ਨਹੀਂ ਆਈ ਇਹ ਗੱਲ ਦੀ ਵੀ ਐਡੀਆਂ ਸੋਹਣੀਆਂ ਤੁਹਾਡੀਆਂ ਘਰ ਵਾਲੀਆਂ ਤੇ ਤੁਹਾਨੂੰ ਮਕਾਨ ਲੱਭਣ 'ਚ ਫਿਰ ਵੀ ਇੰਨੀ ਦਿੱਕਤ ਆਈ। ਉਹ ਬਸ ਜੀ, ਇਹੀ ਤਾਂ ਦਿੱਕਤ ਆ ਕਿ ਸੋਹਣੀਆਂ ਨੇ ਜਿੱਥੇ ਵੀ ਗਏ ਮਕਾਨ ਮਾਲਕ ਚੰਦਰੇ ਹੀ ਟੱਕਰੇ। ਅਸੀਂ ਦੋਵੇਂ ਵੀਰੇ ਕੰਮ ਤੇ ਜਾਣ ਲੱਗੇ ਕਹਿ ਜਾਂਦੇ ਸੀ ਕਿ ਪਿੱਛੋਂ ਨਿਗਾਹ ਰੱਖਿਓ। ਨਿਗਾਹ ਤਾਂ ਕੀ, ਮੇਰੇ ਸਾਲੇ ਦੇ ਅੱਖ ਹੀ ਰੱਖ ਲੈਂਦੇ ਸੀ। ਵੈਸੇ ਸੂਬੇਦਾਰ ਸਾਹਿਬ, ਤੁਸੀਂ ਤਾਂ ਨਹੀਂ ਇਹੋ ਜਿਹੇ ਹੈਗੇ ਨਾ? ਹੈ ਜੀ, ਮੇਰਾ ਮਤਲਬ ਤੁਹਾਡੀ ਨੀਤ ਤਾਂ ਠੀਕ ਹੈ ਨਾ? ਨੀਤ ਬਦਲਣ ਲੱਗੇ ਕਿਤੇ ਟਾਈਮ ਲੱਗਦਾ। ਹਾਂਜੀ, ਮੇਰੇ ਕਹਿਣ ਦਾ ਮਤਲਬ ਤੁਸੀਂ ਹੈ ਹੀ ਐਡੀਆਂ ਸੋਹਣੀਆਂ, ਇਹਦੇ 'ਚ ਮਕਾਨ ਮਾਲਕਾਂ ਦਾ ਕੀ ਕਸੂਰ? ਖੈਰ, ਮੈਨੂੰ ਇਹ ਦੱਸੋ, ਤੁਹਾਡੇ ਦੋਹਾਂ 'ਚੋਂ ਕੌਣ ਕਿਹਦਾ ਘਰ? ਹੈ ਇਹ ਨੇ ਜੀ ਮੇਰੇ ਘਰ ਵਾਲੇ ਦੋਵੇਂ। ਨਹੀਂ ਨਹੀਂ ਜੀ, ਇਹ ਇਕੱਲੇ ਤੇ ਇਹ ਨੀਰੂ ਦੇ ਘਰ ਵਾਲੇ ਨੇ। ਓ, ਮੈਂ ਸੋਚਿਆ ਦੋਵੇਂ ਤੁਹਾਡੇ ਪਤੀ ਨੇ। ਨਹੀਂ, ਤੇ ਤੁਸੀਂ ਇਕੱਲੇ ਆ। ਹਾਏ, ਸੱਚ ਕਹਿ ਗਏ ਬਾਪੂ ਜੀ, ਫੌਜੀ ਰਫਲ ਤੋਂ ਤੇ ਘੋੜੀ ਨਸਲ ਤੋਂ ਪਛਾਣੀ ਜਾਂਦੀ ਹੈ। ਅਜੇ ਫੇਰ ਵੀ ਤੁਹਾਨੂੰ ਉੱਪਰ ਰਹਿਣ ਦੇ ਵਿੱਚ ਜਗ੍ਹਾ ਘੱਟ ਲੱਗੇ, ਤੁਹਾਡੇ 'ਚੋਂ ਇੱਕ ਅੱਧਾ ਜਾਣਾ ਥੱਲੇ ਆ ਕੇ ਐਡਜਸਟ ਹੋ ਸਕਦਾ, ਉਹਦੇ ਲਈ ਭਾਵੇਂ ਮੈਨੂੰ ਕਿਰਾਇਆ ਹੋਰ ਘੱਟ ਦੇ ਦਿਓ। ਨਹੀਂ ਜੀ, ਅਸੀਂ ਕਿਰਾਇਆ ਵੀ ਪੂਰਾ ਦੇਵਾਂਗੇ ਤੇ ਐਡਜਸਟ ਵੀ ਉੱਪਰ ਹੀ ਹੋਵਾਂਗੇ। ਹਾਂ,
मेरे नाल ही ना एडजस्ट होया कोई। हां जी मेरा मतलब जदों असी फौज हुंदे सी असी इको तंबू च 20-20 जाने एडजस्ट हो जांदे सी। हाय अल्लाह देखो ना चाचा जी। हाय जसमीत आओ बेटा मीठ है ए मेरी भतीजी जसमीत ते इन्हें अपने नवे किराएदार। सत श्री अकाल जी। हां जी सत श्री अकाल। ए मेरी वाइफ नीरू। सत श्री अकाल जी। ते ए है जी मेरी ब्यूटीफुल वाइफ पिंकी छड़ा। सत श्री अकाल जी। सत श्री अकाल जी। तुसी तुहाडी शक्ल ते जमाई जमा नहीं जी मिलदी किसे नाल किदे नाल वैसे साडे नवे म्यूजिक टीचर बबू नाल बिल्कुल ऐदा लगदा जिवें ओही लेडी सूट पाके खड़े होन। हुन मेरी की गलती आ अब ओ मेरा 2 साल छोटा जुड़वा भरा है जी। एक मिनट इत्थे साला 2 मिनट का फर्क होवे सी तां नहीं जोड़ा भरा मानदे ते इत्थों 2 साल छोटा जोड़ा किवें हो गया। ओ नहीं जी सूबेदार साहब असल दे विच इन्हां दी शक्लां इन्नी ज्यादा मिलदियां ने सारे लोग प्यार नाल इन्हां नूं जुड़मा जुड़मा कहिंदे ने। अच्छा तुसीं कहिंदे हो फिर हो सकदा है जुड़वे होण। ਉਹਨਾਂ ਨੂੰ ਪਤਾ ਤੁਸੀਂ ਇੱਥੇ ਰਹਿਣਾ ਹੈ। ਨਹੀਂ ਜੀ ਨਹੀਂ ਤੇ ਆਪਾਂ ਕੱਲ ਹੀ ਸੱਦ ਲੈਨੇ ਆ। ਨਾ ਜੀ ਨਾ ਵੀ ਹੇਟ ਟੁਗੇਦਰ। ਹੇਟ ਟੁਗੇਦਰ ਨਹੀਂ ਹੁੰਦਾ ਹੇਟ ਈਚ ਅਦਰ ਹੁੰਦਾ। ਚਲੋ ਜਿੱਦਾਂ ਮਰਜ਼ੀ ਹੈ ਤੁਸੀਂ ਸਮਝ ਤਾਂ ਗਏ ਹੀ ਨਾ। ਤੁਸੀਂ ਸਮਝਾਤਾ ਮੈਂ ਸਮਝ ਗਿਆ। ਅੰਕਲ ਜੇ ਥੋੜੀ ਛਾਣਬੀਨ ਤੇ ਟੋਕਾ ਟਾਕੀ ਪੂਰੀ ਹੋ ਗਈ ਹੋਵੇ ਕੀ ਅਸੀਂ ਆਪਣੇ ਕਮਰੇ ਜਾ ਸਕਦੇ ਹਾਂ? ਨਹੀਂ ਹਾਂ ਮੈਂ ਤਾਂ ਸਿਰਫ ਇੰਨੀ ਕੇ ਬੇਨਤੀ ਕਰਨੀ ਸੀ ਕਿ ਅੱਜ ਰਾਤ ਦਾ ਖਾਣਾ ਮੇਰੇ ਵੱਲ। ਸੋ ਸਵੀਟ। ਠੀਕ ਹੈ ਕਿਉਂਕਿ ਸਾਡੇ ਰਿਵਾਜ਼ ਆ ਅਸੀਂ ਪਹਿਲੇ ਦਿਨ ਨਵੀਂ ਵੋਟੀ ਨੂੰ ਚੌਂਕੇ ਨਹੀਂ ਚਾੜਦੇ। ਨਹੀਂ ਜੀ ਪਰ ਇਹਨਾਂ ਦੇ ਰਿਵਾਜ ਹੈ ਇਹ ਪਹਿਲੇ ਦਿਨ ਨਵੀਂ ਵੋਟੀ ਨੂੰ ਚੁਆਰੇ ਚਾੜ ਦਿੰਦੇ ਨੇ। ਚਲੋ ਚੱਕੋ ਸਮਾਨ। ਚਲੋ ਚੱਕੋ ਚੱਕੋ ਜੀ। ਹਾਂ ਹਰੀ ਅਪ। ਥੈਂਕ ਯੂ ਥੈਂਕ ਯੂ। ਸਾਲੀ ਗਲਤੀ ਹੋ ਗਈ ਮੈਂ ਚੁਆਰੇ ਹੀ ਥੱਲੇ ਪਾ ਲੈਣਾ ਸੀ। ਓਏ ਤੁਹਾਨੂੰ ਸਾਲਾ ਆਹੀ ਘਰ ਮਿਲਿਆ ਸੀਗਾ ਰਹਿਣ ਨੂੰ? ਹੁਣ ਸਾਨੂੰ ਥੋੜਾ ਨਾ ਪਤਾ ਸੀ ਕਿ ਹਰ ਥਾਂ ਤੇ ਢੋਲਕੀਆਂ ਵੱਜੇ ਵਜਾਉਂਦਾ ਫਿਰਦਾ ਤੂੰ। ਓਏ ਬਕਵਾਸ ਨਾ ਕਰ ਕੱਲ ਦਾ ਸਟਾਰ ਆ ਮੈਂ। ਵੱਡਾ ਸਟਾਰ ਉਹ ਤੈਨੂੰ ਕੋਈ ਪਛਾਣਦਾ ਨਹੀਂ ਜਿੱਥੇ ਲੋੜ ਨਹੀਂ ਉੱਥੇ ਲੋਕ ਤੈਨੂੰ ਪਛਾਣੀ ਜਾਂਦੇ ਆ। ਉਹ ਛੱਡੋ ਯਾਰ ਹੁਣ ਐ ਦੱਸੋ ਵੀ ਆ ਹਮਸ਼ਕਲ ਵਾਲੇ ਸਿਆਪੇ ਦਾ ਕੀ ਕਰਨਾ? ਦੇਖ ਬਾਈ ਭੈਣ ਭਰਾ ਦੋਹਾਂ ਚੋਂ ਇੱਕ ਪਾਸੇ ਲੰਗ ਮਾਰ ਕੇ ਤੁਰਿਆ ਕਰ। ਜਸਮੀਤ ਨੂੰ ਆਪੇ ਵਿਸ਼ਵਾਸ ਹੋ ਜੂ ਕਿ ਤੁਸੀਂ ਅੱਡ ਅੱਡ। ਲੈ ਦੱਸ ਤੇ ਮੈਂ ਕੀ ਮਾਰਾਂ ਉਹ ਬੁੜਾ ਮੇਰੇ ਤੇ ਲਾਈਨ ਮਾਰੀ ਜਾਂਦਾ। ਨੀਰੂ ਉੱਤਰੀ ਉਹ ਆ ਗਿਆ ਉਹ ਸਾਡਾ ਆਪਣੀਆਂ ਬਿੱਗਾਂ ਚੱਕੋ ਤੇ ਪੱਛੋ। ਬੁੜੇ ਨੂੰ ਕਿ ਲਾਈਨ ਨਹੀਂ ਮਾਰੀ ਜਾਂਦਾ ਕਦੇ ਬੈਲ ਵੀ ਮਾਰ ਲਿਆ ਕਰ। ਤੂੰ ਮੈਂ ਅੰਦਰ ਆ ਜਾਵਾਂ ਜੀ? ਉਹ ਵੈਸੇ ਤੁਸੀਂ ਆਲਰੇਡੀ ਅੰਦਰ ਹੀ ਹੋ ਜੀ। ਸਾਡੇ ਚੁਬਾਰੇ ਦਾ ਅੰਦਰ ਇੱਥੋਂ ਸ਼ੁਰੂ ਹੁੰਦਾ। ਆਜੋ ਜੀ ਆਜੋ। ਮੈਂ ਤੁਹਾਡੇ ਲਈ ਖਾਣਾ ਲੈ ਕੇ ਆਇਆ ਸੀ। ਤੁਸੀਂ ਅੱਜ ਚੁੱਲ੍ਹਾ ਨਹੀਂ ਨਾ ਬਾਲਿਆ ਹੋਣਾ ਪਰ ਤੁਸੀਂ ਇੰਨੇ ਬੌਂਦਲੇ ਕਿਉਂ? ਨਹੀਂ ਨਹੀਂ ਜੀ ਨਵੀਂ ਨਵੀਂ ਜਗ੍ਹਾ ਨਾ ਇਸ ਲਈ ਜੀ। ਨਵੀਂ ਜਗ੍ਹਾ ਨੂੰ ਸਪੇਸ 'ਤੇ ਆਇਓ ਤੁਹਾਡੀਆਂ ਵੋਟੀਆਂ ਨਹੀਂ ਦਿਖਦੀਆਂ? ਉਹ ਤਾਂ ਜੀ ਨਹਾਉਣ ਗਈਆਂ ਨੇ ਦੋਵੇਂ ਇਕੱਠੀਆਂ ਹੀ ਇੱਕ ਦੂਜੇ ਦੀ ਪਿੱਠ ਤੇ ਸਾਬਣ ਲਾਉਣ ਲਈ। ਉਹ ਆਪਦਾ ਪੂਰੀ ਪਿੱਠ ਤੇ ਹੱਥ ਨਹੀਂ ਨਾ ਜਾਂਦਾ। ਹੱਥ ਤਾਂ ਕਿਸੇ ਦਾ ਵੀ ਨਹੀਂ ਪਿੱਠ ਤੇ ਜਾਂਦਾ ਹੁੰਦਾ ਪੂਰਾ। ਮੈਨੂੰ ਵੇਖੋ ਹੁਣ ਤੱਕ ਕਦੇ ਖਿਆਲ ਹੀ ਨਹੀਂ ਆਇਆ ਨਹੀਂ ਮੈਂ ਵੀ ਆਪਣੀ ਪਿੱਠ ਤੇ ਸਾਬਣ ਲਵਾ ਲੈਂਦਾ ਕਿਸੇ ਕੋਲੋਂ। ਹਾਂਜੀ ਜਨਾਨੀਆਂ ਆਪਣੀ ਸਿਹਤ ਦਾ ਕਿੰਨਾ ਖਿਆਲ ਰੱਖਦੀਆਂ ਤੇ ਬੰਦੇ ਕਿੰਨੇ ਜੱਡ ਹੁੰਦੇ ਆ। ਕਦੋਂ ਕੁ ਬਾਹਰ ਆਉਣਗੀਆਂ? ਉਹਨਾਂ ਨੂੰ ਤਾਂ ਹਜੇ ਟਾਈਮ ਲੱਗੂਗਾ ਜੀ। ਜਦੋਂ ਅੰਦਰ ਚਲੇ ਜਾਂਦੀਆਂ ਨੇ ਟੱਬ 'ਚ ਪਾਣੀ ਪਾ ਕੇ ਬੱਚਿਆਂ ਵਾਂਗੂ ਖੇਡਦੀਆਂ ਰਹਿੰਦੀਆਂ ਨੇ। ਇਹਨਾਂ ਦਾ ਅਜੇ ਤੱਕ ਬਚਪਨਾ ਨਹੀਂ ਗਿਆ ਸਾਡੀ ਸਾਲੀ ਜਵਾਨੀ ਪੱਟਣ ਨੂੰ ਫਿਰਦੀ ਆ ਇਹਨਾਂ ਨੂੰ ਦੇਖ ਦੇਖ ਕੇ। ਹਾਂਜੀ ਕੁਛ ਨਹੀਂ ਮੈਂ ਹੁਣ ਅੰਦਰ ਜਾ ਕੇ ਸੁਨੇਹਾ ਦਿੰਦਾ ਤਾਂ ਚੰਗਾ ਨਹੀਂ ਲੱਗਦਾ। ਜਦੋਂ ਬਾਹਰ ਆਈਆਂ ਤਾਂ ਮੇਰਾ ਸੁਨੇਹਾ ਦਿਓ ਕਿ ਮੈਂ ਆਪਣੇ ਹੱਥਾਂ ਨਾਲ ਰੋਟੀ ਪਕਾ ਕੇ ਲੈ ਕੇ ਆਇਆ ਸੀ ਉਹਨਾਂ ਲਈ। ਠੀਕ ਹੈ ਜੀ ਮੈਂ ਚੱਲਦਾ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਵੈਸੇ ਮਾੜਾ ਜਿਹਾ ਇੱਕ ਵਾਰੀ ਫੇਰ ਟਰਾਈ ਕਰਕੇ ਖੜਕਾ ਕੇ ਦੇਖ ਲੈਂਦੇ ਸ਼ਾਇਦ ਬਾਹਰ ਆ ਜਾਂਦੇ। ਨਹੀਂ ਥੋੜ੍ਹਾ ਟਾਈਮ ਤਾਂ ਲੱਗੂਗਾ ਜੀ। ਅੱਛਾ ਜੀ। ਹਾਂਜੀ ਜੀ ਸਾਲੀਆਂ ਚੁੱਲ੍ਹੇ 'ਚ ਫੂਕਾਂ ਮਾਰੀਆਂ ਵੀ ਐਵੇਂ ਹੀ ਗਈਆਂ। ਚਾਚੇ ਭਤੀਜੀ ਨਾਲ ਇੰਨੀ ਕੰਫੀਡੈਂਸ ਨਾਲ ਗੱਲ ਕਰੋ ਕੱਲ ਨੂੰ ਮੈਡੀਕਲ ਟੈਸਟ ਕਰਾਵੇ ਤੁਸੀਂ ਜਨਾਨੇ ਹੀ ਨਿਕਲੋ। ਮਤਲਬ ਤੇਰਾ ਮਤਲਬ ਕੰਫੀਡੈਂਸ ਆਏ ਓਏ ਕਿੱਥੇ ਚੱਲੇ ਹੋ ਰੈੱਡ ਐਂਡ ਵਾਈਟ ਬਣ ਕੇ ਭਜਾ ਓਏ ਪਤਾ ਕੁਛ ਹੋ ਰਹੀ
बाबू जी की हाल चाल? वधिया, तुसी किदा? वधिया, तुहाडी भैण मिली सी मैनू। अच्छा, कल्ली सी कि जीजा भी सी नाल? जीजा भी नाल सी। हले कट्ठे रही जांदे दोने? नाले तुसी क्या अपना कर दिता उन्हां नू किराए ते? तुहानू किवें पता वो साडे घर आए ने? ओ मेरी सिक्स सेंस बहुत तेज है ना, मैनू अद्धी गल दसो, बाकी दी तां मैं आप ही बुझ लैना। वैसे दोने घर लभ रहे सी ना किराए ते, मैनू लग्गिया थोड़े घर ही ना आ गए हुण। हाँ, साढ़े घर ही किराए ते आए ने, पर तुसी भैण भरा एक दूजे नूं इन्नी नफरत क्यों करदे हो? ओ मेरी तां जी मेरी भैण नाल ना खानदानी दुश्मनी आ। एक ते खानदान है तुहाडा, खानदानी दुश्मनी किवें होई? लै व्याह तों बाद भैण दा खानदान जीजे वाला नहीं हो गया, उधरले पासों लगदी आ, उदां भैण नाल तां कोई रौला नहीं मेरा। जीजे नाल की रौला है? उहदे साले ने कई वार खाधी पीती च ना मेरे ते बजरी उछाली आ। मैं चिक्कड़ उछालना ते सुनिया, ए बजरी उछालनी की हुंदी है? ओ यार तुसी छड्डो, मेरा सिर पहले ही बहुत कन्फ्यूज आ, अब मेरा मतलब दुखदा। आपां चल के चाह ना पीए कैड़ी जी? चलो जी। हाँ जो फिर। ਘਰੋਂ ਚੰਗਾ ਭਲਾ ਧਰਮਿੰਦਰ ਬਣਨ ਆਇਆ ਸੀ, ਸਾਲਿਆਂ ਨੇ ਹੇਮਾ ਮਾਲਿਨੀ ਬਣਾ ਕੇ ਰੱਖਤਾ। ਮੇਰਿਆ ਰੱਬਾ, ਅੱਜ ਪਹਿਲੀ ਵਾਰੀ ਸੂਬੇਦਾਰ ਮੇਜਰ ਕਿਰਪਾਲ ਸਿੰਘ ਮੁਰਗੇ ਨਾਲ ਨੀਰੂ ਨੂੰ ਇੰਪ੍ਰੈਸ ਕਰਨ ਚੱਲਿਆ, ਵੇਖੀ ਕਿਤੇ ਪਾਪ ਨਾ ਲੱਗੇ। ਕੁੱਕੜੂ ਕੁੜੂ ਨੀ ਨੀਰੂ, ਕੁੱਕੜੂ ਕੁੜੂ, ਕੁੱਕੜੂ ਕੁੜੂ ਨੀ ਨੀਰੂ, ਕੁੱਕੜੂ ਕੁੜੂ, ਮੈਂ ਹਾਂ ਤੇਰਾ ਫੌਜੀ, ਮੇਰੀ ਬੁੱਗੀ ਹੈ ਤੂੰ, ਹੋ ਮੇਰੀ ਬੁੱਗੀ, ਹੋ ਮੇਰੀ ਬੁੱਗੀ, ਤੇਰੇ ਇਸ਼ਕ ਦੀ ਮੇਰੇ ਦਿਲ ਵਿੱਚ ਡੁਗ ਡੁਗ ਵੱਜਦੀ, ਡੁੱਗੀ ਮੇਰੀ ਬੁੱਗੀ, ਓ ਮੇਰੀ ਬੁੱਗੀ। ਆ ਜਾਓ ਸਾਲਿਓ, ਤੁਹਾਨੂੰ ਅੱਜ ਦੱਸਦਾ ਮੈਂ, ਆ ਜਾਓ ਪੁੱਤ। ਸਰਪ੍ਰਾਈਜ਼! ਓ ਮਾਰਤਾ ਜਲਦੀ ਦਰਵਾਜ਼ਾ ਖੋਲ, ਓਏ ਹੋਰ ਨਾ ਕਿਤੇ ਬਾਹਰ ਤੋੜਦੀ, ਓਏ ਹੁਣ ਟੁੰਡਾ ਕਰਕੇ ਖੋਲੇਗੀ, ਇੱਕ ਹੱਥ ਨਾਲ ਤਾਂ ਰੋਟੀਆਂ ਵੀ ਨਹੀਂ ਥੱਪੀਆਂ ਜਾਣੀਆਂ, ਫਿਰ ਪੱਟ ਤੇ ਰੱਖ ਕੇ ਥੱਪਿਆ ਕਰੂੰਗਾ। ਸੋਰੀ ਜੀ, ਮੈਂ ਸੋਚਿਆ ਕੱਲੀ ਬਾਈ ਹੈ, ਮੈਂ ਬਹੁਤ ਡਰ ਗਈ ਸੀ। ਤੁਸੀਂ ਵੈਸੇ ਕਿਵੇਂ ਆਏ? ਤੁਹਾਡੇ ਲਈ ਤੰਦੂਰੀ ਚਿਕਨ ਲੈ ਕੇ ਆਇਆ ਸੀ, ਤੁਸੀਂ ਤਾਂ ਮੇਰੀ ਬਾਂਹ ਦਾ ਵੀ ਕੀਮਾ ਬਣਾਤਾ, ਦੋਨਾਂ 'ਚੋਂ ਜਿਹੜਾ ਮਰਜ਼ੀ ਖਾ ਲਓ, ਚੁਆਇਸ ਹੀ ਬਸ। ਵੈਸੇ ਸੂਬੇਦਾਰ ਸਾਹਿਬ, ਤੁਹਾਨੂੰ ਅੱਜ ਚਿਕਨ ਦੀ ਕਿਵੇਂ ਸੁੱਝੀ? ਮੈਂ ਸੋਚਿਆ ਘਰ 'ਚ ਆਪਾਂ ਦੋ ਜੀ ਹਾਂ, ਇਕੱਠੇ ਬਹਿ ਕੇ ਰੋਟੀ ਖਾ ਲੈਂਦੇ ਹਾਂ, ਨਾਲੇ ਜਦੋਂ ਅੰਦਰ ਅੱਗ ਲੱਗੀ ਹੋਵੇ ਫਿਰ ਦੋ ਦੋ ਚੁੱਲ੍ਹੇ ਕਾਹਦੇ ਲਈ ਬਾਲਣੇ ਆ। ਅੰਦਰ ਅੱਗ? ਤੁਹਾਨੂੰ ਐਸੀਡਿਟੀ ਹੈ? ਸਰ ਗਿਆ। ਉਹ ਜੇ ਸਿੱਟੀ ਹੁੰਦੀ ਮੈਂ ਮੁਰਗਾ ਚੱਕ ਕੇ ਘੁੰਮਣਾ ਸੀ, ਮੇਰੇ ਹੱਥ 'ਚ ਗੂੰਦ ਕਤੀਰਾ ਨਾ ਹੁੰਦਾ, ਮੈਨੂੰ ਸਿੱਟੀ ਨਹੀਂ, ਮੈਨੂੰ ਤੇ ਇਸ਼ਕ ਡਿਟੀ ਹੋਈ। ਹਾਏ ਅੱਲਾ, ਡੀਡੀਟੀ ਤਾਂ ਬਹੁਤ ਵਾਰੀ ਸੁਣੀ ਹੈ, ਪਰ ਇਹ ਇਸ਼ਕ ਡਿਟੀ ਕੀ ਚੀਜ਼ ਹੈ ਜੀ? ਬੜੀ ਨਾਮਰਾਦ ਬਿਮਾਰੀ ਹੈ, ਮੈਂ ਸਮਝਾਉਣਾ, ਇਹ ਇਸ਼ਕ ਡਿਟੀ ਦੇ ਕੀੜੇ ਇਨਸਾਨ ਨੂੰ ਟਿਕਣ ਨਹੀਂ ਦਿੰਦੇ। ਹਾਏ ਅੱਲਾ, ਛੱਡੋ ਨਾ, ਲਿਆਓ ਮੈਂ ਚਿਕਨ ਗਰਮ ਕਰਕੇ ਲੈ ਕੇ ਆਈ। ਐਵੇਂ ਗਰਮ ਕਰਨ ਦੇ ਤਕਲਫ 'ਚ ਪੈ ਗਏ, ਦੋ ਮਿੰਟ ਹੱਥ 'ਚ ਫੜੀ ਰੱਖਦੇ ਆਪੇ ਗਰਮ ਹੋ ਜਾਣਾ ਸੀ। ਸਾਲਾ ਕਿਵੇਂ ਤਰਸਿਆ ਫਿਰਦਾ, ਜਿਵੇਂ ਕਦੇ ਕੁਛ ਦੇਖਿਆ ਨਹੀਂ ਹੁੰਦਾ। ਮੇਰੀ ਬੁੱਗੀ ਨੇ ਕੁਛ ਕਿਹਾ? ਨਹੀਂ ਜੀ। ਹੈਲੋ, ਤੁਸੀਂ ਚਿਕਨ ਖਾਓ। ਪਹਿਲੇ ਆਪ, ਪਹਿਲੇ ਆਪ, ਪਹਿਲੇ ਆਪ ਖਾ ਲੈ ਹੁਣ। ਕੁਛ ਕਿਹਾ? ਲਓ ਨਾ ਪਲੀਜ਼। ਸ਼ੋਰ, ਲਓ। ਇਹ ਨਕੌੜਾ ਕਿਉਂ ਆ? ਉਹ ਮੈਥੋਂ ਨਾ ਜ਼ਿਆਦਾ ਸੜ ਗਿਆ ਸੀ, ਮੈਂ ਉੱਪਰ ਬਰਨੌਲ ਲਾਤੀ। ਹੁਣ ਕਹਿ ਪੁੱਤ ਬੁੱਗੀ, ਸਾਲਾ ਵੱਡਾ ਦਲਜੀਤ ਬਣਿਆ ਫਿਰਦਾ ਸੀ, ਕਰ ਪੁੱਤ ਉਲਟੀਆਂ, ਹੁਣ ਮੈਨੂੰ ਉਲਟੀਆਂ ਕਰਾਉਣ ਨੂੰ ਫਿਰਦਾ ਸੀ। ਚੱਲ ਬਈ ਛਿੰਦਿਆ, ਆ ਮੇਰਾ ਬੱਚਿਆ, ਚੱਲ ਬਈ, ਆ ਭੈਣ ਜੀ ਇਹਦਾ ਬਸਤਾ ਵੀ ਲੈ ਜਿਓ। ਆ ਲਓ ਜੀ, ਚੱਲ ਬਈ ਮੈਂ ਦੇ ਸਿਆ। ਓਹੋ ਕੀ ਹੋਇਆ? ਮੈਡਮ ਜੀ ਟਾਇਰ ਹੀ ਪੈਂਚਰ ਹੋ ਗਿਆ। ਹੁਣ ਹੁਣ ਤੁਹਾਨੂੰ ਥੱਲੇ ਲੈਣਾ ਪੈਣਾ। ਪਰ ਮੈਂ ਕਾਰ ਕੀ ਵਜਾਵਾਂਗੀ, ਮੱਦੀ ਕੁਛ ਕਰ। ਠੀਕ ਹੈ ਮੈਡਮ, ਮੈਂ ਮੂੰਹ ਨੇ ਹਵਾ ਭਰ ਕੇ ਦੇ ਦਾਂ। ਕੀ ਹੋਇਆ ਜੀ? ਟਾਇਰ ਪੈਂਚਰ ਹੋ ਗਿਆ, ਤੂੰ ਲਾ ਦੇਗਾ? ਪੈਂਚਰ ਤਾਂ ਨਹੀਂ ਲਾ ਸਕਦਾ,
पर तेरी मदद कर दूं। ओ अच्छा ओ किदा आ तेरी सवारी नु साइकिल ते घर छड्डा ना फिर भी भरा आ ओ अच्छा जी ओ इना दा नहीं तेरा ओ आ जाओ मैडम आओ तुसी नहीं जी ओ ठीक है मदी आ चक्का लाके दे दे फिर मेनू मेनू किया मैं पेन चलवा लेओ ना घंटा की लगना ओ नहीं नहीं पाजी ओ मैडम तुसी नाल जाओ जी ओ इन्नी गर्मी च पैदल जान नाल तो साइकिल ते ठीक रहना आजो आजो कोई गल नहीं आजो बैठो बैठो गर्मी बड़ी है जी इन्नी धुप है चलिए चंगा फिर मदी पेंचर ध्यान ना लवाई तुम ही ध्यान ना छदाइया चाह दे विच कि मैडम ना सुट दई मैडम जी तनु एक गल कवा बुरा तो नहीं मनोगे कहो दसा ओ अगले हफ्ते ना सी शबील ला रहे हैं तुसी आओगे शबील हाँ जी मैनू लग्या कि ओ तनु की लग्या लंगर लाना ओ कोई ना जी असी लंगर भी ला देंगे शबील च दसो फिर तुहाडा नाम लिख ला ना कितने लिखना है ओ असी लिस्ट बना रहे हैं ना हैं ये पाली ना कुड़ी कौन बस बस मेरा कार आ गया मैडम जी तुसी दस्या नहीं तुसी आओगे ना ठीक है मैं कोशिश करांगी नाल डोलू जरूर लेके आयो पर तुसी मेरा किसी लिस्ट चे नाम ना लिखियो शबील दी कोई लिस्ट नहीं बनती ठीक है जी कार छड्डन ली थैंक्स मेरा भी थैंक यू आजी चल भी पाली सिंह गल बन ओ किथे चले हो साड़े मरवाएगा जो उच्ची बोलना ते जनानी रिवाज च बोलता किथे चले हो काम ते होर किथे ते तुसी इंटरव्यू ते ना रोज करो मुंह चाके निकल जाने हो मैं करे स्वेटर वन वास्ते रखी हुई हां ना सूबेदार की सोचूगा किन्ने जनानियां रोज निकल जांदियां ते ए नहीं निकलदी ओ साले ओ मेरी तो मजबूरी है मेरी तो मजबूरी है दीदी मसा तो नौकरी मिली है ना मैं इतने सरकारी छुट्टियां कटना या मैं नहीं जाना हुंदा काम ते मेरे भी कुछ सुपने हैं थोड़े चक्कर तो मेरी जवानी रुल जूगी ना की हो गया तेरी जवानी नू इन्नी छोटी जी गल नू इन्ना वड्डा बनाउण दी की लोड़ा जे इन्नी गल है ते अज ही वख हो जाने आ हाय अल्लाह अज पता लग गया मैनू औरतां दे दुख की हुंदे ने ओ जिंदगी च कुछ पाउण लई ना बहुत कुछ खोणा पैंदा नाले सुपने भी तो अपने दोनों दे वड्डे ने ओ बस यार मैं चलिया मेरे इंटरव्यू का टाइम हो गया जा तुसी एक्चुअली कड़ा देना आया सी आज संगरांद है जी नहीं कांजिका बिठाइया सी ओ बैठी है नहीं मैं क्या चलो ऊपर फड़ाया उन्हें मैं फड़ा दूंगा जी अच्छा जी हाँ जी नीरू नु कहो खालवे मैं अपने हाथी बनाया ठीक है जी कह दूंगा जी सड़ा कड़ा बनाया भी कम ना आया ओके हत्था ना बनाया होर कड़ा पैरा ना बनता हुंदा आ ले सूबेदार नी तेरा सूबेदार तेरे लिए कड़ा लेके आया सूबेदार तेरी ओ कड़ जा सड़ा देखा मैं क्या सी ना सूबेदार निगाह रख अपने ते भाई जिन्ना चिर सेट नहीं हो जाते कृपा करके शांति रख ला बस बस मान गया चल चलिए दीदी अपना चाटा ना अपने कोले रखा कर टेने ने टेने ने टेने ने ने बाय चल साली बाय दी ओ सोने ओ नाराजगी ते नहीं ओ गल दिल दी जे एक कह दे तुसी थोड़ा उच्ची गाओ ओ सोने ओ नाराजगी ते नहीं पहले ले लिकारे नाल मैं डर गी दूजे ले लिकारे ना अंदर बढ़ गी तीजे ले लिकारे नाल ना मेरा लेके सीधा आन के दरा दे विच बजिया सॉरी सूबेदार मेजर कृपाल सिंह बिना दरवाजा खड़काए अंदर आन बजिया मैं दोबारा आ जाना यू कंटिन्यू पर माफ करना
आ कोई नवा सुन चलिया स्वामी रामदेव जी का? ओ नहीं जी, दरअसल जदों मैं बहुत दुखी हुंनी आ ना, फिर मैं अपने पैर उपर चक के ए वाला आसन कर लैनी आ। कमाल है, ए तां सुनिया सी कि खुशी च बंदे दे पैर थल्ले नहीं लगदे ते दुख च उपर भी चके जांदे, अज पता लग्या। खैर मैं तां इस करके आया सी कि अज तेरे नाल सवेरे कुत्ते खाणी हुंदी वेखी ते सूबेदार मेजर फेल्टबेरी बैग। हाय, इहदा मतलब तुहानूं सब पता लग गया? मैनूं तां तुहर अंदर दी गल भी पता लग गई, पर इहदे च मेरा कोई कसूर नहीं। इह सब जनानी वाला चक्कर इन्ना करके पिया। बंदे दी तां जात ही इदां दी हुंदी आ, घरे चंगी भली सोहणी जनानी छड्ड के बाहर दूजी मगर खे खाणों नहीं हटदे। दूजी मगर? हूं। हाय मेरे, याद ना कराओ, मैं तां लुट्टी गई, मेरे तां दाग फुट गए। भाग फुट गए हुंदा, दाग फुट गए नहीं, पर तुसी चिंता ना करो, मैं कुछ भी फुटन नहीं दिंदा। अब मेरी मनो, जितना तुहाडा घर वाला करदा तुसी भी उदां ही करो। हां जी, मैं कुछ समझी नहीं। अंग्रेजां ने एक चीज बहुत सोहनी चलाई है, एक्स्ट्रा मैरिटल अफेयर, तुसी भी उही चलाओ। पर जी मैनू अंग्रेजी चीजां बहुत घट चलाउणियां आउंदियां ने। मैं तैनूं कोई नासा दी मिसाइल चलाउण नूं कहता, घर वाले वांगू बाहर चक्कर चलाउण नूं कहा। पर जी बाहर तां मैनूं कोई जाणदा ही नहीं। फिर अंदर चलाओ, ना बनेरे टप्पण दी लोड़। हाय पाप लगूगा। जिस तरह के अंदरले दे हालात ने, मैं तो कहना तुहानूं पुन लगूगा, नाले पाप तो तां लगू जे मैं तुहानूं दो बेड़ियां च पैर धरनूं कहूं। पाली नूं तलाक दो ते जाली नाल मेरा मतलब जौली इंसान नाल व्याह करो। सूबेदार भाजी, फॉर योर काइंड इनफॉर्मेशन, सूबेदार भाजी कोई पोस्ट नहीं हुंदी। नाले मेरे बापू जी कह गए कि साध दी चेली ते फौजी दी सहेली सारी उम्र खाता नहीं खांदी। को समझे मिसेज छड़ा? प्लीज मैनू मिसेज छड़ा ना क्या करो, बंदे वाली फीलिंग आने लग जाती है। चलो नहीं कहते, अगे तो असी तुहानूं मिसेज छड़ी कह लिया करो। हाय अल्लाह, लाल छड़ी मैदान खड़ी, क्या खूब लड़ी, क्या खूब लड़ी। हाय कौन? ओए हैप्पी, तू चाचा बड़ियां पहला पाउंदे हैं। तू फिर चाचा पहला पाउंदा ही वेख्या, कदे चाचे नू बाजी पाउंदे नू नहीं वेख्या। तेरी जुर्त किवें पई मेरे घरे वण दी? तेनू कहा सी ना 31 तक्के मकान खाली चाहीदा। तेरे प्यो वाला मकान जेड़ा उहदा हिस्सा बणदा सी देता, तू हुण की लैण आया विचों? आ मकान भी मैनू चाहीदा चाचा। ਸਾਲਿਓ ਦੇਖਦੇ ਕੀ ਹੋ, ਚਾਚੇ ਨੂੰ ਚੱਕ ਕੇ ਸੁੱਟੋ ਬਾਹਰ। ਆ ਜਾ ਹੱਥ ਲਾ ਕੇ ਵੇਖ, ਤੂੰ ਦੇਖ ਅਸੀਂ ਤਾਂ ਹੱਥ ਲਾਵਾਂਗੇ। ਮੈਂ ਤਾਂ ਮਜ਼ਾਕ ਕਰਦਾ ਸੀ। ਸਾਡੇ ਨਾਲ ਮਜ਼ਾਕ ਚਾਚਾ? ਸਾਲਿਓ ਮਜ਼ਾਕ ਕਰਨ ਨੂੰ ਮੇਰੀ ਕਿਹੜਾ ਕੋਈ ਸਾਲੀ ਆ, ਮੈਂ ਭਤੀਜੇ ਨਾਲੇ ਮਜ਼ਾਕ ਕਰਨਾ, ਸੋ ਮੈਂ ਤਾਂ ਟੀਚਰ ਕਰ ਰਿਹਾ ਸੀ। ਪਲੀਜ਼ ਛੱਡ ਦਿਓ ਯਾਰ। ਲੈ ਚਲੋ, ਛੱਡ ਦਿਓ ਇਹਨਾਂ ਨੂੰ। ਚਾਚਾ ਚਾਚੀ ਲਿਆਉਂਦੀ ਤਾਂ ਸਾਨੂੰ ਦੱਸਿਆ ਵੀ ਨਹੀਂ। ਅਰਿਆ ਤੈਨੂੰ ਮਕਾਨ ਚਾਹੀਦਾ ਨਾ? ਆਹੋ ਦਿੱਤਾ ਤੇਰੇ ਮੂੰਹ ਚ ਮਕਾਨ, ਮੇਰਾ ਮਤਲਬ ਕੀ ਸ਼ੱਕਰ ਖੁਸ਼ ਕੀਤਾ ਈ। ਇੱਕ ਵਾਰੀ ਫੇਰ ਕਿਹਾ ਚਾਚੀ? ਜਾ ਓਏ, ਮੈਂ ਕਹਿੰਦਾ ਚਾਚੀ ਓ ਚਾਚਾ ਛੱਡੋ ਪਹਿਲਾਂ ਚਾਚੀ ਚੱਕੋ ਓਏ, ਇਹਨਾਂ ਨੇ ਜਨਰੇਸ਼ਨ ਅੱਗੇ ਵਧਾ ਲਈ, ਮਕਾਨ ਦੇ ਕਈ ਹਿੱਸੇ ਪੈ ਜਾਣੇ ਆ। ਓਏ ਪਾਗਲੋ, ਮੈਂ ਇਹਨਾਂ ਦੀ ਕਿਰਾਏਦਾਰ ਹਾਂ। ਜਿੱਡਾ ਚਾਚਾ ਹਲਕਿਆ ਪਿਆ ਨਾ, ਇਹਨੂੰ ਮਾਲਕੀ ਨੂੰ ਬਣਾਉਣ ਲੱਗੇ ਟਾਈਮ ਲੱਗਣਾ। ਸਾਲਾ ਬੱਗਾ ਜਿਹਾ ਹਲਕਿਆਂ ਦੱਸਦਾ, ਬੇਸ਼ਰਮ। ਸਾਨੂੰ ਇੱਥੋਂ ਦਾ ਫੜ, ਇੱਥੇ ਬਾਲ ਹੁੰਦੇ ਸਾਡੇ। ਅਜੇ ਤਾਂ ਤੂੰ ਮੇਰੇ ਨਹੀਂ ਦੇਖੇ, ਮੇਰਾ ਮਤਲਬ ਇਹ ਤਾਂ ਸਾਰਿਆਂ ਦੇ ਹੁੰਦੇ ਨੇ। ਢਾਲੋ ਚਾਚੀ ਨੂੰ। ਤੇਰੀ ਭੈਣ ਨੂੰ ਮੇਰੀ ਨੀਰੂ ਨੂੰ ਜੱਫਾ, ਸਾਲਿਆ ਮੇਰੀ ਨੀਰੂ ਨੂੰ ਜੱਫਾ, ਇੰਨਾ ਤਾਂ ਕਦੇ ਦਲਜੀਤ ਨੇ ਨਹੀਂ ਪਾਇਆ। ਸਾਲਿਆ ਤੂੰ ਕੌਣ ਹੁੰਦਾ? ਦੇਖ ਦੇਖ ਚਾਚੀ, ਦੇਖ ਦੇਖ, ਬੰਦੇ ਦੀ ਲੜਾਈ ਚ ਜਨਾਨੀ ਦਾ ਕੀ ਕੰਮ, ਐਵੇਂ ਸੱਟ ਸੁੱਟੇ ਵੱਜ ਜਾਂਦੇ ਬੰਦੇ ਦੇ। ਲੀਓ ਦੇ ਇੱਟੀ ਟੋਮੀ ਬਾਹੂ ਹੁਣ ਫੜੇ ਮੁੱਤਰੇ ਸਾਲਾ, ਢੀਟ ਕਿਸੇ ਥਾਂ ਦਾ ਲੀੜੇ ਵੀ ਨਾਲ ਹੀ ਰੱਖ, ਚੱਕ ਲੋ। ਚੱਕ ਲਿਆ ਕਰ ਆ ਗਿਆ ਹੈਪੀ।
हो गया मकान खाली। इहो जे गुंडे नाल ले जाके बंदा बस दी सीट भी खाली करा सकदा, मकान सो खाली होना है। ओ होया की तेनू आ साडी सट्टा नहीं दिखदियां, कुट खा के आयो हो साडे ते छत डिग पई। ए किवें हो सकदा यार, मेरे बदमाशन दा अज तक किसी बंदे तो कुट्टी नहीं खादी। बंदे तो कुट्टा अज भी नहीं खादी, जनानी तो खा के आए ने। ओए पिंदिया, हां जी हां जी, आ सुनन तो पहला मैं मर क्यों ना गया। ना पिंदा डॉक्टर है, इन्नू की पता तू क्यों नहीं मरया। पर यार मेरे गुंडे दा हौसला तो देख, इन्नी कुट खाण दे बाद भी तेनू चक किता लेके आए ने। साले गुंडे कादे पल्ले दा रोए फिरदा। यार हैप्पी क्यों मेरा हौसला डाउन करदा यार, जे मैं अज मेडिकल लीव ते ना हुंदा मैं आप नाल जाके तेरे चाचे तो मकान खाली करवा के आउंदा। तेनू किने कैसे टाइफाइड च साइकिल चलाउणा सिख। माड़ी किस्मत देख, तेथे बदमाशा बदूशा वाले कम नहीं होने। मैनू मेरे पैसे मोड़, मैं किसे ढंग दे गुंडे तो अपना कम करवा लूं। यार तेरे 20,000 नाल तो मैं हॉस्पिटल दा बिल दित्ता यार, हुण कित्थे पैसे। पोस्ट इट चेक दे दे यार, असीं बदमाश हुंने आ, साडे कोल चेक चुक कित्थे। बस इक मौका दे दे फिर मैं तेरे नाल जाके ना तेरे चाचे तो मकान खाली करवा के आऊं, जे ना करवाया फिर जो मर्जी कर ली यार। ओ बस एल्बम दी गल चलाई सी जी, मिस पूजा ही नहीं मानदी। अच्छा जी, तुसी किथे रहंदे हो? मैं बाजवा स्ट्रीट। असी भी तो उत्थे ही रहने आ, कदी देखिया नहीं। तुसी खरड़ वाली बाजवा स्ट्रीट रहने हो ना जी? हां जी। मैं मोगे वाली बाजवा स्ट्रीट रहना, इत्थे तां हले मैं हुणी आया अजीत नगर च। कल्ले? बहुत ज्यादा जी। हां अब मेरा मतलब हुण नौकरी मिल गई, बस हुण हाड़ी भी लाभ ही लेना। तुसी आलो घर आ गया। आहो ओ तेरी अंदर आ जाओ, अपनी भैण नूं मिल के जायो, नाले हुण केड़ा जीजा करे है। ओ भैण दे दिल च तां हैगा जी, जिन्ना चिर ओहदे दिल चों नहीं ना निकलदा आपां नहीं मिलदे उहनूं। रब करे तुहाडे मन मुटाव छेती खत्म होण। आलो जी पैसे। आ की करी जाने हो जी, हुणी तां तुसीं कहा सी कि मैं नाल आ। नहीं मेरे कोल हैगे आ। ओ नहीं जी तुसीं रहण दो, नाले 20 रुपये करके आपां इन्नी सोहणी कुड़ी थोड़ी गवाउणी जी। अब कुछ नहीं जी, तुसीं रहण दो जी, बस ठीक आ। थैंक यू, सी यू, बाय। बाय बाय जी। चल बई अजीत नगर। ओ बस बस भाई हुण आ गया अजीत नगर। ओ पाजी हले ते असीं उत्थे ही हैगे आ। ओ तैनूं कहता ना आ गया, चल। ओ कल तो रूट ही बदल लेना मैं तां। हाय रब्बा हुण फिर पिंकी बनना पैणा। जसमीत लाडी तू अचानक बिना दसे surprise देना ही है। So sweet। ना ना तेनु नहीं। हाँ? Someone special। ते मेरा दस्या भी नहीं। Jasmeet। Pinky पापी आ गए तुसी? आओ जी आओ। आ मेरी friend है लाडी। Hi लाडी। Hello। पता मैं तुम्हारे प्राणु मिली आज। मेनू ना दस्या करो। You know I hate him। मुंडा ते चंगा है। हाँ, पर साडे व्याह दे ता खिलाफ सी ना, कई बारी तेना ते हाथ भी चुकया। खैर मैं भी अपनी ही लेके बह गई, मेरा मतलब अपनी ही लेके खड़ गई। ये आंदे होने आ, मैं चलदी आ। ओके बाय 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 लाडी। बाय भाभी जी। बाय। पूरा टब्बर ना चलिया नहीं है, चल अंदर चलिए। बह जा। हुण दस मुंडा लभिया ते मैनूं दस्या भी नहीं। एक्चुअली घरदिआं वल्लों हले तक कुछ पक्का नहीं होया। हाँ इनफैक्ट मैं डैडी नूं ते ये दस के आई हाँ कि मैं तेनूं मिलन चली हाँ शहर, सो उन्हां दा फोन आया ना तो प्लीज हैंडल कर ली तू। मुंडा कित्थे रहिंदा? मुंडा रहिंदा है इत्थे इस शहर च। अच्छा तू बैठ, मैं तेरे लिए चाह बना के लेके आउनी हूं। उस साले हजे जल्दी आ जाना, कम से कम घर ही सैट कर लिया कर। आ की जनानी वाले कपड़े पाके डोले बनाउन लग जाना, नाले घट्टो घट एक्सेसरी ला दिया कर, जे खराब होगी तो कित्थों लैके आवांगे। ओ गल सुनो, एक काम करो उत्तों थोड़ियां गल्लां सुनो, है ए नहीं काका काम चलना। मेरा मतलब है एवें ना लड़िया कर टोला, तेरे सेरिया नाल व्याही हुई आ। ओ की लाड़ चढ़िया तेनू? अज कितें पहली बारी चढ़िया। अच्छा जी जे ही गल आ ना, ਤਾਂ ਆਪਣੇ ਮੀਆਂ ਲਈ ਚਾਹ ਬਣਾ, ਰੋਟੀ ਬਣਾ। ਹੁਣੇ ਲੈ ਕੇ ਆਉਂਦੀ ਹਾਂ, ਆ ਜਾਓ ਲਾਡੀ ਭੈਣ। ਲਾਡੀ
ਉਹ ਦਫਾ ਹੋਵੋ ਤੁਸੀਂ ਸਾਰੇ। ਮੈਂ ਤੁਹਾਡੇ ਨਾ ਚੱਕਰਾਂ 'ਚ ਆਪਣਾ ਘਰ ਨਹੀਂ ਖਰਾਬ ਕਰਨਾ। ਮੈਂ ਲਾਡੀ ਨੂੰ ਸਭ ਸੱਚ ਦੱਸਣ ਲੱਗਿਆ। ਉਹ ਦਿਮਾਗ ਤਾਂ ਨਹੀਂ ਖਰਾਬ ਹੋ ਗਿਆ ਤੇਰਾ? ਉਹਨੇ ਜਾ ਕੇ ਜਸਮੀਤ ਨੂੰ ਦੱਸ ਦੇਣਾ ਤੇ ਜਸਮੀਤ ਨੇ ਸੂਬੇਦਾਰ ਨੂੰ। ਉਹ ਨਹੀਂ ਦੱਸਦੀ ਯਾਰ। ਉਹ ਹੀਰੋ ਕੁੜੀਆਂ ਦੇ ਢਿੱਡ 'ਚ ਨਹੀਂ ਕੋਈ ਗੱਲ ਬਚਦੀ? ਉਹਦੇ ਪੱਜ ਜਾਂਦੀ ਆ ਬਾਈ। ਉਹਦੇ ਪੱਜ ਜਾਂਦੀ ਆ ਬਾਈ। ਕਿਉਂ ਕਬੱਡੀ ਖੇਡਦੇ ਰਹੀ ਆ ਉਹ? ਸਾਲੇ ਐਵੇਂ ਪਕਾਈ ਮਾਰੀ ਜਾਂਦੇ ਆ। ਮੈਂ ਹਜੇ ਵੀ ਕਹਿੰਦਾ ਪਲੀਜ਼ ਇੱਕ ਘਰ ਪਿੱਛੇ ਨੇ ਸੈਲਫਿਸ਼ ਨਾ ਬਣੋ, ਘਰ ਆਪਾਂ ਨੂੰ ਹੋਰ ਵੀ ਮਿਲ ਜੂ। ਪਰ ਜੇ ਮੇਰੀ ਲਾਡੀ ਦਾ ਵਿਆਹ ਕਿਤੇ ਹੋਰ ਹੋ ਗਿਆ ਨਾ ਤਾਂ ਮੈਂ ਕਾਸੇ ਜੋਗਾ ਨਹੀਂ ਰਹਿਣਾ। ਅੱਛਾ ਇੱਕ ਕੰਮ ਕਰ, ਅੱਗੇ ਵੀ ਆਪਣਾ ਗੁਜ਼ਾਰਾ ਝੂਠ 'ਤੇ ਹੀ ਚੱਲਦਾ ਨਾ, ਇੱਕ ਝੂਠ ਹੋਰ ਬੋਲ ਕੇ ਵੇਖ ਲਾ ਲਾਡੀ ਨੂੰ ਕਿ ਤੂੰ ਵਿਆਹ ਕਿਉਂ ਕਰਾਇਆ। ਹਾਂ ਜੇ ਨਾ ਗੱਲ ਬਣੀ ਫੇਰ ਭਾਵੇਂ ਸੱਚ ਬੋਲਦੀ। ਉਹ ਨਾਲੇ ਚਾਰ ਆਪਣੇ ਬੈਗ ਆ, ਚੱਕ ਕੇ ਚੱਲਦੇ ਬਣਾਂਗੇ। ਪਰ ਮੈਂ ਉਹਨੂੰ ਝੂਠ ਬੋਲੂ ਕੀ? ਕਹਿੰਦੀ ਲਦੇਨ ਦੀ ਭੈਣ ਹੈ, ਧਮਕੀ ਦੇ ਕੇ ਵਿਆਹ ਕਰਾਇਆ। ਬਸ ਕਰੋ ਮੰਮਾ, ਮੈਂ ਆਪੇ ਕੋ ਸੋਚ ਲੂੰ। ਪਰ ਤੂੰ ਨਾ ਉਹਦੇ ਸਾਹਮਣੇ ਆ ਜੀ, ਜੇ ਤੈਨੂੰ ਉਹਨੇ ਪਛਾਣ ਲਿਆ ਨਾ ਤਾਂ ਚਾਰ ਜਣਿਆਂ ਦਾ ਪੱਤਾ ਸਾਫ਼ ਹੋ ਜਾਣਾ। ਓਏ ਇੱਟ ਦੇ ਬਾਦਸ਼ਾਹ, ਸਾਡੇ ਪੱਤੇ ਲਿਬੜੀ ਰਹਿਣ ਦੇ ਜਾ ਕੇ ਆਪਦੀ ਚਿੜੀਏ ਦੀ ਬੇਗਮ ਸਾਹਮਣੇ ਜਾ। ਦੀਦੀ ਚੱਲ ਸਾਲੀ, ਤੇਰੀ ਸੌਕਣ ਲੈਣ ਗਿਆ। ਲਾਡੀ ਕਿਉਂ ਆਇਆ ਤੂੰ ਇੱਥੇ? ਇਹ ਦੇਖਣ ਲਈ ਕਿ ਲਾਡੀ ਜ਼ਿੰਦਾ ਹੈ ਕਿ ਮਰ ਗਈ? ਮੈਂ ਆਪਣੀ ਲਾਡੀ ਨੂੰ ਰੋਂਦੇ ਹੋਏ ਨਹੀਂ ਦੇਖ ਸਕਦਾ, ਇਸੇ ਲਈ ਆਇਆ। ਜਸਟ ਪਲੀਜ਼ ਤੂੰ ਮੇਰੇ ਨਾਲ ਨਾ ਹੋਰ ਝੂਠੀਆਂ ਗੱਲਾਂ ਨਾ ਕਰ। ਇੰਨਾ ਵੱਡਾ ਧੋਖਾ, ਮੇਰੀ ਕੀ ਗਲਤੀ ਸੀ? ਯਾਰ ਮੈਨੂੰ ਮਜਬੂਰੀ 'ਚ ਸਾਰਾ ਕੁਝ ਕਰਨਾ ਪਿਆ। ਇਹੋ ਜਿਹੀ ਕਿਹੜੀ ਮਜਬੂਰੀ ਸੀ ਕਿ ਤੈਨੂੰ ਵਿਆਹ ਕਰਾਉਣਾ ਪੈ ਗਿਆ? ਮੈਂ ਇੱਕ ਦਿਨ ਸਕੂਟਰ ਤੇ ਜਾ ਰਿਹਾ ਸੀ ਤੇ ਪਿੰਕੀ ਦੇ ਡੈਡੀ ਸੜਕ ਤੇ ਲੁੱਕ ਪਾਉਂਦੇ ਸੀ, ਮੇਰਾ ਸਕੂਟਰ ਉਹਨਾਂ 'ਚ ਵੱਜਿਆ ਤੇ ਉਹਨਾਂ ਨੂੰ ਪੋਲੀਓ ਹੋ ਗਿਆ। ਪੋਲੀਓ ਸਕੂਟਰ 'ਚ ਵੱਜਣ ਨਾਲ? ਨਹੀਂ, ਉਹ ਗਰਮ ਲੁੱਕ 'ਚ ਡਿੱਗਣ ਨਾਲ। ਜਦੋਂ ਉਹਨਾਂ ਨੂੰ ਲੁੱਕ 'ਚੋਂ ਕੱਢਿਆ ਤਾਂ ਉਹਨਾਂ ਦੀ ਬੋਡੀ ਪੱਕੀ ਸੜਕ ਵਾਂਗੂ ਆਕੜ ਗਈ। ਮੈਂ ਉਹਨਾਂ ਨੂੰ ਆਪਣੇ ਪੈਂਚਰ ਹੋਏ ਸਕੂਟਰ ਤੇ ਹਸਪੀਟਲ ਲੈ ਗਿਆ। ਡਾਕਟਰ ਨੇ ਉਹਨਾਂ ਨੂੰ ਬਚਾਉਣ ਲਈ ਇੰਜੈਕਸ਼ਨ ਲਾਇਆ ਤੇ ਪੱਕੀ ਲੁੱਕ ਕਰਕੇ ਉਹਨਾਂ ਦੀ ਬੋਡੀ 'ਚ ਸੂਈ ਨਾ ਲੱਗੀ। ਡਾਕਟਰ ਨੇ ਲੁੱਕ ਤੋੜਨ ਲਈ ਉਹਨਾਂ ਦੀ ਹਥੌੜੀ ਮਾਰੀ, ਲੁੱਕ ਤਾਂ ਕੀ ਟੁੱਟਣੀ ਸੀ, ਉਹਨਾਂ ਦੀਆਂ 8-10 ਹੱਡੀਆਂ ਟੁੱਟ ਗਈਆਂ ਤੇ ਉਹਨਾਂ ਨੂੰ ਪੋਲੀਓ ਹੋ ਗਿਆ। ਪਰ ਇਹਨਾਂ ਸਾਰੀਆਂ ਗੱਲਾਂ ਦਾ ਤੇਰੇ ਵਿਆਹ ਨਾਲ ਕੀ ਕਨੈਕਸ਼ਨ ਹੈ? ਸਾਲੀ ਮੈਂ ਵੀ ਗੱਲ ਕਿਸੇ ਹੋਰ ਪਾਸੇ ਲੱਗਿਆ। ਉਹ ਪਿੰਕੀ ਦੇ ਡੈਡੀ ਨੂੰ ਜਦੋਂ ਮੈਂ ਹਸਪੀਟਲ ਤੋਂ ਘਰੇ ਲੈ ਕੇ ਆ ਰਿਹਾ ਸੀ ਤਾਂ ਉਹਨਾਂ ਨੇ ਦੱਸਿਆ ਪਿੰਕੀ ਨੂੰ ਕੈਂਸਰ ਆ ਤੇ ਉਹਨੇ 2 ਮਹੀਨੇ ਤੁਰ ਜਾਣਾ, ਤੇ ਉਹਦੇ ਡੈਡੀ ਤੇ ਉਹਦੀ ਇੱਛਾ ਕਿ ਉਹ ਸੁਹਾਗਣ ਮਰੇ, ਤੇ ਇਨਸਾਨੀਅਤ ਦੇ ਨਾਤੇ ਮੈਂ ਤੁਰਿਆ ਨਹੀਂ ਗਿਆ ਤੇ ਮੈਂ ਵਿਆਹ ਕਰਾ ਲਿਆ। ਪਰ ਜਸ ਤੈਨੂੰ ਮੇਰਾ ਇੱਕ ਵਾਰ ਵੀ ਖਿਆਲ ਨਹੀਂ ਆਇਆ? ਹਰ ਸਾਹ ਨਾਲ ਆਇਆ ਤੇਰਾ ਖਿਆਲ, 20 ਦਿਨ ਹੋ ਗਏ ਵਿਆਹ ਹੋਏ ਨੂੰ, ਹਜੇ ਤੱਕ ਅੱਡ ਸੌਂਦੇ ਆ, ਉਹ ਵੀ ਪਰਾਂ ਨੂੰ ਮੂੰਹ ਕਰਕੇ। ਕਿਉਂ? ਉਹ ਪਿੰਕੀ ਦੀ ਆਖਰੀ ਇੱਛਾ ਸੁਹਾਗਣ ਮਰਨ ਦੀ ਆ, ਮਾਂ ਬਣਦੀ ਥੋੜਾ ਨਾ। ਓ ਜਸ ਤੂੰ ਦਿਲ ਦਾ ਕਿੰਨਾ ਸਾਫ਼ ਹੈ ਨਾ। ਆਈ ਨੋ, ਤੂੰ ਮੈਨੂੰ ਮਾਫ਼ ਕਰਤਾ ਨਾ। ਥੈਂਕ ਯੂ। ਅੱਛਾ ਡੈਡੀ ਨੂੰ ਤੇ ਮੈਂ ਸਮਝਾ ਲਾਂਗੀ, ਹੁਣ ਨਾ ਬਸ ਤੂੰ ਛੇਤੀ ਛੇਤੀ ਵਿਹਲਾ ਹੋ ਜਾ, ਠੀਕ ਆ? ਫਿਰ ਆਪਾਂ ਦੋਨੋਂ ਵਿਆਹ ਕਰਾ ਲਈਏ। ਹੁਣ ਪਿੰਕੀ ਨੂੰ ਆਪਾਂ ਆਪ ਤਾਂ ਮਾਰਨੋਂ ਰਹੇ, ਤੂੰ ਥੋੜ੍ਹੀ ਜਿਹੀ ਵੇਟ ਕਰ, ਆਪਾਂ ਉਹਦੇ ਚੌਥੇ ਵਾਲੇ ਦਿਨ ਹੀ ਵਿਆਹ ਕਰਾ ਲਾਂਗੇ। ਪਰ ਮੈਂ ਕਹਿੰਦਾ ਗਲਤ ਸਮਝਿਆ ਨਾ ਪਿੰਕੀ ਭਾਬੀ ਨੂੰ? ਓਏ ਭਾਬੀ ਨਹੀਂ, ਫਿਰ ਤਾਂ ਆਪਾਂ ਦੋਨੋਂ ਭੈਣ ਭਰਾ ਹੋ ਜਾਵਾਂਗੇ। ਹਾਂ ਉਹ ਸੱਚ, ਸੌਰੀ, ਮੈਂ ਨਾ ਪਿੰਕੀ ਨੂੰ ਮਿਲ ਲੈਂਦੀ ਹਾਂ। ਚਿੜੀ ਉੱਡ ਉੱਡ, ਕਾਂ ਉੱਡ ਉੱਡ, ਗਾਂ ਉੱਡ ਨਾ ਹੈ, ਕਿਵੇਂ ਉੱਡੋ? ਉਹ ਜੱਸ ਵਾਲੀ ਚਿੜੀ ਦਾ ਉਡਾਤੀ ਸੀ, ਹੁਣ ਆਪਦੀ ਨਹੀਂ ਉਡਾਈ ਜਾਂਦੀ ਕਾਲਾ ਛਿੱਤਰਾ। ਚੱਲ ਕੋਤਾ ਉੱਡ ਨਾ, ਬੋਤਾ ਉੱਡ ਜਮਾ ਹੀ ਨਹੀਂ। ਚੱਲ ਕੁਛ ਤਾਂ ਉਡਾ ਲੈ ਹੁਣ, ਆਕੜਾ ਗਿਆ ਆ ਗਿਆ ਰਾਂਝਾ, ਦੇਖੀ ਤੇਰੇ ਵਾਲਾ ਨਾ ਹੋਵੇ। ਜੇ ਸੂਬੇਦਾਰ ਹੋਇਆ ਨਾ ਅੱਜ ਇੱਥੇ ਹੀ ਵੜ ਦੇਣਾ। ਉਹ ਮੈਂ ਜਾਣ ਦੇਖੀ ਜਾ ਜੂਣੇ ਮੋੜ ਨੂੰ, ਸਾਲ ਨੇ ਤੰਗ ਕਰ ਲਿਆ। ਹੈਂ ਪਿੰਕੀ ਭਾਬੀ, ਪਿੰਕੀ ਭਾਬੀ, ਲਾਡੀ ਸੌਰੀ ਪਿੰਕੀ, ਆਈ ਐਮ ਸੋ ਸੌਰੀ, ਮੈਂ ਤੁਹਾਨੂੰ ਕਿੰਨਾ ਗਲਤ ਸਮਝਿਆ। ਜਸ ਨੇ ਮੈਨੂੰ ਦੱਸਿਆ ਤੁਹਾਡੇ ਡੈਡੀ ਬਾਰੇ। ਡੈਡੀ ਬਾਰੇ? ਡੈਡੀ ਵਾਲਾ ਤਾਂ ਜੀ ਬਾਹਲਾ ਹੀ ਚੰਗਾ ਹੋ ਗਿਆ। ਥੈਂਕ ਯੂ ਸੋ ਮਚ। ਹਾਂ ਮੈਂ ਸਮਝ ਸਕਦੀ ਹਾਂ ਤੁਹਾਨੂੰ ਕਿੰਨਾ ਵੱਡਾ ਸ਼ੌਕ ਲੱਗਿਆ। ਸ਼ੌਕ? ਵੈਸੇ ਕਿੰਨੇ ਕੁ ਦਿਨ ਰਹਿ ਗਏ ਨੇ ਇਹਨਾਂ ਦੇ ਕੋਲ? 9 ਮਹੀਨੇ ਤੇ ਲੱਗਦੀ ਹੈ ਜੀ। ਤੁਸੀਂ ਇਹਨਾਂ ਦਾ ਕੋਈ ਦੇਸੀ ਇਲਾਜ ਨਹੀਂ ਕਰਵਾਇਆ? ਇਹਨਾਂ ਦਾ ਤਾਂ ਕਰਵਾਇਆ ਸੀ, ਹੁਣ ਇਹਨਾਂ ਦਾ ਕਰਵਾਉਣਾ ਹੈ। ਮੈਂ ਕੱਲ ਹੀ ਕੰਨ ਤੇ ਲਿਖਿਆ ਪੜਿਆ ਸੀ ਵੀ ਬੇ ਔਲਾਦ ਮਿਲੋ। ਨਹੀਂ ਨਹੀਂ, ਮੈਂ ਕੈਂਸਰ ਦੀ ਗੱਲ ਕਰ ਰਹੀ ਹਾਂ। ਕਿਨੂੰ ਆ ਜੀ ਕੈਂਸਰ? ਕਿਨੂੰ ਆ ਕੈਂਸਰ? ਤੁਹਾਨੂੰ? ਮੈਨੂੰ? ਮੇਰੂ ਪੱਬੀ ਕੈਂਸਰ ਪਿੰਕੀ ਨੂੰ? ਅੱਛਾ 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 ਅੱਛਾ, ਨਾ 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 ਨਾ, ਕਿਨੂੰ ਆ ਕੈਂਸਰ? ਕੈਂਸਰ ਹੈ ਹੀ ਨਹੀਂ, ਕੈਂਸਰ ਨਾਂ ਦੀ ਕੋਈ ਚੀਜ਼ ਹੀ ਨਹੀਂ ਹੁੰਦੀ। ਇਹ ਜਜ਼ਬਾ ਹੋਣਾ ਚਾਹੀਦਾ ਔਰਤਾਂ ਦੇ ਵਿੱਚ ਇਸ ਨਾਮ ਮੁਰਾਦ ਬਿਮਾਰੀ ਨਾਲ ਲੜਨ ਦਾ। ਸਾਰੇ ਬੋਲੋ ਮਹਿਲਾ ਸਮਤੀ। ਮੇਰੂ ਪੱਬੀ ਕੰਟਰੋਲ। ਓਕੇ ਕੰਟਰੋਲ। ਓਕੇ ਕੁਛ ਨਹੀਂ। ਤੁਸੀਂ ਆਪਣਾ ਮੂੰਹ ਕਿਉਂ ਲੁਕੋਇਆ? ਇਹਨੂੰ ਕੈਂਸਰ ਹੈ ਨਾ, ਇਹਦਾ ਪਰਛਾਵਾਂ ਮੇਰੇ ਹੋਣ ਵਾਲੇ ਬੱਚੇ ਤੇ ਨਾ ਪੈ ਜੇ, ਇਸ ਕਰਕੇ। ਅੱਛਾ ਜੀ, ਵੈਸੇ ਤੁਸੀਂ ਇਹਨਾਂ ਦਾ ਖਾਸ ਧਿਆਨ ਰੱਖਣਾ ਪਲੀਜ਼। ਪੱਕਾ ਪ੍ਰੋਮਿਸ।
जे कुछ भी हो जाए ना तुसी मेनू सद लेना। जे मेनू कुछ हो गया तुहानू तां यही सदणगे ना, मैं तां मर गई होऊंगी, पर तुसी आयो जरूर मेरे भोगते, मेनू बड़ा चंगा लगूगा। ओहो प्लीज पिंकी तुसी एहो जी गल्लां ना करो, जिन्ने भी दिन हैगे ना हस खेड के बताओ ना, इंजॉय करो। बस तुसी एदा ही आ जा करो, मेरी तां एंजॉयमेंट ही है जी। ते तुसी इना दे नेड़े रहा करो, इंज थोड़ी फैलदा कैंसर। पक्का प्रॉमिस। पिंकी अपना ख्याल रखियो। मैं चलती हूँ जी। चलो हाँ ओके बाय बाय। हाय जफ्फी पा गई आना स्वाद ही आ गया। साले तू साले बड़ी जफ्फियां पाना से दसा तेनू। ओए 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 तू है मैं सूट वाले, सूट वाले नु जफ्फियां पा सकदे ने। हां चल आ जा भाई, चल नहीं पेने ग्रीन पी के आइए। सत श्रीकाल जी। सत श्रीकाल जी आया नू। आलो जी, आलो जी, लाओ जी। तुसी अंदर ही आ जाओ जी। आलो हाँ जी, आ जाओ जी, आ जाओ। की खाओगे? शबील जी काफी कुछ बने हैं। शबील जी तो दो ही चीजा बनिया जी, पर मैं तुहाडे लई 8-10 आइटमां अड्ड तो ही लै आया सी जी। जी तुसी चीफ गेस्ट हो ना? शबील से चीफ गेस्ट? हाँ। तेरे ले दिल जारी 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 सारी रात जगे तेरे ले, तेरे ले दिल जारी 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 सारी रात जगे, बुला उत्ते बस तेरी बात रवे, तू रवे नजदीक ते हाल मेरा ठीक, तू रवे नजदीक ते हाल मेरा ठीक, जे दूर जावे सुत्ती बरसात जगे, तेरे ले दिल सारी सारी बस तेरी बात जगे, सारी 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 रात जगे, उल्ला उत्ते बस तेरी बात जगे, तेरे लई तेरे लई तेरे लई सारी बेला बेला इश्के दा ख्वाब बुने तेरे लई, तेरे लई दिल बेला बेला इश्के दा ख्वाब बुने, तेरे बल जान वाली राह चुने, कल मेरा सी अज होया जाने की, कल मेरा सी बाबा जी थोड़ी हजूरी में जदों मेरी लावा हो उदों भी यही कुड़ी मेरे सज्जे बैठी होवे। वाहेगुरु वाहेगुरु।
थैंक यू जी। थैंक यू तो ताड़ा मैडम जी, तुसी शबील ते आए, थोड़े नाल वक्त गुजार के मैनू कितना चंगा लगदा तुहानू नहीं पता। राणू जी, मैनू ना किसी हाथ वेखण वाले ने कहा सी कि मेरा विआह ना किसी स्कूल दी मास्टरनी नाल ही हो जिदे घर दे सामने पिपल हो। आ पिपल ही है ना जी? मैं जल्दी आ, बहुत देर हो गई, बाहरों मेरी दीदी आए हुए ने। ठीक है जी। राणो। हाँ जी दीदी, कौन सी है मुंडा? ओ पाली, अब इसी पिंड च काम करता है। की काम करता? ओ पोल्ट्री फार्म च डी पिकर है। डी पिकर? हाँ, मुर्गियां दिया चुंजा वड़दा है। उन्हें शबील लाई सी ता करके मैंने छड्डन आ गया। इन्नी की गल है ना? तुहानू की लगता है मुंडा चंगा है ना? चंगा तो अपना केबल वाला जैली भी बहुत सी, असी एक दूजे नूं पसंद भी बहुत करदे सी। उन्हूं वेखण दे बहाने तो मैं घर दी केबल खराब करदे करदी सी। जे उस वेले मम्मी डैडी ने समझा के जैली नूं छड़ के तेरे चीचे नाल मैनूं व्याह करन नूं ना कहा हुंदा ना, तो शायद अज मैं अपने बच्चों नूं एक चंगा फ्यूचर ना दे सकदी। पर दीदी ए वी ते हो सकदा है ना, कल नूं मेहनत करके पाली वधिया सैटल हो जाए। आने वाले वक्त ने अपनी बुक्कल च कील को रखे, ये आपां नूं किसे नूं नहीं पता। ये चंद तारियां दी रोमांटिक गल्लां व्याह दे मगरों जदों दुध प्याज दे रेटां च बदल जांदियां ने ना, उदों जिंदगी दी सच्चाई पता चलदी है। जैली अज भी केबल दे कनैक्शन दिंदा फिरदा, उहनूं वेख के ना मैं डर जांदी हां कि जे मैं इहदे नाल व्याह कीता हुंदा तां मेरी जिंदगी की हुंदी। पर दीदी ये जरूरी तां नहीं ना जो जैली नाल होया उही पाली नाल भी होवे। देख राणो, मैं समझ सकती हूँ तू अज जिहड़े मोड़ ते खड़ी है ना, मैं इस मोड़ तो अज तो 10 साल पहला वापस मुड़ गई सी, ते मैनू कोई पछतावा नहीं इस गल दा। मैं तेरी वड्डी भैण आ, तेरा बुरा नहीं चाहूंगी। मेरा देवर कैनेडा तो अगले हफ्ते आ रहा है, उन्हें तेरी फोटो वेखी सी, उहदे वल्लों तो ऑलमोस्ट हाँ है, मम्मी पापा नूं भी रिश्ता पसंद है। बाकी तू समझदार है, फैसला तेरे हाथ च है। हेलो। हेलो लाडी। हाँ यार, प्लीज एक बार छत पे आ जा, तेरे ना जरूरी गल करनी है। जस मैं तेनु मिल नहीं सकती, तू जो भी गल करनी है फोन ते कर ले। फोन ते भी क्यों करनी है, मैसेज लिख के भेज देना, एमी भाख आई जानी है। आ जाना यार प्लीज। पर जे किसी ने देख लिया ते? वो सारे सुते पे है, जमी सीक्रेट मीटिंग। आ जाना यार। अच्छा ठीक है, आ रही हूं। आजा आजा। किया? यार बड़ी जिद्दी है तू। चल। जे किसी ने देख लिया ते? वो कोई नहीं देख रहा। ऐहो जी केड़ी तू मेरे नाल सीक्रेट मीटिंग कर रही सी? तू चलता सही, दसदा मैं। तेरी सालिया, तेनू मेरे वाली मिली सी। ओ पाली, सौण दे यार। ए साले कित्थे गए? ऐवें नकू पंगा पा लैना। अच्छा दस, केड़ी सीक्रेट गल करनी सी?
यार तेनू देख के ना एक शेर याद आ गया। अच्छा केड़ा? कितनी हसीन ये आज की रात है, एक चांद आसमान में और एक मेरे पास है। वाह हो गया, हुन दस केड़ी गल करनी सी। मैं चोर नहीं हैगा जी, छड़ दियो मेनू सूबेदार साहब। सूबेदार साल्या तेनू किवें पता मैं सूबेदार हां? ओ बाबा दरवाजे ते लगी नेम प्लेट ते पड़िया जी। साल्या साडे दरवाजे ते तां कुंडी मसा लगी है, नेम प्लेट साला कौन ला गया? तू है कौन ओए? शकल विखा, इधर नु दिखा मुंह। ओए ओए तेरी शकल तां साल्या नीरू नाल बहु मिलदी आ। मैं उन्हां दा ही जुड़वा भाई हां जी। साले सारे पंजाब दे जुड़वे साडे घरे इकट्ठे होणे सी, तू करन की आया इत्थे? वलगर कपड़े पाके तां कोई सुती भैण दे कोल दी नहीं लगदा, तू सुती नूं जगाउण आ गया। तैनूं जीजा बाद च कुट्टू, पहला मैं कुट्टू। अपनी जनानी दी सुध बुध नी, ओनू साले दी सुआह होणी आ। ओ नीरू दा जुड़वा भरा आया सी। नीरू दा जुड़वा? रखड़ी बना गोडा बना के चलिया गया। हाय मेरे भरा दा गोडा, तुसीं रोकिया क्यों नहीं? मैं उहदा दूजा गोडा भन के रोकदा, साला मेरे हथों बच के तां ऐ निकलिया जिवें जीजी हथों साली निकलदी हुंदी आ। हाय रब्बा हुण मैं रखड़ी किहदे बन्नूंगी? यब्बल दे बंदे साला जब भी नवेड़। की? कुछ नहीं, सौदा जाके सवेरे गल करांगे। ठीक है चलो। मैं कितां उपर नूं ऐ चलिया जिवें इहदे नाले वसणी हुंदी आ। तुसीं इत्थे बैठे हो, मैं तुहानूं क्लासरूम च लभ रही सी। अच्छा फोन वी हैगा मेरे कोले? ਇਦਾਂ ਔਖੇ ਹੋ ਕੇ ਕਿਉਂ ਗੱਲ ਕਰ ਰਹੇ ਹੋ? ਫੋਨ ਆਇਆ ਸੀਗਾ ਭੈਣ ਦਾ, ਜੋ ਵੀ ਘਰੇ ਹੋ ਰਿਹਾ ਨਾ ਠੀਕ ਨਹੀਂ ਹੋ ਰਿਹਾ ਜਸਮੀਤ। ਤੇ ਤੁਹਾਨੂੰ ਲੱਗ ਗਿਆ ਪਤਾ, ਦੇਖ ਲਓ ਇੱਕ ਵਿਆਹਿਆ ਬੰਦਾ ਕੀ ਕਰ ਰਿਹਾ। ਨਾ ਵਿਆਹਿਆ ਬੰਦਾ ਇਹਦੇ 'ਚ ਕੀ ਕਰੂਗਾ ਜਦੋਂ ਸਾਹਮਣੇ ਵਾਲੇ ਗਲਤ ਹੋਵੇ ਤਾਂ? ਆਹੋ ਤੁਸੀਂ ਵੀ ਨਾ ਕੁੜੀ ਨੂੰ ਗਲਤ ਸਮਝਿਓ, ਗਲਤੀ ਤਾਂ ਜੀਜੇ ਦੀ ਵੀ ਹੈ। ਦੁੱਖ ਹੋ ਰਿਹਾ ਮੈਨੂੰ ਕਿ ਜਿਹੜੇ ਬੰਦੇ ਨੂੰ ਮੈਂ ਦਿਲ 'ਚ ਇੰਨੀ ਥਾਂ ਦਿੱਤੀ ਨਾ, ਉਹ ਅੱਜ ਮੇਰੇ ਸਾਹਮਣੇ ਇੱਦਾਂ ਦੀਆਂ ਗੱਲਾਂ ਕਰਦਾ। ਬਾਬੂ ਮੈਂ ਮੰਨਦੀ ਹਾਂ ਕੁੜੀ ਦੀ ਵੀ ਗਲਤੀ ਹੈ, ਪਰ ਜਸ ਤਾਂ ਉਸ ਤੋਂ ਵੀ ਵੱਡਾ ਕਸੂਰਵਾਰ ਹੈ ਨਾ। ਫੋਨ ਕਰਕੇ ਤਾਂ ਜਸ ਨੇ ਹੀ ਲਾਡੀ ਨੂੰ ਛੱਤ ਉੱਤੇ ਬੁਲਾਇਆ ਸੀ। ਹਾਂ ਲਾਡੀ ਨੂੰ? ਹਾਂ ਮੈਂ ਉਹਨਾਂ ਦੋਵਾਂ ਦੇ ਪਿੱਛੇ ਛੱਤ 'ਤੇ ਵੀ ਗਈ ਸੀ ਤਾਂ ਕਿ ਉਹਨਾਂ ਦੋਨਾਂ ਨੂੰ ਉੱਥੇ ਹੀ ਸਮਝਾਵਾਂ, ਪਰ ਉਸ ਤੋਂ ਪਹਿਲਾਂ ਹੀ ਘਰ 'ਚ ਨਵਾਂ ਪੰਗਾ ਖੜਾ ਹੋ ਗਿਆ। ਦੇਖਿਆ ਜੀਜੇ ਦੀਆਂ ਇਹਨਾਂ ਗੱਲਾਂ ਕਰਕੇ ਤਾਂ ਮੈਂ ਨਫ਼ਰਤ ਕਰਦਾ ਉਹਨੂੰ, ਇਹਨਾਂ ਦਾ ਤਾਂ ਟੱਬਰ ਹੀ ਇੱਦਾਂ ਦਾ। ਤੁਹਾਡੀ ਨਫ਼ਰਤ ਵੀ ਨਾ ਜਾਇਜ਼ ਹੈ। ਵੈਸੇ ਤੁਸੀਂ ਵੀ ਸਹੀ ਕਹਿੰਦੇ ਹੋ, ਲਾਡੀ ਦੀ ਗਲਤੀ ਨਹੀਂ ਸੀ। ਬੜੀ ਛੇਤੀ ਮੇਰੀ ਹਾਂ 'ਚ ਹਾਂ ਮਿਲਾਤੀ। ਉਹ ਤਾਂ ਜੀ ਹੁਣ ਸਾਰੀ ਉਮਰ ਹੀ ਮਿਲਾਉਣੀ ਹੈ ਨਾ। ਮਤਲਬ ਇਹ ਕਿ ਮੇਰੇ ਦਿਲ 'ਚ ਇੱਕ ਗੱਲ ਆ ਜੋ ਮੈਂ ਕਹਿਣੀ ਚਾਹੁੰਦਾ। ਮੈਂ ਵਿਆਹ ਕਰਾਉਣਾ ਚਾਹੁੰਦਾ ਤੇਰੇ ਨਾਲ ਜਸਮੀਤ। ਕੀ ਹੋਇਆ ਚੁੱਪ ਕਿਉਂ ਹੋ ਗਏ? ਤੁਹਾਨੂੰ ਮੇਰੇ ਚਾਚਾ ਜੀ ਨਾਲ ਗੱਲ ਕਰਨੀ ਪੈਣੀ ਹੈ। ਉਹ ਮੈਂ ਕਰ ਲੂੰਗਾ। ਕੱਲੇ ਨਹੀਂ, ਤੁਹਾਡੀ ਭੈਣ ਪਿੰਕੀ ਨੂੰ ਵੀ ਵਿੱਚ ਪਾਉਣਾ ਪੈਣਾ ਹੈ ਤਾਂ ਕਿ ਚਾਚਾ ਜੀ ਨੂੰ ਤੁਸੀਂ ਥੋੜ੍ਹੇ ਜਿਹੇ ਫੈਮਿਲੀ ਵਾਲੇ ਲੱਗੋ। ਕੀ ਹੋਇਆ ਗਵਾਚ ਕਿਉਂ ਗਏ? ਠੀਕ ਆ ਪਹਿਲਾਂ ਭੈਣ ਗੱਲ ਕਰ ਲੂ ਫਿਰ ਮੈਂ ਗੱਲ ਕਰ ਲੂੰਗਾ। ਨਹੀਂ ਜੀ ਦੋਵੇਂ ਇਕੱਠੇ, ਉਹ ਵੀ ਅੱਜ ਹੀ। ਇਕੱਠੇ? ਹਾਂ ਅੱਜ ਰੱਖੜੀ ਵੀ ਹੈ ਤੇ ਰੱਖੜੀ ਬਣਾਉਣ ਦੇ ਬਹਾਨੇ ਭੈਣ ਨਾਲ ਵਿਆਹ ਦੀ ਗੱਲ ਵੀ ਕਰ ਲਿਓ, ਹੈ ਨਾ? ਦੁਸ਼ਮਣੀ ਤੇ ਜੀਜੇ ਨਾਲ ਹੈ ਨਾ, ਭੈਣ ਨਾਲ ਤੇ ਨਹੀਂ। ਫਿਰ ਅੱਜ ਰੱਖੜੀ ਆ ਯਾਰ, ਵੀਰ ਬਣ ਕੇ ਅੱਜ ਮੇਰੀ ਭੈਣੇ ਬਣ ਜਾ। ਓ ਚੱਲ ਓਏ, ਕਦੇ ਮੈਨੂੰ ਨੀਰੂ ਬਣਾ ਲੈਣਾ ਕਦੇ ਭੈਣ ਬਣਾ ਲੈਣਾ, ਦਫਾ ਹੋ। ਓ ਯਾਰ ਦਰਸਲ ਜਸਮੀਤ ਚਾਹੁੰਦੀ ਆ ਕਿ ਮੈਂ ਆਪਣੀ ਭੈਣ ਤੋਂ ਨਾ ਰੱਖੜੀ ਬਣਾਵਾਂ, ਨਾਲੇ ਉਹਨੇ ਰਿਸ਼ਤੇ ਦੀ ਗੱਲ ਕਰਨੀ ਆ, ਤੇ ਤੋਂ ਬਿਨਾਂ ਨਹੀਂ ਹੋਣਾ ਯਾਰ। ਵੀਰ ਬਣ ਕੇ ਮੰਨ ਜਾ। ਕਰਨਾ ਕੀ ਆ ਪਿੰਕੀ ਭਾਬੀ?
सब ठीक हो जू दीदी, सब ठीक हो जूगा, सब ठीक हो जू। पापी की होया तुहानू? इन्हां दे कैंसर दी मियाद मुक गई। मतलब? मतलब कैंसर बहुत बढ़ गया है। देखो तो सी बेचारी दी की हालत है, ठंड नाल किवें कंब रही है। ऐ जे ठंड नाल कंब रही है ते तुसी उतों पक्खी क्यों चली जा रहे हो? ओ ए, मैं तबीयत गर्म करके लेके आई सी ताकि इहनू गर्म हवा दे सका। हाँ सब ठीक हो जू, सब ठीक हो जू। भाभी अज ना बब्बू इत्थे आ रहा है। मैं इस हालत विच ਵਿਆਹ ਦੀ ਗੱਲ ਕਿੱਦਾਂ ਕਰੂੰਗੀ? ਤੁਹਾਨੂੰ ਕਿਵੇਂ ਪਤਾ ਉਹ ਵਿਆਹ ਦੀ ਗੱਲ ਕਰਨ ਆ ਰਿਹਾ? ਫੋਨ ਆਇਆ ਸੀਗਾ ਨਾ ਭਾਬੀ, ਉਹਨੂੰ ਘਰ ਆਉਣ ਤੋਂ ਰੋਕਿਓ ਨਾ, ਨਾਲੇ ਅੱਜ ਰੱਖੜੀ ਵੀ ਹੈ ਨਾ, ਉਹਨੂੰ ਮਿਲ ਵੀ ਲਓ, ਹੈ ਨਾ? ਆਪਾਂ ਨਾਲ ਬਹਿ ਕੇ ਸਾਰੀਆਂ ਗੱਲਾਂ ਕਰ ਲਾਂਗੇ, ਠੀਕ ਹੈ? ਠੀਕ ਹੈ ਨਾ? ਤੁਸੀਂ ਇਹਨਾਂ ਦਾ ਧਿਆਨ ਰੱਖੋ ਪਲੀਜ਼, ਮੈਂ ਚੱਲਦੀ ਹਾਂ। ਹਾਂ सब ठीक हो जाओ दीदी, फिक्र ना करो, मैं थोड़े वास्ते नींबू पानी बनानी है, बिल्कुल ठंडा ठंडा, ठीक है? नींबू पानी बनानी है दीदी, तुसी फिक्र ना करो। हाँ उठ साड़िया, कांटा पखा चलाया मैं तो। चाचा जी अखबार। थैंक यू। प्याज 100 रुपए किलो, साले प्याज ना होगे रामदी बोतल होगी। सब्जी लेन चली सी। चलो। नहीं नहीं मैं चली सी। दस के तो आए गई है, जे मैं खसम नू दस के जाईदा, लगदा गल पॉजिटिव हो रही है। मैनू सला कमला किता पिया इन्हां ने, लगदा इन्हां दी मामा ने शर्तां ला ला के दो दो सेम जम्मे आ। जसमीत इसलिए बुलाया मैनू इत्थे, मैं रिश्ता लेके आया ते ए मेरी बेइज्जती करी जांदे आ। उत्ते चलिए। उपर भी चले चलदे आ। ए थाली कादे लई चक्की आ? जट्टां दे शगन दे विच जां रिंग पैंदी आ जां रफड़। मैं नहीं बननी रखड़ी, पिंकी भाभी ने बननी है ना दे। हांजी चलो उत्ते, पिंकी भाभी दी तबीयत ना बहुत खराब है। पिंकी नूं कैंसर हो गया जी। ਉਹ ਸ਼ੁਕਰਾ ਭਰਾਵਾ, ਮੈਂ ਤਾਂ ਡਰ ਹੀ ਗਿਆ ਸੀ ਕਿਤੇ ਜ਼ਿਆਦਾ ਬਿਮਾਰ ਆ। ਆ ਜਾਓ ਜਦੋਂ ਆਈ ਸੀ ਚੰਗੀ ਭਲੀ ਸੀ, ਦੋ ਦਿਨ ਚ ਇਕੱਠੀ ਹੋ ਗਈ। ਪਿੰਕੀ ਭਾਬੀ ਦੇਖੋ ਤੇ ਕੌਣ ਆਇਆ? ਮੈਂ ਦੇਖਦਾ ਨਾ। ਭੈਣੇ ਠੀਕ ਆ ਨਾ ਤੂੰ? ਮੈਂ ਤਾਂ ਤੁਹਾਨੂੰ ਮੈਂ ਉਹ ਨਾ 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 ਬੋਲ ਨਾ, ਐਵੇਂ ਜੇ ਖੰਘ ਆ ਗਈ ਤਾਂ ਸਾਰਿਆਂ ਨੂੰ ਕੈਂਸਰ ਹੋ ਜਾਊਗਾ। ਇੱਕ ਕੈਂਸਰ ਲੱਗਦੀ ਬਿਮਾਰੀ ਹੁੰਦੀ ਆ, ਕਿਤੇ ਨੀਰੂ ਨੂੰ ਨਾ ਹੋ ਜਾਵੇ। ਇਹ ਤਾਂ ਨਹਾਉਂਦੀਆਂ ਵੀ ਇਕੱਠੀਆਂ ਨੇ। ਚਾਚਾ ਜੀ ਭੈਣੇ ਮੈਂ ਜਸਮੀਤ ਨਾਲ ਵਿਆਹ ਕਰਾਉਣਾ ਚਾਹੁੰਦਾ, ਤੈਨੂੰ ਪਸੰਦ ਆ ਨਾ? ਹੈ ਉਹ ਐਡੇ ਗੰਦੇ ਇਸ਼ਾਰੇ ਤਾਂ ਕੋਈ ਭਾਈ ਨਹੀਂ ਕਰਦਾ ਜਿੱਡੇ ਤੇਰੀ ਭੈਣ ਲੱਗੀ ਆ ਕਰਨ। ਓਏ ਉਹ ਭੈਣ ਨੇ ਕਦੇ ਕਿਸੇ ਨੂੰ ਇਸ਼ਾਰਾ ਨਹੀਂ ਨਾ ਕੀਤਾ ਜੀ, ਇਹਨੂੰ ਤਾਂ ਵਿਚਾਰੀ ਨੂੰ ਪਤਾ ਹੀ ਨਹੀਂ ਵੀ ਕਿਹੜੀ ਗੱਲ ਤੇ ਕਿਹੜਾ ਇਸ਼ਾਰਾ ਕਰੀਦਾ। ਆਹੋ ਸਾਡੀਆਂ ਧੀਆਂ ਭੈਣਾਂ ਹੀ ਗੰਦੇ ਗੰਦੇ ਇਸ਼ਾਰੇ ਕਰਕੇ ਵੱਡੀਆਂ ਹੋਈਆਂ। ਓਏ ਹੁਣ ਕੀ ਕਹਿੰਦੀ ਆ? ਭੈਣ ਪੁੱਛਦੀ ਆ ਵੀ ਤੁਹਾਨੂੰ ਇਹ ਰਿਸ਼ਤਾ ਮਨਜ਼ੂਰ ਆ ਨਾ? ਦੱਸੋ ਚਾਚਾ ਜੀ ਮੁੰਡਾ ਓਕੇ ਆ? ਮੁੰਡਾ ਤਾਂ ਓਕੇ ਆ ਪਰ ਮੈਨੂੰ ਭੈਣ ਨਹੀਂ ਬਹੁਤੀ ਓਕੇ ਲੱਗਦੀ। ਕੈਂਸਰ ਹੈ ਨਾ। ਚਲੋ ਜੀ ਚਾਚਾ ਜੀ ਵੱਲੋਂ ਤਾਂ ਓਕੇ ਆ, ਭਾਬੀ ਹੁਣ ਨਾ ਤੁਸੀਂ ਇਹਨਾਂ ਨੂੰ ਰੱਖੜੀ ਬੰਨੋ। ਨਾ 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 ਰੱਖੜੀ ਨਹੀਂ ਕੈਂਸਰ ਆ ਭੈਣ ਨੂੰ। ਓਏ ਕੈਂਸਰੀ ਆ, ਕੋਈ ਪਾਸਾ ਤਾਂ ਨਹੀਂ ਮਰਿਆ ਕਿ ਹੱਥ ਪੈਰ ਨਹੀਂ ਚੱਲਦੇ, ਬੰਨੋ ਰੱਖੜੀ। ਆ ਲੈ ਲੈ ਭੈਣੇ ਔਖੀ ਸੌਖੀ ਬੰਨ ਦੇ ਰੱਖੜੀ। 20 ਰੁਪਏ ਬਣਾ ਲੈ ਰੱਖੜੀ, ਸੋਹਣੇ ਜਿਹੇ ਰਜਾਈ ਚੱਕ ਲਓ। ਉਹ ਨਹੀਂ ਨਹੀਂ ਕੰਬਣੀ ਲੱਗਦੀ ਆ ਨਾ। ਉਹ ਯਾਰ ਕੰਬਣੀ ਨੂੰ ਅਸੀਂ ਕਾਂਗੜਿਆ ਕੇ ਰੱਖੜੀ ਬੰਨਣ ਲੱਗੇ ਆ। ਉਹ ਮੈਂ ਤਾਂ ਜੀ ਬਿਮਾਰੀ ਕਰਕੇ ਕਹਿਣਾ, ਲਓ ਬੰਨੀ ਗਈ। ਹਾਂ ਹਾਂ ਹੁਣ ਠੀਕ ਆ, ਚੱਲੀਏ ਚਲੋ। ਇੱਕ ਤਾਂ ਮਿੰਟ ਲਾਉਂਦੀ ਆ ਕਾਮਰੇਡ ਵਾਂਗੂ ਬਾਹ ਖੜੀ ਕਰਨ ਨੂੰ, ਹੁਣ ਕੀ ਕਹਿੰਦੀ ਆ? ਭੈਣ ਕਹਿੰਦੀ ਆ ਵੀ ਮੇਰੇ ਜਿਉਂਦੇ 'ਚ ਵਿਆਹ ਕਰਦੇ ਹੋ। ਉਹ ਯਾਰ ਵਿਆਹ 'ਚ ਇਹਨੇ ਲੁੱਡੀਆਂ ਪਾਉਣੀਆਂ, ਹੱਥ ਪੈਰ ਤਾਂ ਇਹਦੇ ਚੱਲਦੇ ਨਹੀਂ। ਚਲੋ ਕੈਂਸਰ ਵਾਲੇ ਕੋਲ ਬਾਅਦ 'ਚ ਨਹੀਂ ਖੜੀ ਦਊਂਗਾ।
चंगा भैने अपना ख्याल रखी। ਲੈ ਵੀ ਬਾਬੂ ਤੇਰਾ ਤਾਂ ਹੋ ਗਿਆ ਟਾਂਕਾ ਫਿੱਟ। ਤੇਰਾ ਵੀ ਤਾਂ ਹੋ ਹੀ ਗਿਆ ਸਾਲਿਆ। ਇਹਦਾ ਕਿਹਦੇ ਨਾਲ ਹੋ ਗਿਆ? ਸਾਲਿਆ ਸੂਬੇਦਾਰ ਨਾਲ। ਆਹ ਸਾਲੇ ਦੇ ਸਿਰ 'ਚ ਬੋਤਲ ਮਾਰੂ ਮੈਂ? ਆ ਵੀਰ ਜੇਤੀ ਕਰ। ਨਹੀਂ ਆ ਤਾਂ ਭਰੀ ਹੋਈ ਆ, ਖਾਲੀ ਕਰਕੇ ਮਾਰੂ। ਤੂੰ ਦੱਸਾਂ ਇੱਕ ਗੱਲ ਹੈ, ਸੂਬੇਦਾਰ ਸਾਲੇ ਨੇ ਤੰਗ ਕੀਤਾ ਪਿਆ। ਕਦੇ ਤਾਂ ਮੈਨੂੰ ਬੁੱਗੀ ਬੁੱਗੀ ਕਹੂ, ਕਦੇ ਕੜਾਹ ਲੈ ਕੇ ਆਜੂ, ਕਦੇ ਚਿਕਨ ਲੈ ਕੇ ਆਜੂ ਸਾਲਾ ਇੰਪ੍ਰੈਸ ਕਰਨ ਦਾ ਮਾਰਾ। ਵੱਡਾ ਦਲਜੀਤ ਬਣਦਾ ਹੈ। दारू पिया पिया मारता पतंदरा ने। की करती सी? Don't disturb। उल्टी करती सी? नीरू डुब जानी है। तू ये की करा कर लिया? कुछ नहीं हुआ जी। मैं देखा नहीं है, कुछ नहीं हुआ, सारा कुछ तो हो गया। मैं तेनू कल ही नु मंगया सी, ना के बाय वन गेट वन फ्री मंगया सी। मेरी गल तो सुनो। की सुना हुण? सुनने नु की रह गया बाकी? हजे तां तेरी घर वाले नाल बणदी नहीं। जे बणदी हुंदी तेरा की बणदा? तू तां उल्टियां कर कर खाली हो जांदी। मेरे नाल तां जटिया प्रेम रोग वाली कीती। पवरे ने खिलाया, फूल फूल को ले गया राजकुमार। चल मेरे नाल हस्पताल। ਕਾਦੇ ਲਈ? ਤੇਰਾ ਭਾਰ ਘਟਾਉਣ ਲਈ। ਹਾਏ ਅੱਲਾ, ਮੇਰੇ ਛੱਤ ਥੱਲੇ ਕੋਈ ਬਗਾਨੀ ਸ਼ਹਿ ਨਹੀਂ ਪਲ ਸਕਦੀ। ਮੈਂ ਚਾਰ ਕਿਰਾਏਦਾਰ ਰੱਖੇ ਸੀ, ਮੈਂ ਇੱਥੇ ਪੰਜਵਾਂ ਨਹੀਂ ਰਹਿਣ ਦੇਣਾ। ਚੱਲ ਚੱਲ ਜਲਦੀ ਜਲਦੀ ਕਰ, ਮੇਰੀ ਗੱਲ ਜਲਦੀ ਕਰ, ਮੇਰੀ ਗੱਲ ਤਾਂ ਸੁਣੋ। ਚੱਲ ਮੇਰੇ ਸੁਣੋ ਮਿੱਠਾ, ਚੱਲ ਚੱਲ ਮੇਰੀ ਲਾਡੋ, ਮੇਰੀ ਗੱਲ ਤਾਂ ਸੁਣੋ। ਮੇਰੀ ਚੱਲ ਤੁਰ ਤੁਰ, ਹੁਣ ਬੀਚਰ ਦੀ ਕਿਉਂ ਆ? ਤੁਰ ਬੈਠ ਇੱਥੇ, ਬੈਠ ਬੈਠ ਬੈਠ। ਡਾਕਟਰ ਸਾਹਿਬ, ਸਾਨੂੰ ਇਹ ਬੱਚਾ ਨਹੀਂ ਚਾਹੀਦਾ। ਹਾਂਜੀ, ਸਾਨੂੰ ਇਹ ਬੱਚਾ ਨਹੀਂ ਚਾਹੀਦਾ। ਪਤੀ ਹੋ ਗਏ, ਤੁਹਾਨੂੰ ਇਹੋ ਜਿਹੀ ਗੱਲ ਕਰਦੇ ਸ਼ਰਮ ਨਹੀਂ ਆਉਂਦੀ? ਡਾਕਟਰ ਸਾਹਿਬ, ਮੈਂ ਤੁਹਾਨੂੰ ਕਿਵੇਂ ਸਮਝਾਵਾਂ ਇਹ ਬੱਚਾ ਕਿਸੇ ਦੂਸਰੇ ਪਤੀ ਦਾ? ਹੁਣ ਸ਼ਰਮ ਆਉਂਦੀ ਹੈ ਡਾਕਟਰ? ਉਹ ਤੁਹਾਡੀ ਸ਼ਕਲ ਤਾਂ ਉਹਨਾਂ ਨਾਲ ਮਿਲਦੀ ਹੈ। ਹਾਂ, ਇਹਦੇ ਜੁੜਵੇ ਭਰਾ ਨਾਲ ਮਿਲਦੀ ਆ, ਪਰ ਤੁਸੀਂ ਇਸ ਗੱਲ ਤੋਂ ਕੀ ਲੈਣਾ? ਜੇ ਤੁਸੀਂ ਹੋਰ ਦੇਰ ਕਰਤੀ, ਦੁਨੀਆ ਤੇ ਤੀਸਰਾ ਹਮਸ਼ਕਲ ਆ ਜਾਣਾ। ਤੁਸੀਂ ਜਲਦੀ ਕਰੋ ਪਲੀਜ਼। ਪਰ ਕਰਨਾ ਕੀ ਹੈ? ਮੈਂ ਦੱਸਣਾ ਕੀ ਕਰਨਾ? ਤੁਸੀਂ ਜੋ ਮਰਜ਼ੀ ਕਰੋ, ਪਰ ਸਾਨੂੰ ਇਹ ਬੱਚਾ ਨਹੀਂ ਚਾਹੀਦਾ। ਮੇਰੀ ਗੱਲ ਤਾਂ ਸੁਣੋ। ਕੀ ਸੁਣਾ ਮੈਂ ਤੇਰੀ ਗੱਲ? ਤੇ ਤਾਂ ਵਿਸ਼ਵਾਸ ਤਾਂ ਚੱਕਿਆ ਗਿਆ, ਕਿਤੇ ਮੈਨੂੰ ਹੱਥ ਨਾ ਚੁਕਵਾ ਲਈ। ਸਾਲਾ ਸੋਹਣੀ ਜਨਾਨੀ ਤੇ ਹੱਥ ਕਿਤੇ ਚੱਕਣ ਨੂੰ ਜੀ ਕਰਦਾ? ਜਲਦੀ ਕਰੋ ਡਾਕਟਰ ਸਾਹਿਬ, ਪਲੀਜ਼ ਜਲਦੀ ਕਰੋ। ਤੁਰ 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 ਤੁਰ, ਜਲਦੀ ਕਰ। ਪਤਾ ਨਹੀਂ ਹੁਣ ਅੰਦਰ ਜਾ ਕੇ ਕਿੱਡੇ ਕਿੱਡੇ ਟੀਕੇ ਲਾਉਣਗੇ। ਵੈਸੇ ਡਾਕਟਰ ਸਾਹਿਬ, ਤੁਸੀਂ ਪਹਿਲਾਂ ਥੀਏਟਰ ਕਰਦੇ ਸੀ ਨਾ? ਹਾਂਜੀ, ਦਿਨੇ ਮੈਂ ਕਲੀਨਿਕ 'ਚ ਕੰਮ ਕਰਦੀ ਹਾਂ ਅਤੇ ਸ਼ੌਂਕ ਲਈ ਥੀਏਟਰ ਕਰਦੀ ਹਾਂ ਸ਼ਾਮ ਨੂੰ। ਪਰ ਤੁਹਾਨੂੰ ਕਿਵੇਂ ਪਤਾ? ਓ, ਤੁਹਾਡੇ ਬ੍ਰਦਰ ਨੇ ਦੱਸਿਆ ਹੋਣਾ। ਖੈਰ, ਤੁਹਾਨੂੰ ਬ੍ਰਦਰ ਨਾਲ ਵੀ ਮਿਲਾ ਹੀ ਦਿੰਦੀ ਹਾਂ। ਅੱਛਾ, ਉਹ ਵੀ ਨਾਲ ਆਏ ਨੇ? ਨਾਲ ਕਾਹਨੂੰ ਆਏ ਨੇ? ਆਈ ਐਮ ਸੋਰੀ ਨੀਰੂ, ਮੇਰੇ ਕਰਕੇ ਤੈਨੂੰ ਕਿੰਨੀ ਤਕਲੀਫ ਸਹਿਣੀ ਪੈ ਰਹੀ ਆ। ਪਰ ਸਾਲੇ ਪਾਲੀ ਦੀ ਹਿੰਮਤ ਕਿਵੇਂ ਪਈ? ਸ਼ਾਇਦ ਤਾਂ ਤੁਸੀਂ ਐਕਟਰ ਬਣਨ ਆਏ ਸੀ, ਪਰ ਤੁਹਾਡੀ ਜ਼ਿੰਦਗੀ ਤਾਂ ਡਰਾਮਾ ਬਣ ਕੇ ਰਹਿ ਗਈ। ਡਰਾਮਾ ਤਾਂ ਠੀਕ ਸੀ, ਪਰ ਜਿਹੜਾ ਬਾਹਰ ਬੈਠਾ ਨਾ, ਇਹ ਮੈਨੂੰ ਡਰਮ ਬਣਾਉਣ ਨੂੰ ਫਿਰਦਾ। ਨਦੀਆਂ ਨਾ ਕੱਢ, ਚੱਲ ਚੱਲ ਕੇ ਉਹਨੂੰ ਦੱਸ ਵੀ ਸਭ ਠੀਕ ਹੈ। ਟੈਨਸ਼ਨ ਲੈਣ ਦੀ ਕੋਈ ਗੱਲ ਨਹੀਂ, ਥੋੜ੍ਹੀ ਜਿਹੀ ਬਦਹਜ਼ਮੀ ਸੀ, ਹੁਣੇ ਠੀਕ ਨੇ। ਡਾਕਟਰ ਸਾਹਿਬ, ਚੰਗੀ ਤਰ੍ਹਾਂ ਚੈੱਕ ਕਰ ਲਿਆ ਨਾ, ਹੋਰ ਕਿਤੇ ਕੱਲ ਨੂੰ ਖੱਟੀਆਂ ਬੀਆਂ ਚੂਸਣ ਲੱਗੀ, ਮੇਰਾ ਤਾਂ ਸਾਰਾ ਖੂਨ ਹੀ ਚੂਸਿਆ ਜਾਣਾ। ਟੈਨਸ਼ਨ ਨਾ ਲਓ ਜੀ, ਬਦਹਜ਼ਮੀ ਕਰਕੇ ਥੋੜ੍ਹੀ ਜਿਹੀ ਉਲਟੀਆਂ ਲੱਗ ਗਿਆ ਸੀ, ਬਾਕੀ ਤੁਸੀਂ ਖੁਸ਼ੀ ਖੁਸ਼ੀ ਆਪਣੀ ਘਰ ਵਾਲੀ ਨੂੰ ਘਰ ਲੈ ਕੇ ਜਾ ਸਕਦੇ ਹੋ। ਚੰਗਾ ਭਾਬੀ ਜੀ। ਸੂਬੇਦਾਰ ਸਾਹਿਬ, ਹੁਣ ਸੁਨਸਾਨ ਰਾਹ ਤੇ ਕਿਉਂ ਆ ਗਏ ਤੁਸੀਂ? ਇਸ ਕਰਕੇ ਕਿ ਸਾਨੂੰ ਕੋਈ ਡਿਸਟਰਬ ਨਾ ਕਰ ਸਕੇ। ਸਭ ਤੋਂ ਜ਼ਿਆਦਾ ਡਿਸਟਰਬ ਤਾਂ ਤੂੰ ਕਰਦਾ। ਕੀ ਕਿਹਾ? ਕੁਛ ਨੀ ਕੁਛ ਨੀ, ਤੁਸੀਂ ਸਕੂਟਰ ਚਲਾਓ। ਸਕੂਟਰ ਕੀ ਮੈਂ ਸਵਾਹ ਚਲਾਵਾਂ? ਮੇਰੇ ਤਾਂ ਸਾਲੇ ਸਾਹ ਚੱਲਣੇ ਔਖੇ ਹੋਏ ਪਏ ਨੇ। ਤੂੰ ਇੱਧਰ ਆ, ਇੱਧਰ ਕਿੱਧਰ ਮੁਕਾ ਕੇ ਰਹੂਗਾ ਜੱਟ? ਮੇਰੀ ਗੱਲ ਸੁਣ ਨੀਰੂ, ਮੈਂ ਬਹੁਤ ਅੱਕਿਆ ਹੋਇਆ। ਅੱਜ ਮੈਂ ਤੇਰੇ ਨਾਲ ਇੱਥੇ ਗੱਲ ਮੁਕਾ ਕੇ ਘਰੇ ਜਾਣਾ, ਜਾਂ ਤੇਰੇ ਨਾਲ ਜੱਬ ਮੁਕਾ ਕੇ ਘਰੇ ਜਾਣਾ। ਹਾਏ ਅੱਲਾ, ਦੇਖ ਨੀਰੂ, ਤੂੰ ਮੇਰੇ ਨਾਲ ਵਿਆਹ ਕਰਾ ਲਾ, ਮੈਂ ਤੈਨੂੰ ਆਪਣੇ ਸਾਰੇ ਮੈਡਲ ਪਾ ਦੂੰਗਾ। ਪਰ ਵਿਆਹ 'ਚ ਤਾਂ ਜੀ ਮੰਗਲ ਸੂਤਰ ਪਾਈਦਾ। ਉਹ ਯਾਰ, ਬੰਦੇ ਨੇ ਆਪਣੇ ਪ੍ਰੋਫੈਸ਼ਨ ਮੁਤਾਬਕ ਹੀ ਪਾਉਣੇ ਆ। ਉਹ ਜੇ ਹੁਣ ਮੈਂ ਫੌਜੀ ਹਾਂ ਤਾਂ ਮੈਡਲ ਹੀ ਪਾਊਂਗਾ। ਦੇਖ, ਇੱਕ ਨਾ ਇੱਕ ਦਿਨ ਤੇਰੇ ਘਰ ਵਾਲੇ ਨੇ ਤੈਨੂੰ ਛੱਡ ਜਾਣਾ, ਮੇਰੇ ਕੋਲੋਂ ਲਿਖਾ ਲਾ। ਭਾਵੇਂ ਸਾਰਾ ਪਿੰਡ ਮਰ ਜਾਏ ਜੀ, ਪਰ ਤੁਹਾਨੂੰ ਲੰਬੜਦਾਰੀ ਨਹੀਂ ਮਿਲਣੀ। ਕੀ ਮਤਲਬ? ਭਾਵੇਂ ਉਹ ਛੱਡ ਵੀ ਜਾਣ, ਮੈਂ ਤਾਂ ਵੀ ਤੁਹਾਡੇ ਨਾਲ ਵਿਆਹ ਨਹੀਂ ਕਰਾਉਣਾ। ਕੀ ਗੱਲ? ਸ਼ਾਹਰੁਖ ਖਾਨ ਸੋਚੀ ਫਿਰਦੀ ਆਪਣੇ ਲਈ? ਤੈਨੂੰ ਤਾਂ ਘੁੱਗੀ ਭਲੇ ਵਰਗੇ ਹੀ ਟੱਕਰਨੇ ਆ। ਮੈਨੂੰ ਤੁਹਾਡੇ ਤੋਂ ਡਰ ਲੱਗਦਾ। ਉਹ ਯਾਰ, ਮੈਂ ਕਿਰਪਾਲ ਸਿੰਘ ਗਿੱਲ ਨਾ ਕੇ KPS ਗਿੱਲ, ਜਿਹੜਾ ਤੈਨੂੰ ਮੇਰੇ ਕੋਲ ਡਰ ਲੱਗਦਾ। ਹੈਪੀ, ਇਹ ਸਾਲਾ ਜੋਕਰ ਜੇ ਇੱਥੇ ਵੀ ਆ ਗਿਆ। ਜੋਕਰ ਰਹੂ ਤੇਰਾ ਪਿਓ। ਸਾਲਿਆ, ਤੇਰਾ ਵੀ ਤਾਂ ਦਾਦਾ ਲੱਗਿਆ। ਲੱਗੀ ਜਾਵੇ ਸਵੀਟੀ, ਇਹੀ ਆ ਉਹ ਜਨਾਨੀ ਜਿੰਨੇ ਤੇਰੇ ਪੱਲੇਦਾਰ ਫੈਂਟੇ ਸੀਗੇ। ਸਵੀਟੀ, ਤੂੰ ਠੀਕ ਹੈ? ਨਹੀਂ ਤਾਂ ਬਾਦਸ਼ਾਹ ਜੀ। ਓਕੇ ਓਕੇ ਓਕੇ,
चाचा तू ये जनानी छड़ दे। आए के मैं छड़ दा मसा ता हाथ आई यार। हैप्पी ये है कौन? अंडरटेकर दी भैन। यार झूठ बोलदा है ओ अंग्रेज है पंजाबन नाले गोरे ते वैसे नहीं किसी नु भैन बनाउंदे। चाचा तू मकान छड़ना के नहीं? नहीं छड़ना साले देख दे की हो चक लो जट एंड जूलियट नु। तेरा पहला मेन सोची बंद करा। चुले अग ना कड़े दे विच पानी ओ छड़िया दी जून बुरी ओ छड़िया दी सच्ची बुरी है यार। हुण फिर स्टोव नाल मत्था मारना पैना। ओ तू आ आजा यार मैं कड़ा बनाउण लग्या सी। भाई बब्बू मेरी जॉब लग गई। ਵਧਾਈਆਂ ਹੋ ਗਈਆਂ ਫਿਰ ਤਾਂ। ਪਰ ਤੂੰ ਆ ਕੀ ਬਣਿਆ ਫਿਰਦਾ? ਉਹ ਛੱਡ ਮੇਰਾ, ਮੈਂ ਤਾਂ ਘਰੇ ਸੀਗਾ। ਬਾਈ ਸਰਕਾਰੀ ਬੈਂਕ 'ਚ ਕਲਰਕ ਦੀ ਜੋਬ ਲੱਗ ਗਈ। ਯਾਰ ਬਹੁਤ ਵਧੀਆ ਹੋ ਗਿਆ, ਦੇਖੀ ਕਿ ਕਰਕੇ ਆਪਾਂ ਸਭ ਨੇ ਸੈੱਟ ਹੋ ਜਾਣਾ। ਮੇਰੀ ਮੰਮੀ ਕਹਿੰਦੀ ਹੁੰਦੀ ਸੀ ਵੀ ਜਿੱਦਣ ਘਰੇ ਖੁਸ਼ਖਬਰੀ ਆਵੇ ਨਾ ਮਿੱਠਾ ਜ਼ਰੂਰ ਬਣਾਈਦਾ। ਦੇਖ ਲੈ ਮੈਂ ਪਹਿਲਾਂ ਹੀ ਕੜਾਹ ਦੀਆਂ ਤਿਆਰੀਆਂ ਖਿੱਚੀ ਬੈਠਾ। ਆ ਜਾ ਕਰੀਏ ਟਰਾਈ। ਚੱਲ ਉਹ ਦੇਖ ਕੇ ਖੁੱਲੀਂਗੇ ਤੇ ਸੂਬੇਦਾਰ ਨਾ ਹੋਵੇ। ਹਟ ਜਾ ਪਾਸੇ ਓਏ ਸਾਲਿਓ, ਮੈਂ ਨਹੀਂ ਬਚਦਾ ਅੱਜ। ਉਹ ਸਾਲਿਆ ਹੋਇਆ ਕੀ ਆ? ਆ ਤੇਲ ਦੇ ਆਪਦੇ ਆਪ ਨੂੰ ਅੱਗ ਲਾ ਕੇ ਮਰੂ ਮੈਂ। ਉਹ ਕੜਾਹ ਬਣਾਉਣਾ ਇਹਦੇ ਨਾਲ ਕੜਾਹ ਨਾ ਸਾਲਿਓ, ਤੁਹਾਨੂੰ ਕਿਹੜੀਆਂ ਖੁਸ਼ੀਆਂ ਚੜੀਆਂ ਨੇ ਜਿੱਚ ਕੜਾਹ ਬਣਾਉਣ ਨੂੰ ਫਿਰਦੇ ਹੋ? ਉਧਰ ਸੂਬੇਦਾਰ ਮੇਰਾ ਕੜਾਹ ਬਣਾਉਣ ਨੂੰ ਫਿਰਦਾ, ਉਹੀ ਖਾ ਲਿਓ ਫਿਰ। ਹੋਇਆ ਕੀ ਆ ਦੱਸੇਗਾ? ਨਾ ਤੁਹਾਨੂੰ ਕਿਹੜਾ ਪਤਾ ਨਹੀਂ ਸੂਬੇਦਾਰ ਦੀਆਂ ਹਰਕਤਾਂ ਦਾ? ਸਾਲਿਆ ਪਤਾ ਤੇਰੇ ਤੇ ਟਰਾਈ ਚੱਲਦੀ ਆ। ਪਤਾ ਨਹੀਂ ਕੀ ਕੁਝ ਚੱਲਦਾ, ਆਪਣੀ ਇੱਜ਼ਤ ਬਚਾਉਣ ਮਾਰੇ ਘੱਟ ਦੱਸ ਰਿਹਾ ਮੈਂ। ਅੱਜ ਪਤਾ ਕੀ ਹੋਇਆ? ਮੈਨੂੰ ਜੱਚਾ ਬੱਚਾ ਜਾਂਚ ਕੇਂਦਰ ਲੈ ਗਿਆ ਮੇਰਾ ਬੱਚਾ ਚੈੱਕ ਕਰਾਉਣ ਲਈ। ਉਹ ਮੈਂ ਕਪੜਾ ਮਾਰੂ ਸਾਲਿਓ, ਮੇਰੇ ਨਾਲ ਵਿਆਹ ਕਰਾਉਣ ਨੂੰ ਫਿਰਦਾ ਉਹ। ਗੱਲ ਸੁਣ ਲਓ ਮੇਰੀ ਦੋਨੇ ਜਾਣੇ, ਜਾਂ ਤਾਂ ਅੱਜ ਇਹ ਕਮਰਾ ਛੱਡੋ ਜਾਂ ਫਿਰ ਆਉਂਦਾ ਤੁਹਾਡਾ ਪਤੰਤਰ ਉਹਨੂੰ ਸਾਰੀ ਸੱਚੀ ਗੱਲ ਦੱਸੋ। ਉਹ ਐਂ ਕਿਵੇਂ ਦੱਸ ਦੋ ਏ ਯਾਰ, ਜੇ ਉਹਨੂੰ ਪਤਾ ਲੱਗ ਗਿਆ ਨਾ ਇਹ ਬੰਦਾ, ਉਹਨੇ ਤਾਂ ਮੇਰਾ ਵਿਆਹ ਨਹੀਂ ਹੋਣ ਦੇਣਾ ਸੀ ਸੁਮੀਤ ਨਾਲ। ਸ਼ਾਬਾਸ਼ ਏ, ਆਪਦਾ ਘਰ ਵਸਾਉਣ ਲਈ ਸਾਲਿਓ ਮੇਰਾ ਸਾਰਾ ਕੁਝ ਜਾਣੀ ਚਲੋ ਹੈ ਨਾ। ਡਿਪਟੀ ਆਪਾਂ ਬੱਬੂ ਦਾ ਵਿਆਹ ਵੀ ਤਾਂ ਕਰਵਾਉਣਾ, ਜੇ ਸੂਬੇਦਾਰ ਨੂੰ ਸਾਰਾ ਕੁਝ ਦੱਸਤਾ ਉਹਨੇ ਇਹਦਾ ਜਸਮੀਤ ਨਾਲ ਵਿਆਹ ਨਹੀਂ ਹੋਣ ਦੇਣਾ। ਉਹ ਤੂੰ ਚੱਲ ਓਏ, ਇਦੋਂ ਤਾਂ ਮੈਂ ਪਿੰਡ ਰਹਿ ਕੇ ਸਰੂਪਨਖਾ ਦਾ ਰੋਲ ਕਰੀ ਜਾਂਦਾ, ਘੱਟੋ ਘੱਟ ਲੋਕ ਇੱਜ਼ਤ ਤਾਂ ਕਰਦੇ ਸੀ, ਆ ਜਦੋਂ ਦਾ ਨੀਰੂ ਬਣਿਆ ਸਾਰੀ ਆਪਦੀ ਇੱਜ਼ਤ ਬਚਾਉਣੀ ਔਖੀ ਹੋਈ ਪਈ ਹੈ। ਬਈ ਇੱਕ ਤਰੀਕੇ ਨਾਲ ਆਪਾਂ ਇਹ ਪ੍ਰੋਬਲਮ ਤੋਂ ਬਚ ਸਕਦੇ ਹਾਂ। ਕਿਹੜੀ ਓਏ? ਜੇ ਨੀਰੂ ਮਰ ਜਵੇ। ਚੱਲ ਓਏ, ਇਦੋਂ ਚੰਗਾ ਤਾਂ ਮੈਂ ਪਿੰਡ ਰਹਿ ਕੇ ਰਾਮ ਲੀਲਾ ਹੀ ਕਰ ਲੂੰ। ਉਹ ਸੱਚੀ ਮੁੱਚੀ ਮਰਨ ਥੋੜਾ ਨਾ ਕਹਿਣਾ, ਸੂਬੇਦਾਰ ਦੇ ਮੂਹਰੇ ਝੂਠ ਮੂਠ ਦਾ ਮਰਨ ਨੂੰ ਕਹਿਣਾ। ਉਹ ਘੱਟੋ ਘੱਟ ਉਹਨੂੰ ਇਹ ਤਾਂ ਇਹੋ ਜਿਹਾ ਕਿ ਤੂੰ ਉਹਨੂੰ ਵਿਆਹ ਤੋਂ ਮਨਾ ਨਹੀਂ ਕੀਤਾ ਜਦ ਨੀਰੂ ਨੇ ਬਚੀ। ਦੇਖ ਨੀਰੂ, ਮੈਂ ਥਾਪੜਾ ਮਾਰੂ ਸਾਲਾ ਨੀਰੂ ਦਾ। ਮੇਰਾ ਮਤਲਬ ਡਿਪਟੀ ਵੀਰ ਜੀ, ਤੁਹਾਨੂੰ ਤੈਰਨਾ ਤਾਂ ਆਉਂਦਾ? ਆਹੋ ਬਸ ਫਿਰ ਸਵੇਰੇ ਸੱਜਰੇ ਸੂਬੇਦਾਰ ਦੇ ਮੂਹਰੇ ਨਹਿਰ ਛਾਲ ਮਾਰ ਦੀ। ਜਮਾ ਫਿੱਟ ਕਹਿੰਦਾ ਬਾਈ, ਲਾਪਾਲੀ ਨੂੰ ਫੋਨ ਹੁਣੇ ਲੈ, ਤੈਨੂੰ ਕਹਿ ਕੱਲ ਦੀ ਛੁੱਟੀ ਲੈ ਲਵੇ। ਓਏ ਆ ਜਾਓ, ਰੈਡੀ? ਆਹੋ ਚੱਲ ਹੋ ਜਾ ਹੋਈਏ ਫਿਰ। ਚੱਲ ਇਹ ਲੈ ਫਿਰ। ਮੈਂ ਨਾ ਬਚਦੀ, ਮੈਂ ਨਹੀਂ ਬਚਦੀ, ਮੈਂ ਨਹੀਂ ਬਚਦੀ, ਘਟਿਆ ਪਤੀ ਮੇਰੇ ਪਿੱਛੇ ਨਾ ਆਇਓ। ਹੋਰ ਕੀ ਨਵਾਂ ਸਿਆਪਾ ਪੈ ਗਿਆ? ਚਾਲ ਮਾਰ ਲੈ ਮੇਰੇ ਪਿੱਛੇ ਨਾ ਨਿਕਲ ਗਏ ਸੀ। ਮੈਂ ਨੀ ਬਚਦੀ, ਮੈਂ ਤਾਂ ਗਈ ਬਸ, ਮੈਂ ਤਾਂ ਚੱਲੀ ਹਾਂ, ਮੈਂ ਤਾਂ ਗਈ। ਹਾਏ ਠੰਡਾ ਪਾਣੀ, ਠੰਡਾ ਸੀਤ। ਉਹ ਯਾਰ ਐਡਾ ਚਸਕਾ ਵੀ ਨਾ ਹੋਵੇ ਕਿਸੇ ਨੂੰ ਤੀਮੀ ਦਾ, ਉਹ ਬੱਟਾ ਬੁੱਟਾ ਮਾਰ ਦੇ। ਬੱਟੇ ਬੁੱਟੇ ਦਾ ਕੁਛ ਨਹੀਂ ਬਣਨਾ, ਜਿੰਨਾ ਇਹ ਹਲਕਾ ਨਾ ਇਹ ਤਾਂ ਪੁਲਿਸ ਨੂੰ ਲੱਭਣਾ। ਉਹ ਬਚਾ ਤਾਂ ਲਿਆ, ਹੋਰ ਕਿੰਨੇ ਜਾਣੇ ਚਾਹੀਦੇ ਆ ਬਚਾਉਣ ਨੂੰ? ਜਿਹੜਾ ਤੇਰੇ ਸਿਰ ਦਾ ਸਾਈ ਆ ਉਹ ਤਾਂ ਸਾਲਾ ਬਾਹਰ ਖੜਾ, ਮੈਂ ਹੀ ਬਚਾਇਆ। ਉਹ ਸਾਲਿਓ ਆਪ ਹੀ ਛਾਲ ਮਾਰਨੀ ਬਣੀ ਆ। ਚਲੋ ਹਾਂ ਚੱਲ ਚੱਲ।
ਸੁਬੇਦਰ ਸਾਹਿਬ ਛੱਡ ਦੇ ਇਹਨੂੰ ਆ ਗਏ ਸੀ ਬਚਾਉਣ ਨੂੰ ਜੇ ਮੇਰੀ ਲੀਡਰ ਨੂੰ ਹੱਥ ਲਾਇਆ ਨਾ ਮੈਂ ਸਾਲੇ ਨੂੰ ਪਾਣੀ ਵਿੱਚ ਢਾਲ ਲੈਣਾ ਛੱਡ ਦੂ ਬਚਾਓ ਆ ਗਏ ਸਾਲੇ ਹੁਣ ਬਚਾਉਣ ਛੱਡ ਦੂ ਸੁਬੇਦਰ ਸਾਹਿਬ ਮੈਂ ਛੱਡ ਦੂ ਹੁਣ ਮੈਂ ਬਚਾਈ ਆ ਹੁਣ ਮੇਰੀ ਆ ਤੂੰ ਸੁਬੇਦਰ ਸਾਹਿਬ ਉਹ ਨਹੀਂ ਇਹ ਮੇਰੀ ਆ ਮੇਰੀ ਆ ਮੇਰੀ ਆ ਛੱਡ ਦੂ ਛੱਡ ਦੇ ਇਹਨੂੰ ਮੇਰੀ ਆ ਉਹ ਮੇਰੀ ਆ ਕੌਡੀ ਪਾਉਣ ਕੇ ਰੇਡਰ ਨੂੰ ਜਾਫੀ ਪੈਂਦੇ ਹੁੰਦੇ ਆ ਮੇਰੀਆਂ ਅੱਖਾਂ ਸਾਹਮਣੇ ਨੀਰੂ ਪਾਣੀ ਦੇ ਵਿੱਚ ਆਏ ਰੁੜ ਗਈ ਜਿਵੇਂ ਸੂਏ ਦੇ ਵਿੱਚ ਨਹਾਉਣ ਲੱਗੇ ਢਿੱਲੇ ਲਾਲਚਕ ਵਾਲਾ ਕੱਛਾ ਰੁੜਦਾ ਹੁੰਦਾ ਮੈਨੂੰ ਨਾ ਖਲਾ ਇੱਕ ਵਾਰੀ ਤੇਰੀ ਭੈਣ ਦਾ ਖੁੱਲਣ ਦੀ ਕੋਸ਼ਿਸ਼ ਕੀਤੀ ਸੀ ਦੇਖ ਲਾ ਉਹਦਾ ਕੀ ਹਾਲ ਹੋਇਆ ਸਾਲੇ ਉਹਦੇ ਨਾਲ ਤਾਂ ਮੇਰੇ ਨਾਲ ਮੇਰਾ ਮਤਲਬ ਮੇਰੇ ਵਰਗੇ ਕਿਸੇ ਚੱਜ ਦੇ ਬੰਦੇ ਨਾਲ ਵਿਆਹੀ ਹੁੰਦੀ ਜਿਹੜੀ ਨਹਿਰ 'ਚ ਡੁੱਬ ਕੇ ਮਰੀ ਆ ਉਸੇ ਨਹਿਰ 'ਚ ਕਿਸ਼ਤੀ 'ਚ ਬੈਠ ਕੇ ਮੇਰੇ ਨਾਲ ਉਹਨੇ ਚੱਪੂ ਚਲਾਉਣਾ ਸੀ ਸੌਰੀ ਚਾਚਾ ਜੀ ਬਸ ਕਰੋ ਜੋ ਹੋਣਾ ਸੀ ਹੋ ਗਿਆ ਨਾ ਕੁਛ ਵੀ ਨਹੀਂ ਹੋਇਆ ਸੀ ਅਜੇ ਤੱਕ ਨਾਲੇ ਤੈਨੂੰ ਵੱਧ ਪਤਾ ਮੇਰੇ ਨਾਲ ਬੈਠੀ ਆਈਡੀਆ ਲਾਈ ਜਾਂਦੀ ਆ ਆਪਣੇ ਹਾਏ ਅੱਲਾ ਬਸ ਅੱਲਾ ਅੱਲਾ ਕਹਿੰਦੀ ਅੱਲਾ ਨੂੰ ਪਿਆਰੀ ਹੋ ਗਈ ਮੇਰੀ ਭੈਣ ਹੁਣ ਮੇਰੇ ਆ ਗੁੱਟ ਤੇ ਲੱਕੜੀ ਕੌਣ ਬਣੂਗਾ ਸਾਲੇ ਤੇਰੇ ਤਾਂ 50 ਬੰਨ ਦੇਣਗੇ ਮੇਰੀ ਪੱਗ ਦੀ ਪੂੜੀ ਕੌਣ ਕਰਾਇਆ ਕਰੂ ਉਹ ਵੀ ਖਿੱਚ ਕੇ ਚਲੋ ਛੱਡੋ ਮੇਰੀ ਭੈਣ ਨੇ ਆ ਮਹੀਨੇ ਦਾ ਕਿਰਾਇਆ ਤਾਂ ਭਰੇ ਹੋਇਆ ਉਹਦੀ ਜਗ੍ਹਾ ਤੇ ਮੈਂ ਰਹਿ ਲਾ ਫੇਟੇ ਮੂੰਹ ਤੇਰੇ ਜੰਮਣ ਦੇ ਸਾਲਿਆ ਮੇਰੇ ਬਾਪੂ ਜੀ ਸਹੀ ਕਹਿ ਗਏ ਸੀ ਕਿ ਸਹੁਰੇ ਘਰ ਜਵਾਈ ਤੇ ਭੈਣ ਘਰ ਭਾਈ ਕੁੱਤਾ ਹੁੰਦਾ ਸਾਲਾ ਕਹਿੰਦਾ ਮੈਂ ਭੈਣ ਦੀ ਥਾਂ ਤੇ ਰਹਿ ਲਿਆ ਕਰਾਂ ਤੂੰ ਭੈਣ ਤਾਂ ਕੀ ਤੂੰ ਤਾਂ ਸਾਲਾ ਭੈਣ ਦੀ ਗਾਲ ਵੀ ਡਿਜ਼ਰਵ ਨਹੀਂ ਕਰਦਾ ਤੈਨੂੰ ਤਾਂ ਮੈਂ ਖੁੱਲ੍ਹ ਕੇ ਇਹ ਵੀ ਨਹੀਂ ਕਹਿ ਸਕਦਾ ਤੇਰੀ ਭੈਣ ਨੂੰ ਸਾਲਿਆ ਨੀਰੂ ਲਵ ਯੂ ਬੋਲ ਪਾਲੀ ਹਾਂ ਮਿੰਟੂ ਹਾਂ ਰਾਣੋ ਮੈਡਮ ਕਿੱਥੇ ਸਕੂਲ ਕਿਉਂ ਨਹੀਂ ਆਉਂਦੇ ਯਾਰ ਤੂੰ ਕਦੇ ਮੇਰੇ ਬਾਰੇ ਵੀ ਪੁੱਛ ਲਿਆ ਕਰ ਕਿ ਤੂੰ ਕਿਉਂ ਸਕੂਲ ਆਇਆ ਉਹ ਯਾਰ ਦੱਸ ਕਿੱਥੇ ਉਹ ਫੋਨ ਵੀ ਨਹੀਂ ਚੁੱਕਦੇ ਪਏ ਯਾਰ ਉਹ ਸਕੂਲੋਂ ਹਟ ਗਏ ਕਿਉਂ ਯਾਰ ਮੈਨੂੰ ਕੀ ਪਤਾ ਆ ਚੁੱਟੇ ਆ ਲਗਾ ਡਬਾਰ ਆ ਚੱਕ ਫੇਰ ਬਸ ਨਿਕਲੀ ਤਾਂ ਹੈ ਨਹੀਂ ਕਮਾਲਾ ਤੁਸੀਂ ਫੋਨ ਕਿਉਂ ਨਹੀਂ ਚੁੱਕਦੇ ਮੇਰਾ ਸਕੂਲ ਵੀ ਬਿਨਾਂ ਦੱਸੇ ਛੱਡਦਾ ਤੁਹਾਨੂੰ ਪਤਾ ਕਿੰਨੀ ਫਿਕਰ ਹੋ ਗਈ ਸੀ ਮੈਨੂੰ ਤੁਸੀਂ ਠੀਕ ਆ ਨਾ ਸ਼ੁਕਰ ਆ ਪਤਾ ਅਜੀਬ ਅਜੀਬ ਖਿਆਲ ਆ ਰਹੇ ਸੀਗੇ ਕਿਤੇ ਤੁਹਾਨੂੰ ਕੁਝ ਹੋ ਨਾ ਗਿਆ ਹੋਵੇ ਇੰਨੀ ਫਿਕਰ ਹੈ ਮੇਰੀ ਹੋਵੇ ਕਿਉਂ ਨਾ ਜੇ ਮੈਂ ਮੂੰਹੋ ਨਹੀਂ ਕਹਿੰਦਾ ਇਹਦਾ ਮਤਲਬ ਇਹ ਥੋੜੀ ਕਿ ਮੈਂ ਤੁਹਾਨੂੰ ਪਾਲੀ ਪਰਸੋਂ ਮੇਰੀ ਮੰਗਣੀ ਹੈ
मंगनी। मैं तो समझदा सी कि तुसी मैनू पसंद करदे हो। मैं कदों मना किता? फिर ये मंगनी ये सब कुछ की है? ये रिश्ता पिछले हफ्ते ही मेरी दीदी ने पक्का किता। जिस इंसान नू तुसी जानदे तक नहीं उन्हां मंगनी किदां करवा सकदे हो? वो मेरी दीदी दा देओर है। दोनों फैमिलीज ने मिलके ये रिश्ता पक्का किता। फिर मेरा की होगा? पाली तुसी बहुत वधिया इंसान हो। तुहानू बहुत चंगी कुड़ी मिलेगी। जेड़ी चंगी कुड़ी मिली सी वो तो छड़ के जा रही है। शायद किस्मत नू यही मंजूर सी। सदा मारों दिया
ਹੱਥਾਂ ਵਿੱਚ ਲੁਕ ਲੁਕ ਕੇ ਮੰਗਣੀ ਹੋਣ ਲੱਗੀ ਆ ਤੇ ਤੂੰ ਹੱਥ ਹੱਥ ਰੱਖੀ ਬੈਠਾ ਉਹਨੂੰ ਜਾ ਕੇ ਸ਼ਗਨ ਪਾਓ ਹੈ ਨਾ ਹੋਰ ਹੁਣ ਮੈਂ ਕੀ ਆਖਾਂ ਸਾਨੂੰ ਤਾਂ ਸਾਲਾ ਪਤਾ ਵੀ ਅੱਜ ਹੀ ਲੱਗੇ ਵੀ ਇਹ ਕਾਕਾ ਜੀ ਵੀ ਇਸ਼ਕ ਕਰੀ ਬੈਠੇ ਨੇ ਓਏ ਹੁਣ ਕਰਨਾ ਦੱਸੋ ਕੀ ਆ ਬਈ ਮੰਗਣੀ ਤਰਾਉਣੀ ਪੈਣੀ ਆ ਪਾਗਲ ਹੋ ਗਿਆ ਤੂੰ ਮੰਗਣੀ ਹੋ ਰਹੀ ਆ ਕੋਈ ਮਜ਼ਾਕ ਨਹੀਂ ਹੋ ਰਿਹਾ ਤੇਰੀ ਜ਼ਿੰਦਗੀ ਦਾ ਮਜ਼ਾਕ ਹੁਣ ਦੇ ਦੀਏ ਹਨਾ ਬਾਅਦ ਚ ਰੋਂਦਾ ਫਿਰ ਅੱਖਾਂ 'ਚ ਸੁਣ ਦੇ ਦੇ ਉਹਦਾ ਕੀ ਫਾਇਦਾ ਨਹੀਂ ਯਾਰ ਉਹ ਜਿੱਥੇ ਵੀ ਮੰਗਣੀ ਕਰਵਾ ਰਹੀ ਆ ਖੁਸ਼ ਆ ਤੇ ਉਹਦੀ ਖੁਸ਼ੀ 'ਚ ਮੇਰੀ ਖੁਸ਼ੀ ਆ ਦੇਖ ਪਾਲੀ ਮੰਗਣੀ ਤਾਂ ਰਾਣੂ ਦੀ ਕਿਤੇ ਹੋਰ ਹੁਣ ਹੋਣ ਨਹੀਂ ਦੇਣੀ ਚਾਹੇ ਸਾਲੀਆਂ ਲੱਤਾਂ ਬਾਹਾਂ ਨਾ ਤੋੜਨੀਆਂ ਪੈ ਜਾਣ ਗੱਲ ਸੁਣੋ ਮੇਰੀ ਜੇ ਮੰਗਣੀ ਤੜਾਉਣ ਦੀ ਗੱਲ ਵੀ ਕੀਤੀ ਨਾ ਮੈਂ ਸਾਲੋ ਤੁਹਾਡੇ ਸਾਰਿਆਂ ਦੀਆਂ ਲੱਤਾਂ ਤੋੜ ਦੂੰ ਲੈ ਲਈ ਸ਼ੀਲਡ ਹੁਣ ਦੱਸੋ ਕਰਨਾ ਕੀ ਹੈ ਉਹ ਇੱਕ ਆਈਡੀਆ ਹੈਗਾ ਬਾਈ ਜਿਹਦੇ ਨਾਲ ਰਾਣੂ ਦੀ ਮੰਗਣੀ ਹੋਣ ਲੱਗੀ ਆ ਆਪਾਂ ਉਹਦੇ ਇਲਜ਼ਾਮ ਲਾ ਦਿੰਦੇ ਕੋਈ ਪਹਿਲਾਂ ਹੀ ਵਿਆਹ ਹੋਇਆ ਗੁੱਡ ਆਈਡੀਆ ਯਾਰ ਪਰੇ ਕਰੂ ਕੌਣ ਉਹ ਤੂੰ ਤੂੰ ਬਣੇ ਕਾਹਦੀ ਘਰ ਵਾਲੀ ਓਏ ਦਫਾ ਹੋਏ ਓਏ ਮੈਂ ਕਰ ਉਹ ਧਰਮਿੰਦਰ ਬਣਨਾ ਹੈ ਤੁਸੀਂ ਸਾਲਿਓ ਮੈਨੂੰ ਘਰ ਵਾਲੀ ਬਣਾ ਬਣਾ ਕੇ ਘਸਾਤਾ ਕਿਉਂ ਸਾਲਿਆ ਹੁਣ ਯਾਰਾਂ ਲਈ ਇੰਨਾ ਵੀ ਨਹੀਂ ਕਰ ਸਕਦਾ ਓਏ ਮਸਾਂ ਮੈਂ ਆ ਬੁੜੇ ਤੋਂ ਪਿੱਛਾ ਛੜਾਇਆ ਜੇ ਮੈਂ ਇੱਕ ਮਹੀਨਾ ਤੁਹਾਡੇ ਨਾਲ ਹੋਰ ਰਹਿ ਗਿਆ ਨਾ ਕੱਲ ਨੂੰ ਮੈਂ ਮੁੰਡਿਆਂ ਤੇ ਟਰਾਈਆਂ ਮਾਰਦਾ ਫਿਰੂੰ ਦਫਾ ਜੋ ਸਾਲੇ ਹੋਏ ਨੇ ਸਾਲਾ ਮਤਲਬ ਹੀ ਦੇਖੋ ਜਨਾਨੀ ਬਣ ਜਾ ਬਸ ਯਾਰ ਬੱਬੂ ਬਾਈ ਤੈਨੂੰ ਹੀ ਕੁਛ ਕਰਨਾ ਪੈਣਾ ਉਹ ਨਹੀਂ ਨਹੀਂ ਮੈਥੋਂ ਨਹੀਂ ਇਹਨੇ ਲੋਕਾਂ ਸਾਹਮਣੇ ਬੋਲਣਾ ਸਾਲਿਆ ਕੱਲ ਨੂੰ ਜਦ ਹਿੱਟ ਸਿੰਗਰ ਬਣ ਗਿਆ ਸਟੇਜ ਤੇ ਕੀ ਗਾਇਆ ਕਰੇਗਾ ਬਹਾਨੇ ਜੇ ਨਾ ਬਣਾ ਚੁੱਪ ਕਰਕੇ ਤੇ ਜਨਾਨੀ ਬਣਨ ਨੂੰ ਤਿਆਰ ਹੋ ਜਾ ਨਹੀਂ ਸਾਲ ਨੂੰ ਬੰਦਾ ਵੀ ਨਹੀਂ ਰਹਿਣ ਦੇਣਾ ਉਹ ਬੱਬੂ ਉਹ ਗਿਆ ਓਏ ਉੱਠ ਛੇਤੀ ਕਰ ਤਿਆਰ ਹੋ ਜਾ ਉੱਠ ਗਿਆ ਆਹੋ ਬੱਬੂ ਓਏ ਯਾਰ ਮੈਨੂੰ ਤਾਂ ਇਹੀ ਲੱਗਦਾ ਥੈਂਕ ਯੂ ਕੰਗ੍ਰੈਚੁਲੇਸ਼ਨ ਥੈਂਕ ਯੂ ਸਾਲਿਆ ਨਰਮੇ ਕਾਲ ਦੇ ਖਿੱਚੀ ਕਰਦਾ ਕੁਛ ਖਾਤਾ ਲੈਣਾ ਮੈਨੂੰ ਕੌਣ ਦਿਓ ਪੀਰੀ ਦੀਆ ਚੱਲ ਸਤਿ ਸ਼੍ਰੀ ਅਕਾਲ ਜੀ ਬੈਠੋ ਵੇਟਰ ਭਾਜੀ ਤੇ ਭਾਬੀ ਲਈ ਕੁਝ ਖਾਣ ਪੀਣ ਨੂੰ ਲਿਆ ਇਹ ਸਾਰੇ ਕਿੱਥੇ ਚਲੇ ਗਏ ਜੇ ਪਾਲੀ ਵਾਲੀ ਦਾ ਕਿਤੇ ਹੋਰ ਵਿਆਹ ਹੋ ਗਿਆ ਨਾ ਇਹ ਸਾਰੀ ਉਮਰ ਲਾਹਣ ਤਾਂ ਪਾਉਣਗੇ ਮੈਨੂੰ ਰੁਕ 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 ਜਾ ਚੱਲ 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 ਇੱਕ ਹੋਰ ਲੈ ਲਓ ਉਹ ਸਾਲਿਆ ਜਿੰਨੀ ਸੇਵਾ ਹੋ ਰਹੀ ਆ ਮੇਰਾ ਤਾਂ ਜੀ ਕਰਦਾ ਮੰਗਣੀ ਤੜਾਉਣ ਨੂੰ ਰਹਿਣ ਹੀ ਦਈਏ ਬਕਵਾਸ ਨਾ ਮਾਰ ਛੇਤੀ ਡੱਪਲਾ ਆਹੀ ਲੱਗਦਾ ਰੋਕ 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 ਉਹ ਆ ਕੀ ਬਿਠਾਇਆ ਤੇ ਬੰਦਾ ਸੀ ਵਿੱਚ ਬੁੜੀ ਕਿੱਥੋਂ ਆ ਗਈ ਟੈਂਪੜੀ ਮੇ ਲੈਣੇ ਨੇ ਆਪਦੇ ਪੈਸੇ ਫੜ ਤੇ ਤੁਰਦਾ ਬਣ ਆ ਲੈ ਫੜ ਕੋਈ ਨਹੀਂ ਜੀ ਬਸ ਕੀ ਕਰ ਸਕਦਾ ਨਿਬੜ ਗਈਆਂ ਰਸਮਾਂ ਜੀ ਕਿੱਥੇ ਅੱਜ ਤਾਂ ਰਸਮਾਂ ਹੋਣੀਆਂ ਨੇ ਓ ਹਾਏ ਮੈਂ ਲੁੱਟੀ ਗਈ ਰੋਕ ਦਿਓ ਇਹ ਮੰਗਣੀ ਇਹ ਬੰਦਾ ਪਹਿਲਾਂ ਮੇਰੇ ਨਾਲ ਵਿਆਹ ਹੋਇਆ ਸੀ ਮੈਂ ਇਹਦੇ ਬੱਚੇ ਦੀ ਮਾਂ ਬਣਨ ਵਾਲੀਆਂ ਰੋਕ ਦਿਓ ਇਹ ਮੰਗਣੀ ਕੀ ਬਕਵਾਸ ਕਰ ਰਹੀ ਹੈ ਤੂੰ ਮੈਂ ਬਕਵਾਸ ਨਹੀਂ ਕਰ ਰਹੀ ਮੈਂ ਸੱਚ ਬੋਲ ਰਹੀ ਹਾਂ ਇਹਦੇ ਨਾਲ ਵਿਆਹੀ ਹੈ ਤੂੰ ਦੱਸ ਹੁਣ ਉਹ ਮੈਨੂੰ ਲੱਗਿਆ ਜੀ ਮੰਗਣੀ ਹੋ ਰਹੀ ਹੈ ਮੈਂ ਸੱਚੀ ਸੌਰੀ ਹਾਂ ਜੀ ਇੰਨਾ ਤਾਂ ਬਾਬਾ ਜਿਉਂਦੇ ਜੀ ਬਦਨਾਮ ਨਹੀਂ ਹੋਇਆ ਜਿੰਨਾ ਤੂੰ ਮਰਨ ਤੋਂ ਬਾਤ ਕਰਤਾ ਅੱਜ ਬਾਬੇ ਤੋਂ ਪਹਿਲਾਂ ਤੈਨੂੰ ਫੂਕਾਂਗੇ
ਸਮਾਨ ਦੇ ਪੈਸੇ ਮੈਨੂੰ ਪੱਕਾ ਪਤਾ ਵੀ ਇੱਕ ਦਿਨ ਵੱਡਾ ਐਕਟਰ ਬਣੂ ਤੇ ਦੁਨੀਆ ਇਹਦੇ ਪਿੱਛੇ ਪਿੱਛੇ ਹੋ। ਮੇਰਾ ਮੁੰਡਾ ਇਸੇ ਕਰਕੇ ਤਾਂ ਲੋਕੀ ਉਹਦੇ ਪਿੱਛੇ ਭੱਜ ਰਹੇ ਨੇ ਉਹਨੂੰ ਕੁੱਟਣ ਲਈ। ਟਾਪਾ ਤਾਂ ਸਾਲੇ ਤਾਂ ਮੈਂ ਚਾੜੂ ਸਾਲੇ ਦੇ ਸ਼ਹਿਰ ਮੇਰੇ ਨਾਲ। ਗਰੀਬ ਨਾ ਹੋਵੇ, ਜਿਹੜੇ ਕੰਮ ਆ ਉਹ ਤਾਂ ਕਰ ਲੈ। ਸਾਲਾ ਪਕੌੜੇ ਝੁਲਸਣ ਲੱਗ ਗਿਆ, ਸਾਲਾ ਮੰਗਣੀ ਸ਼ੁਰੂ ਹੋ ਗਈ, ਖਾ ਲੈਂਦੇ ਸਵੇਰ ਦਾ ਖਿੱਚੀ ਫਿਰਦਾ। ਚਲੋ ਸ਼ਗਨ ਹੁਣ ਰਿੰਗ ਪਾਓ। ਸਾਲਿਆ ਉਹ ਦੇਖ ਲੈ ਮੁੰਦਰੀ ਪੈਣ ਲੱਗੀ ਆ, ਬੋਲ ਪਾ ਕੇ ਤੇਰੇ ਨਾਲ ਵਿਆਹ ਹੋਇਆ। ਮੈਂ ਪਕੌੜੇ ਦਾ ਖਾਣਾ, ਸਾਲਿਆ ਇੱਥੇ ਪਕੌੜੇ ਖਾਣਾ ਆ। ਸਾਲਿਆ ਤੂੰ ਬੋਲ ਪਾ ਜਨਾਬ, ਤੂੰ ਬਣਿਆ ਕਿ ਮੈਂ? ਚੱਲ ਮੈਂ ਦੱਸ ਦੂੰ। ਰਾਨੋ ਚੱਲ, ਰੁਕ ਜਾ। ਇਹ ਮੰਗਣੀ ਨਹੀਂ ਹੋ ਸਕਦੀ, ਇਹ ਮੁੰਡਾ ਮੇਰੀ ਭੈਣ ਨਾਲ ਵਿਆਹ ਹੋਇਆ। ਓਏ ਕੌਣ ਹੋ ਤੁਸੀਂ? ਉਹ ਮੇਰੇ ਨਾਲ ਵਿਆਹ ਹੋ ਜੀ। ਸਾਲਿਆ ਪਕੌੜੇ ਕੱਢ ਕੇ ਬੋਲ ਪਾ। ਮੈਂ ਨਹੀਂ ਇਹਨਾਂ ਨੂੰ ਜਾਣਦਾ। ਨਾ ਮੇਰੇ ਸਿਰ ਦੇ ਸਾਈਆਂ, ਇੰਜ ਨਾ ਕਰ। ਤੂੰ ਕਿਵੇਂ ਭੁੱਲ ਸਕਦਾ ਉਹ ਪਲ ਜਿਹੜੇ ਮੇਰੇ ਨਾਲ ਬਿਤਾਏ ਸੀ? ਕਿਹੜੇ ਪਲ? ਕਿਹੜਾ ਵਿਆਹ? ਕੀ ਪਕਾਈ ਮਰੀ ਜਾਨੀ ਹੈ? ਇੰਨਾ ਕਹਿਰ ਨਾ ਗੁਜ਼ਾਰ ਜ਼ਾਲਮਾ, ਤੇਰੇ ਸਿਹਰਿਆਂ ਨਾਲ ਵਿਆਹੀ ਹੋਈ ਆ। ਮੁੰਡਾ ਤਾਂ ਪਹਿਲੀ ਵਿਆਹ ਹੋਇਆ ਹੋਇਆ। ਕੋਈ ਉਧਰ ਕੀ ਪੰਗਾ ਪੈ ਗਿਆ? ਕੀ ਕਮੀ ਸੀ ਮੇਰੇ ਵਿੱਚ? ਇੱਕ ਢਿੱਡ ਚ ਧਰਨੀ ਤਾਂ ਪੈਂਦੀ ਸੀ ਨਾ। ਸਾਲਿਆ ਬਹਾਨਾ ਤਾਂ ਕੋਈ ਚੱਜ ਦਾ ਲਾ ਲੈਂਦਾ। ਕੀ ਗੱਲ ਹੋ ਗਈ? ਇਹ ਬੰਦਾ ਕਹਿੰਦਾ ਇਹ ਮੁੰਡਾ ਇਹਦੀ ਭੈਣ ਨਾਲ ਵਿਆਹਿਆ ਆ। ਹਾਂ ਬਾਈ, ਉਹ ਤੇਰੀ ਸੂਬੇਦਾਰ ਜਸ, ਤੂੰ ਕਿਹੜੀ ਤੇਰੀ ਭੈਣ ਨੂੰ ਵਿਆਹੀ ਆ? ਇਹ ਜਿਹੜੀ ਨਾਲ ਖੜੀ ਹੈ। ਪਰ ਇਹ ਤਾਂ ਇਹਦੀ ਘਰ ਵਾਲੀ ਆ, ਭੈਣ ਥੋੜਾ। ਉਹ ਸੂਬੇਦਾਰ ਸਾਹਿਬ, ਤੁਸੀਂ ਸਾਡੇ ਪੰਗੇ 'ਚ ਨਾ ਪਵੋ। ਇਹ ਮੇਰੀ ਭੈਣ ਆ ਤੇ ਤਾਂ ਘਰ ਵਾਲਾ ਉਹ ਆ। ਕਦੋਂ ਤੇਰੀ ਭੈਣ ਨਾਲ ਵਿਆਹ ਮੈਂ? ਹੈਲੋ ਪਾਲੀ। ਹਾਂ ਬੋਲ ਮਿੰਟੂ। ਮੈਡਮ ਵਾਲਾ ਮੁੰਡਾ ਤਾਂ ਪਹਿਲੇ ਹੀ ਵਿਆਹਿਆ ਹੋਇਆ। ਕੀ? ਆਹੋ ਇੱਕ ਜਨਾਨੀ ਖੜੀ ਬੋਲ ਰਹੀ ਹੈ ਕਿ ਮੁੰਡਾ ਪਹਿਲਾਂ ਮੇਰੇ ਨਾਲ ਵਿਆਹਿਆ ਹੋਇਆ, ਮੰਗਣੀ ਟੁੱਟੀ ਲੈ ਤੇ ਤੇਰਾ ਨੰਬਰ ਲੱਗ ਜੂ। ਹਾਂ ਹੈਪੀ ਬਾਜੀ। ਹਾਂ ਬਿੱਲੂ। ਭਾਜੀ ਉਹ ਜਨਾਨੀ ਹੁਣੇ ਹੁਣੇ ਮੈਰਿਜ ਪੈਲਸ ਬੜੀ ਹੈ। ਕਿਹੜੀ ਜਨਾਨੀ? ਉਹੀ ਜਨਾਨੀ ਭਾਈ ਜਿਹਨੇ ਤੁਹਾਡੇ ਚਪੇੜੇ ਲਾਏ ਸੀ। ਸ਼ਟ ਅਪ ਬਿੱਲੂ। ਓਏ ਤੈਨੂੰ ਸ਼ਰਮ ਨਹੀਂ ਆਉਂਦੀ ਪਵਿੱਤਰ ਰਿਸ਼ਤਿਆਂ ਦਾ ਘਾਣ ਕਰਦੇ ਨੂੰ? ਸਾਲਿਆ ਆਪਣੀ ਘਰਵਾਲੀ ਨੂੰ ਭੈਣ ਬਣਾਈ ਜਾਂ। ਸੂਬੇਦਾਰ ਸਾਹਿਬ ਤੁਸੀਂ ਸਮਝ ਨਹੀਂ ਰਹੇ, ਇਹ ਮੇਰੀ ਭੈਣ ਆ। ਤੁਸੀਂ ਅਜੇ ਹੋਸ਼ ਚ ਨਿਗੇ। ਮੰਨਿਆ ਮੈਂ ਆਪਣੀ ਨੀਰੂ ਦੇ ਮਰਨ ਕਰਕੇ ਥੋੜਾ ਅਪਸੈਟ ਆ, ਪਰ ਇਹਦਾ ਮਤਲਬ ਇਹ ਨਹੀਂ ਕਿ ਮੈਂ ਹਿੱਲ ਗਿਆ। ਇਹ ਮੰਗਣੀ ਨਹੀਂ। ਤੇਰੀ ਸੜਾ ਕਿੱਥੋਂ ਆ ਗਈ? ਆਹੋ ਮੇਰਾ ਮਤਲਬ ਆ ਗਿਆ। ਮੈਨੂੰ ਕੀ ਪਤਾ। ਹੁਣ ਇਹ ਕੌਣ ਹੈ? ਇਹ ਮੁੰਡਾ ਮੇਰੇ ਨਾਲ ਵਿਆਹਿਆ ਹੋਇਆ ਹੈ। ਨੀਰੂ ਕੌਣ ਹੋ ਤੁਸੀਂ? ਮੇਰੀ ਘਰ ਵਾਲਾ ਮੋੜੋ। ਹੁਣ ਇਹ ਕੌਣ ਹੈ? ਇਹ ਮੇਰੀ ਨੀਰੂ ਆ। ਹੁਣੇ ਤੇ ਕਹਿ ਰਹੇ ਸੀ ਮਰੀ ਹੋਈ ਹੈ, ਤੈਂ ਉਹਦੀ ਗਤੀ ਕਰਾਉਣੀ ਆ। ਨੀਰੂ ਤੂੰ ਬਚ ਗਈ ਸੀ? ਕੀ ਤੁਸੀਂ ਨੀਰੂ ਲਈ ਹੈ? ਮੈਂ ਜਪਜੀ ਆ ਤੇ ਇਹ ਮੇਰੇ ਘਰ ਵਾਲਾ। ਪ੍ਰਾਹੁਣਾ ਤਾਂ ਪਹਿਲਾਂ ਹੀ ਦੋ ਦੋ ਲਈ ਫਿਰਦਾ ਭੈਣੇ। ਉਹ ਕੌਣ ਨੀਰੂ ਤੇ ਕੌਣ ਜਪਜੀ? ਪਤਾ ਨੀ ਕਿੱਥੋਂ ਆ ਗਈਆਂ। ਹੁਣੇ ਤੇਰਾ ਵੀ ਘਰ ਵਾਲਾ ਇਹ ਕਿੱਧਰਲਾ ਮਹਾਰਾਜਾ ਪਟਿਆਲਾ ਕਿਹੜਾ ਤਿੰਨ ਤਿੰਨ ਮਗਰ ਲਈ ਫਿਰਦਾ?
ਪਿੰਡ ਵਾਲਿਓ ਜੇ ਮੁੰਡਾ ਤੇ ਨਾ ਦੋਨਾਂ ਜਨਾਨੀਆਂ ਵਿੱਚੋਂ ਕੋਈ ਵੀ ਗਲਤ ਨਿਕਲਿਆ ਨਾ ਤਾਂ ਅਸੀਂ ਪਿੰਡ ਚੋਂ ਜਾਣ ਨਹੀਂ ਦੇਣਾ ਨਾ ਕਿਵੇਂ ਹੱਥ ਲਾਉਂਗੇ ਮੈਂ ਝੂਠ ਬੋਲਦੀ ਹਾਂ ਇਹ ਮੇਰੇ ਘਰ ਵਾਲਾ ਹੈ ਕਿਆ ਝੂਠ ਬੋਲਦੀ ਹੈ ਜਿਹੜੀ ਤੇਰੇ ਤੋਂ ਪਹਿਲਾਂ ਦੀ ਖੜੀ ਹੈ ਤੁਸੀਂ ਤੂੰ ਕੀ ਲੈਣਾ ਹੀ ਇੱਥੇ ਚਲੀ ਜਾ ਸਾਲਿਓ ਮੈਂ ਤੁਹਾਡੇ ਕਰਕੇ ਭੱਜਿਆ ਫਿਰਦਾ ਹੁਣ ਪਿੰਡ ਵਾਲਿਆਂ ਤੂੰ ਵੀ ਮੈਂ ਕੁੱਟ ਖਾਵਾਂ ਇਹ ਮੇਰੇ ਘਰ ਵਾਲਾ ਹੈ ਤੇਰਾ ਘਰ ਵਾਲਾ ਪਾਲੀ ਆ ਬੰਦਾ ਹੀ ਖਾਣੀ ਹੈ ਉਹਨੂੰ ਛੱਡ ਕੇ ਇਹਨੂੰ ਮਲੱਕਣ ਨੂੰ ਫਿਰਦੀ ਮੈਂ ਮਰ ਗਿਆ ਮੈਂ ਮਨਾ ਕੀਤਾ ਸੀ ਨਾ ਤੁਹਾਨੂੰ ਤੁਸੀਂ ਫਿਰ ਵੀ ਨਹੀਂ ਟਲੇ ਉਹ ਪਾਲੀ ਚੰਗਾ ਕੀਤਾ ਤੂੰ ਆ ਗਿਆ ਇਹ ਆ ਜੀ ਨੀਰੂ ਦਾ ਸੋ ਕਾਲਡ ਘਰ ਵਾਲਾ ਪਾਲੀ ਤੁਸੀਂ ਵਿਆਹੇ ਹੋਏ ਸੀ ਹੁਣ ਕੀ ਬਿਟਰ ਬਿਟਰ ਝਾਕੀ ਜਾਂਦਾ ਦੱਸ ਕੇ ਨੀਰੂ ਤੇਰੀ ਘਰ ਵਾਲੀ ਆ ਕੀ ਅੰਕਲ ਜੀ ਇੱਧਰ ਵੀ ਜਾ ਸਕਦੀ ਹੈ ਅੱਛਾ ਆਜੋ ਆਜੋ ਚਲੋ 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 ਭਾਈ ਚਾਚਾ ਜੀ ਕੀ ਹੋਇਆ ਮੈਨੂੰ ਪੁੱਛਦੇ ਕੀ ਹੋਇਆ ਮੈਨੂੰ ਕੁਛ ਨਹੀਂ ਹੋਇਆ ਪੁੱਛ ਇਹਨੂੰ ਜਿਹਦਾ ਦਿਮਾਗ ਖਰਾਬ ਹੋਇਆ ਜਸ ਤੂੰ ਇੱਥੇ ਲੋਕੀ ਭੈਣਾਂ ਤੋਂ ਖਹਿੜੇ ਖਿਡਾਉਂਦੇ ਆ ਵੱਡਾ ਦੁੱਲਾ ਭੱਟੀ ਭੈਣ ਬਣਾਉਣ ਲੱਗਿਆ ਨੀਰੂ ਭਾਬੀ ਤੁਸੀਂ ਜਿਉਂਦੇ ਹੋ ਕੀ ਤੁਸੀਂ ਨੀਰੂ ਨੀਰੂ ਲਈ ਹੈ ਪੰਜਾਬੀ ਫਿਲਮਾਂ ਘੱਟ ਦੇਖਿਆ ਕਰੋ ਮੈਂ ਜਪਜੀ ਹਾਂ ਜਪਜੀ ਬੜਾ ਹਾਲੀਵੁੱਡ ਫਿਲਮਾਂ 'ਚ ਕੰਮ ਕਰਦੀ ਆ ਉਹਨੂੰ ਵੀ ਤਾਂ ਪੰਜਾਬੀ ਫਿਲਮਾਂ ਦੀ ਮਿੱਟੀ ਬਾਜਾ ਮਾਰਦੀ ਆ ਓਏ ਹੋਏ ਤੁਸੀਂ ਆਪਣੇ ਜਪ ਬਾਅਦ 'ਚ ਪਾ ਲਿਓ ਪਹਿਲਾਂ ਮੁੰਡੇ ਨੂੰ ਨਿਬੇੜੋ ਹਾਂ ਤੂੰ ਪਹਿਲਾਂ ਆਇਆ ਸੀ ਤੂੰ ਬੋਲ ਬੋਲਿਆ ਤਾਂ ਹੈ ਉਹ ਮੇਰੀ ਭੈਣ ਨਾਲ ਵਿਆਹ ਹੋਇਆ ਭੈਣ ਉਹ ਵੀ ਤੇਰੀ ਆ ਖੜੀ ਹੈ ਇਹ ਤਾਂ ਬੱਬੂ ਦੀ ਭੈਣ ਹੈ ਪਿੰਕੀ ਉਹ ਯਾਰ ਬੱਬੂ ਦੀ ਨਹੀਂ ਇਹ ਮੇਰੀ ਭੈਣ ਆ ਕੌਣ ਹੈ ਸ਼ਗਨ ਇਹ ਭਾਬੀ ਮੈਂ ਸੌਂਹ ਖਾ ਕੇ ਕਹਿਣਾ ਵਿਆਹ ਤਾਂ ਦੂਰ ਦੀ ਗੱਲ ਹੈ ਮੈਂ ਇਹਨਾਂ ਨੂੰ ਜਾਣਦਾ ਤੱਕ ਨਹੀਂ ਤੈਨੂੰ ਸ਼ਰਮ ਨਹੀਂ ਆਉਂਦੀ ਮੈਂ ਤੇਰੇ ਬੱਚੇ ਦੀ ਮਾਂ ਬਣਨ ਵਾਲੀ ਹਾਂ ਪਰ ਤੁਹਾਨੂੰ ਵੇਖ ਕੇ ਤਾਂ ਨਹੀਂ ਲੱਗਦਾ ਤੁਸੀਂ ਪ੍ਰੈਗਨੈਂਟ ਹੋ ਸਭ ਕੁਫਰ ਤੋਲ ਰਹੀ ਆ ਇਹਦੇ ਕੋਈ ਬੱਚਾ ਬੱਚਾ ਨਹੀਂ ਹੋਣ ਵਾਲਾ ਅਜੇ ਪਿਛਲੇ ਹਫਤੇ ਡਾਕਟਰ ਤੋਂ ਮੇਰਾ ਟੈਸਟ ਕਰਵਾ ਕੇ ਹਟਿਆ ਹੋ ਕੀ ਹੋ ਹੋ ਲਈ ਆ ਹੁਣ ਮੈਂ ਕੀ ਕਰਾਂ ਜਦੋਂ ਗੱਲਾਂ ਖੁੱਲ ਰਹੀਆਂ ਤੂੰ ਜੋ ਵੀ ਹੈ ਨਾ ਪਲੀਜ਼ ਚਲੀ ਜਾ ਕਿਉਂ ਮੇਰੀ ਭੈਣ ਦਾ ਘਰ ਉਜਾੜਨ ਲੱਗੀ ਆ ਜਸ ਤੂੰ ਪਾਗਲ ਤੇ ਨਹੀਂ ਹੋ ਗਿਆ ਇਹ ਤੇਰੀ ਭੈਣ ਨਹੀਂ ਤੇਰੀ ਘਰ ਵਾਲੀ ਆ ਲਾਡੀ ਤੂੰ ਸਮਝਦੀ ਨਹੀਂ ਇਹ ਮੇਰੀ ਘਰ ਵਾਲੀ ਨਹੀਂ ਮੇਰੀ ਭੈਣ ਆ ਉਹ ਕਿਹੜੀ ਤੇਰੀ ਮਾਂ ਦਾਜ ਤੇਰੀ ਭੈਣ ਲਿਆਈ ਬਾਪੂ ਤੂੰ ਇੱਥੇ ਬਾਪੂ ਬਾਪੂ ਜੀ ਮੇਰੀ ਗੱਲ ਤਾਂ ਸੁਣੋ ਆਪਾਂ ਇਹ ਕੁੜੀ ਦਾ ਘਰ ਬਚਾਉਣਾ ਸ਼ਰਮ ਕਰ ਸਾਲੇ ਲੀਡਰਾਂ ਨੂੰ ਕਿੰਨੇ ਕੁ ਬਿਆਨ ਬਦਲੇਗਾ ਕਦੇ ਇਹਨੂੰ ਘਰ ਵਾਲੀ ਬਣਾਉਣਾ ਕਦੇ ਭੈਣ ਤੇ ਕਦੇ ਕੁੜੀ ਜਿੰਨੇ ਕਿ ਜਨਾਨੀਆਂ ਨਾਲ ਰਿਸ਼ਤੇ ਬਣਦੇ ਹੁੰਦੇ ਆ ਸਾਲੇ ਸਾਰੇ ਧੱਕਣਾ ਤੇ ਉਹ ਤੂੰ ਇਧਰ ਆਪਣੇ ਪਿਓ ਨਾਲ ਗੱਲ ਕਰ ਉਹ ਗੱਲ ਸੁਣ ਇਹਦੇ ਨਾਲ ਮੇਰਾ ਮੁੰਡਾ ਵੀ ਸ਼ਹਿਰ ਆਇਆ ਇਹਨੂੰ ਪੁੱਛ ਉਹ ਕਿੱਥੇ ਆ ਉਹ ਅੰਕਲ ਜੀ ਤੁਸੀਂ ਸਬਰ ਰੱਖੋ ਸਾਰੇ ਇੱਥੇ ਹੀ ਮਿਲ ਜਾਣੇ ਆ ਜਨਾਨੀ ਹੁਣ ਤੂੰ ਯਾਰ ਆਪਣਾ ਜੱਬ ਪਾ ਕੇ ਬਹਿ ਜਾ ਵਿੱਚ ਤੂੰ ਹੈ ਕੌਣ ਮੈਂ ਇਹਦੇ ਨਾਲ ਆਇਆ ਤੇ ਤੂੰ ਕੌਣ ਮੈਂ ਇਹਦੇ ਨਾਲ ਆਇਆ ਤੁਸੀਂ ਬੰਦੇ ਹੋ ਕਿ ਭੇਡਾਂ ਜਿਹੜੀਆਂ ਇੱਕ ਦੂਜੇ ਦੇ ਮਗਰ ਲੱਗ ਕੇ ਆ ਗਈਆਂ ਤੁਹਾਨੂੰ ਸੱਦਿਆ ਕੀ ਨੇ ਇੱਥੇ ਸੂਬੇਦਾਰ ਸਾਹਿਬ ਉਹ ਮੇਰੇ ਬਾਪੂ ਜੀ ਨੇ ਉਹ ਤੂੰ ਤਾਂ ਯਾਰ ਚੁੱਪ ਹੀ ਲੈ ਤੇਰਾ ਤਾਂ ਮੈਂ ਸੱਤ ਜਨਮ ਵਿਸ਼ਵਾਸ ਨਾ ਕਰਾਂ ਸਾਲਾ ਜਨਾਨੀ ਵਾਲੇ ਰਿਸ਼ਤੇ ਮੋਗੇ ਹੁਣ ਤੂੰ ਬੰਦਿਆਂ ਨੂੰ ਤੁਰ ਪਿਆ ਮੇਰਾ ਯਕੀਨ ਕਰੋ ਜੀ ਉਹ ਮੇਰੇ ਬਾਪੂ ਜੀ ਨੇ ਦੋਵੇਂ ਨਹੀਂ ਜੀ ਇਹ ਉਹ ਨੀਰੂ ਦੇ ਨੀਰੂ ਦੇ ਪਾਪਾ ਉਹ ਸਾਲਿਓ ਕਿਹਦਾ ਪਿਓ ਬਣਾਈ ਜਾਂਦੇ ਹੋ ਮੈਨੂੰ ਡੈਡੀ ਡੈਡੀ ਜੀ ਫੁੱਟ ਵਿਸ਼ ਕਰਦਾ ਜੀ ਦੇਖਦੇ ਕੀ ਉਹ ਜੱਫੀ ਪਾਓ ਸਾਰਾ ਸਾਹਿਬ ਤਾਂ ਉਹ ਸ਼ੀਰਵਾਜੀ ਕਰੋ ਮਿਲਣੀ ਲੱਗਦਾ ਆਪਣੀ ਧੀ ਦੇਣ ਲੱਗਿਆ ਮੈਨੂੰ ਮੈਂ ਆਪਣੀ ਧੀ ਦੇਣ ਨਹੀਂ ਲੱਗਿਆ ਜੀ ਅਲਬਤਾ ਤੁਹਾਡੀ ਧੀ ਮੈਂ ਲੈਣ ਲੱਗਿਆ ਉਹ ਕਿਹੜੀ ਤੇਰੀ ਮਾਂ ਨੇ ਧੀ ਜੰਮਤੀ ਮੇਰੀ ਆਓ ਜੰਮਤੀ ਧੀ ਨੀਰੂ ਨੀਰੂ ਹਾਂ ਦੀਦੀ ਮੈਨੂੰ ਚੱਕਰ ਆ ਰਿਹਾ ਉਹ ਨੀਰੂ ਬੋਲ ਹੁਣ ਕੀ ਜੱਪ ਆਇਆ ਮੈਂ ਜੱਪ ਜੀ ਹਾਂ ਨੀਰੂ ਮਰ ਚੁੱਕੀ ਹੈ ਜਿੰਨਾ ਤੂੰ ਮੈਨੂੰ ਸਤਾਇਆ ਅੱਜ ਮੈਂ ਜੱਪ ਜੀ ਵੀ ਮਾਰ ਦੇਣੀ ਹੈ ਜੱਪ ਜੀ ਵੀ ਮਾਰ ਦੇਣੀ ਹੈ ਜੱਪ ਜੀ ਵੀ ਮਾਰ ਹੀ ਤਾਂ ਮੇਰਾ ਮੁੰਡਾ ਮਾਰ ਜੀ ਮਾਰ ਜੀ ਮਾਰ ਜੀ ਹੈ ਉਹ ਜੱਜਾ ਉਹ ਆ ਜੋ ਓਏ ਆ ਲੁਕੀ ਫਿਰਦੀ ਆ ਖੜ ਜਾ ਪਹਿਲਾਂ ਚਾਚੀ ਫੈਂਟਦੀ ਹੈ ਆਓ ਨਾ ਆਓ ਹੁਣ ਆ ਜਾਓ ਬਾਈ ਪਿੰਡ ਵਾਲੇ ਇਕੱਠੇ ਕਰਕੇ ਲਿਆਈਏ
ਇਹਦੇ ਨਾਲ ਤੇ ਗੁੰਡੇ ਇਹਦੇ ਨਾਲ ਤੇ ਗੁੰਡੇ ਗੁੰਡੇ ਹੈਗੇ ਨੇ ਬਾਈ ਪਿੱਛੇ ਹੋਰ ਓਏ ਪੀ ਮੰਨ ਲੈ ਯਾਰ ਨਾਲ ਹੈ ਪੰਗਾ ਯਾਰ ਇਹਦੇ ਨਾਲ ਤੇ ਗੁੰਡੇ ਨੇ ਯਾਰ ਅੱਜ ਤਾਂ ਵੀ ਗੁੰਡੇ ਲੈ ਕੇ ਆਏ ਹੋ ਧਿਆਨ ਨਾਲ ਵੇਖ ਹੈ ਗੁੰਡੇ ਲਈ ਫਿਰਦੀ ਹੈ ਨਾਲ ਓ ਡਰਿਓ ਨਾ ਅੱਜ ਕੱਲਾ ਕੱਲਾ ਫੈਂਟ ਦੇਣਾ ਸਵੀਟੀ ਸ਼ਰਮਗਾ ਤੇ ਤੋਂ ਵੱਧ ਗੁੰਡੇ ਤਾਂ ਉਹ ਲਈ ਫਿਰਦੀ ਹੈ ਨਾ ਹੋਰ ਇੱਥੇ ਮੈਂ ਫੈਂਸੀ ਡਰੈਸ ਕੰਪੀਟੀਸ਼ਨ ਚ ਆਇਆ ਜਿਹਨਾਂ ਕੋਲ ਤੁਹਾਡੇ ਵਰਗੇ ਯਾਰ ਹੋਣ ਉਹਨਾਂ ਨੂੰ ਦੁਸ਼ਮਣਾਂ ਦੀ ਕੀ ਲੋੜ ਆ ਠੀਕ ਹੈ ਨਾ ਉਹ ਭਰਾਵਾ ਇਸ ਤਾਂ ਇੱਥੇ ਮੰਗਣੀ ਤੜਾਉਣ ਆਏ ਸੀ ਪਰ ਲੱਗਦਾ ਤੇ ਹੱਡੀਆਂ ਤੜਾ ਕੇ ਜਾਵਾਂਗੇ ਮੈਂ ਮੰਗਣੀ ਨਹੀਂ ਟੁੱਟਣ ਦੇਣੀ ਕਿਉਂ ਕੀ ਕਰ ਲੇਗਾ ਤੁਸੀਂ ਤਾਂ ਇਹ ਵਿੱਗਾ ਲਾਓ ਦੱਸੋ ਉਹਨਾਂ ਨੂੰ ਮੁੰਡਿਆਂ ਨੂੰ ਤੁਸੀਂ ਉਹ ਇੱਥੇ ਸੂਬੇਦਾਰ ਵੀ ਆਇਆ ਹੋਇਆ ਜੀ ਅਸਲੀਅਤ ਦਾ ਪਤਾ ਲੱਗਿਆ ਆਪਣੇ ਤੇ 420 ਦਾ ਕੇਸ ਪੈਣਾ ਹੈ ਜੇ ਭੱਜਣ ਤਾਂ ਹੀ ਭੱਜ ਲਓ ਯਾਰ ਐਵੇਂ ਕਿਵੇਂ ਭੱਜ ਲੂਗੇ ਉਹਦੀ ਜ਼ਿੰਦਗੀ ਦਾ ਸਵਾਲ ਆ ਵਿੱਗਾ ਲਾਓ ਚਲੋ ਉੱਤੇ ਲੈ ਤੜਾ ਲਾ ਮੰਗਣੀ ਓ ਮਾਮਾ ਮੈਂ ਆਇਆ ਵੀਰੂ ਮੈਡਮ ਜੀ ਇਹ ਕੌਣ ਨੇ ਮੈਡਮ ਜੀ ਇਹ ਮੇਰੇ ਦੋਸਤ ਨੇ ਮੇਰੀ ਮੰਗਣੀ ਤੁੜਾਉਣ ਕਿਉਂ ਆਏ ਸੀ ਤੁਸੀਂ ਲੈ ਕੇ ਆਏ ਹੋ ਨਾ ਪਾਲੀ ਜੇ ਸਾਡਾ ਰਿਸ਼ਤਾ ਨਹੀਂ ਹੋ ਸਕਿਆ ਤੇ ਤੁਸੀਂ ਮੇਰੇ ਤੋਂ ਇਸ ਤਰ੍ਹਾਂ ਬਦਲਾ ਲਓਗੇ ਦੀਦੀ ਤੁਸੀਂ ਠੀਕ ਸੀ ਤੁਹਾਡੀ ਗੱਲ ਮੰਨ ਕੇ ਮੈਂ ਕਿੱਥੇ ਹੋਰ ਰਿਸ਼ਤਾ ਕਰ ਲਿਆ ਤੁਹਾਡੇ ਨਾਲ ਵਿਆਹ ਕਰਾ ਕੇ ਤਾਂ ਮੈਂ ਸਾਰੀ ਜ਼ਿੰਦਗੀ ਪਛਤਾਉਂਦੀ ਮੈਂ ਤਾਂ ਤੈਨੂੰ ਪਹਿਲਾਂ ਹੀ ਕਿਹਾ ਸੀ ਮੈਂ ਨਾ ਲੋਕਾਂ ਨੂੰ ਨਹੀਂ ਜਾਣਦਾ 420 ਆ ਸਾਰੇ ਬਹੁਤ ਵੱਡਾ ਫਰਾਡ ਨਿਕਲਿਆ ਤੂੰ ਦੀਦੀ ਮੈਨੂੰ ਇੱਥੋਂ ਲੈ ਚਲੋ ਪਲੀਜ਼ ਇੱਕ ਮਿੰਟ ਰਾਣੋ ਇਹ ਵਿਆਹ ਨਹੀਂ ਹੋਇਆ ਇਹ ਸੱਚ ਕਹਿ ਰਿਹਾ ਰਾਣੋ ਪਾਲੀ ਨੇ ਤੇਰੇ ਨਾਲ ਕੋਈ ਧੋਖਾ ਨਹੀਂ ਕੀਤਾ ਨਹੀਂ ਮੈਂ ਡਿਪਟੀ ਹਾਂ ਨੀਰੂ ਵੀ ਮੈਂ ਹੀ ਹਾਂ ਤੇ ਜਪਜੀ ਵੀ ਮੈਂ ਹੀ ਹਾਂ ਪਿੱਛੇ ਹੜ ਜਾਓ ਤੁਸੀਂ ਮੈਨੂੰ ਸਾਰੀਆਂ ਜਨਾਨੀਆਂ ਬਿਓਰ ਕੇ ਲੱਗਦੀਆਂ ਤੇ ਮੈਂ ਵੀ ਪਿੰਕੀ ਨਹੀਂ ਬੱਬੂ ਹਾਂ ਰਾਣੋ ਤੇਰੀ ਮੰਗਣੀ ਤੜਾਉਣ ਦਾ ਪਲਾਨ ਸਾਡਾ ਸੀ ਤੇਰੀ ਮੰਗਣੀ ਦੀ ਖਬਰ ਸੁਣ ਕੇ ਇਹ ਤਾਂ ਘਰੇ ਦਿਲ ਸੁੱਟੀ ਬੈਠਾ ਸੀ ਜੇ ਅੱਜ ਅਸੀਂ ਇਹਨੂੰ ਨਾ ਪੁੱਛਦੇ ਤਾਂ ਇਹ ਸਾਨੂੰ ਕਦੇ ਨਾ ਦੱਸਦਾ ਕਿ ਦਿਲ 'ਚ ਕੀ ਦਰਦ ਲੁਕੋਈ ਬੈਠਾ ਇਹ ਤੈਨੂੰ ਸੱਚਾ ਪਿਆਰ ਕਰਦਾ ਤਾਂ ਹੀ ਤਾਂ ਸਾਡੇ ਜ਼ਮੀਰ ਜਾਗੇ ਨੇ ਨਹੀਂ ਤਾਂ ਕਦੇ ਆਪ ਅਸੀਂ 10 ਵਜੇ ਤੋਂ ਪਹਿਲਾਂ ਨਹੀਂ ਜਾਗੇ ਸਾਰੀ ਗਲਤੀ ਸਾਡੀ ਸੀ ਇਹਦਾ ਕੋਈ ਕਸੂਰ ਨਹੀਂ ਸੀ ਇਹਦਾ ਕਸੂਰ ਸਿਰਫ ਇੰਨਾ ਸੀ ਕਿ ਇਹਨੇ ਤੈਨੂੰ ਸੱਚੇ ਦਿਲੋਂ ਪਿਆਰ ਕੀਤਾ ਤੇ ਤੈਨੂੰ ਹੀ ਆਪਣਾ ਸਭ ਕੁਝ ਮੰਨਿਆ ਅੱਜ ਦਾ ਸਭ ਕੁਝ ਇਹ ਤੋਂ ਦੂਰ ਜਾ ਰਿਹਾ ਰਾਣੋ ਮੈਂ ਗਲਤ ਸੀ ਚੰਗਾ ਫਿਊਚਰ ਦੇਣ ਵਾਲੇ ਤਾਂ ਬਹੁਤ ਮੁੰਡੇ ਮਿਲ ਜਾਂਦੇ ਹੈ ਪਰ ਸੱਚਾ ਪਿਆਰ ਕਰਨ ਵਾਲਾ ਤਾਂ ਕਿਸੇ ਨੂੰ ਮਿਲਦਾ ਹੈ ਜਿਹੜਾ ਮੁੰਡਾ ਤੇਰੀ ਖੁਸ਼ੀ ਲਈ ਆਪਣੀ ਸਾਰੀਆਂ ਖੁਸ਼ੀਆਂ ਛੱਡ ਕੇ ਇੱਥੋਂ ਦੂਰ ਜਾ ਰਿਹਾ ਸੀ ਉਹ ਤੈਨੂੰ ਕਿੰਨਾ ਕੁ ਪਿਆਰ ਕਰਦਾ ਹੋ ਜਿਹੜੀ ਗਲਤੀ ਮੇਰੇ ਤੋਂ ਹੋਈ ਸੀ ਉਹ ਹੁਣ ਤੂੰ ਸੁਧਾਰ ਲੈ ਪਾਲੀ 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 ਤਾਂ ਚਲਾ ਗਿਆ ਰਾਣੋ ਜਾ ਮੇਰੇ ਬੱਚੇ ਉਹਨੂੰ ਰੋਕ ਲੈ ਹਾਂ ਰਾਣੋ ਰੋਕ ਲੈ ਪਾਲੀ ਨੂੰ ਰਾਣੋ ਪਾਲੀ ਇੰਨਾ ਸਭ ਹੋਣ ਤੋਂ ਬਾਅਦ ਵੀ ਤੁਸੀਂ ਜਾ ਰਹੇ ਸੀ ਮੈਨੂੰ ਪਤਾ ਮੈਂ ਗਲਤ ਹਾਂ ਨਾ ਹੀ ਮੈਂ ਆਪਣੇ ਦਿਲ ਦੀ ਗੱਲ ਆਪਣੇ ਦੋਸਤਾਂ ਨੂੰ ਦੱਸਦਾ ਤੇ ਨਾ ਹੀ ਸਭ ਕੁਝ ਹੁੰਦਾ ਜੇ ਨਾ ਦੱਸਦੇ ਤੇ ਸ਼ਾਇਦ ਆਪਾਂ ਹਮੇਸ਼ਾ ਲਈ ਦੂਰ ਹੋ ਜਾਂਦੇ ਮੈਂ ਤਾਂ ਹਮੇਸ਼ਾ ਹੀ ਤੁਹਾਡੇ ਨਾਲ ਰਹਿਣਾ ਚਾਹੁੰਦਾ ਸੀ ਪਾਲੀ ਮੈਨੂੰ ਮਾਫ਼ ਕਰ ਦਿਓ ਮੈਂ ਤੁਹਾਨੂੰ ਪਛਾਣ ਹੀ ਨਾ ਸਕੀ ਮੇਰੇ ਦਿਲ ਵਿੱਚ ਵੀ ਬਹੁਤ ਕੁਝ ਸੀ ਬਸ ਕਹਿ ਹੀ ਨਾ ਸਕੀ ਅੱਜ ਤੁਹਾਡੇ ਸੱਚੇ ਪਿਆਰ ਦੇ ਅੱਗੇ ਦੀਦੀ ਦੀ ਜ਼ਿੱਦ ਵੀ ਹਾਰ ਗਈ ਸੱਚੀ
मुच्छी। मैं भी तुहानू बहुत पसंद करती हाँ। ले जे तुहाडी दीदी पहला मान जांदी तां मंगणी दा लख डेढ़ लख रुपया बच जाना सी। तुसी पागल हो। तुसी कीता जी। सॉरी सूबेदार साहब, असी किराए दा मकान लैण लई जनानिया बन के थोड़ा दिल दुखाया। इहदे नाल तां चंगा मैं फौज च शहीद हो जांदा। चल जे उत्थे शहीद नहीं होया सी ते अज दी लड़ाई च डांग खा के मर जांदा ते घट्टो घट तेरी सच्चाई तां ना मेरे सामने आउंदी। चलो कोई ना, तुसी ए समझो भी थोड़ी नीरू मर चुकी है, हुण रहिंदी बाकी दी जिंदगी, तुसी ओहदियां यादां सहारे जीणा। साले जिद्दां दीआं तेरीआं गंदीआं यादां ने मेरा इक दिन भी जीण नूं जी नहीं करना। ਉਧਰ ਘਰ ਵੜਦਿਆਂ ਨੂੰ ਚਵਾਰਾ ਮੂੰਹ ਚੜਾਓ, ਮੈਨੂੰ ਸਮਝ ਨਹੀਂ ਆਉਂਦੀ ਸੂਬੇਦਾਰ ਕਿਰਪਾਲ ਸਿੰਘ ਗਿੱਲ ਜਾਊ ਤੇ ਕਿੱਧਰ ਨੂੰ ਜਾਊ। ਸੂਬੇਦਾਰ ਸਾਹਿਬ ਦਿਲ ਛੋਟਾ ਨਾ ਕਰੋ, ਜਦੋਂ ਤੱਕ ਤੁਸੀਂ ਆਪਦੇ ਆਪ ਨੂੰ ਸੰਭਾਲ ਨਹੀਂ ਲੈਂਦੇ ਨਾ, ਮੈਂ ਪ੍ਰੋਮਿਸ ਕਰਦਾ ਮੈਂ ਜਨਾਨੀ ਬਣ ਕੇ ਹਰ ਰੋਜ਼ ਇੱਕ ਘੰਟਾ ਤੁਹਾਡੇ ਨਾਲ ਗੱਲਾਂ ਮਾਰਨ ਆਇਆ ਕਰੂੰ। ਸਾਲਿਆ ਜੇ ਤੂੰ ਹੁਣ ਜਨਾਨੀ ਬਣ ਕੇ ਮੇਰੇ ਨੇੜੇ ਤੇੜੇ ਵੀ ਫੜ ਗਿਆ ਨਾ, ਮੈਂ ਇਹ ਭੁੱਲ ਜੂੰਗਾ ਵੀ ਤੂੰ ਬੰਦਾ। ਫੌਜੀ ਹਿੱਲ ਗਿਆ, ਫੌਜੀ ਹਿੱਲ ਗਿਆ, ਫੌਜੀ ਹੋਇਆ, ਫੌਜੀ ਹਿੱਲ ਗਿਆ। ਓ ਜੁਗਨੂ ਜ਼ਰਾ ਟੇਬਲ ਲਾ ਦੇ, ਉੱਤੇ ਚਾਦਰ ਪਾ ਦੇ, ਅੜ ਦਸ ਪੁੱਤਰਾ ਕਲਾਸ ਸਜਾ ਦੇ। ਓ ਜੁਗਨੂ ਜ਼ਰਾ ਟੇਬਲ ਲਾ ਦੇ, ਉੱਤੇ ਚਾਦਰ ਪਾ ਦੇ, ਅੜ ਦਸ ਪੁੱਤਰਾ ਕਲਾਸ ਸਜਾ ਦੇ। ਨਾਲ ਸ਼ਰਾਬ ਦੇ ਮੁਰਗੇ ਜੁਰਗੇ ਖਾਣਗੇ।